ਸਤ ਸੰਗਤ ਕਰਨ ਦਾ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸੋਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤ ਸੰਗਤ ਜੀ, ਅੱਜ ਤੀਸਰੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਗੁਰਤਾ ਗੱਦੀ ਗੁਰਪੁਰਬ ਹੈ। ਭਾਈ ਗੁਰਦਾਸ ਜੀ ਦਾ ਬੜਾ ਸੁੰਦਰ ਫਰਮਾਨ ਹੈ, ਹੋਮ ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਾਉਂਦੇ। ਭਾਈ ਸਾਹਿਬ ਕਹਿੰਦੇ, ਮੈਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਅਤੇ ਕੁਰਬਾਨ ਜਾਂਦਾ ਹਾਂ ਜਿਹੜੇ ਆਪਣੇ ਸਤਿਗੁਰੂ ਦੇ ਗੁਰਪੁਰਬਾਂ ਦੇ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਅਤੇ ਕਰਦੇ ਹਨ। ਉਹਨਾਂ ਤੋਂ ਮੈਂ ਵਾਰ ਵਾਰ ਬਲਿਹਾਰ ਬਲਿਹਾਰ ਕੁਰਬਾਨ ਕੁਰਬਾਨ ਜਾਂਦਾ ਹਾਂ। ਸਤ ਸੰਗਤ ਜੀ, ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਗਰ ਬਾਸਰ ਕੇ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ। ਆਪ ਜੀ ਦਾ ਅਵਤਾਰ ਬਾਬਾ ਤੇਜ ਭਾਨ ਜੀ ਦੇ ਗ੍ਰਹਿ ਵਿਖੇ ਨਗਰ ਬਾਸਰ ਕੇ ਵਿਖੇ ਹੋਇਆ। ਬਾਲਕ ਅਵਸਥਾ ਤੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਸਾਂ ਨੌਹਾਂ ਦੀ ਧਰਮ ਦੀ ਕਿਰਤ ਕਰਨ ਵਾਲੇ ਔਰ ਬਹੁਤ ਹੀ ਪਵਿੱਤਰ ਅਤੇ ਨਿਰਮਲ ਆਚਾਰ ਰਹਿਣੀ ਬਹਿਣੀ ਔਰ ਨਿਰਮਲ ਕਰਮ ਕਰਨ ਵਾਲਾ ਬੜਾ ਸਾਦਾ ਅਤੇ ਸੰਜਮੀ ਜੀਵਨ ਸੀ ਸਤਿਗੁਰਾਂ ਦਾ। ਇਸੇ ਦੇ ਫਲਸਰੂਪ ਸਤਿਗੁਰੂ ਜੀ ਆਪਣੇ ਪਿਤਾ ਜੀ ਦੀ ਆਗਿਆ ਵਿੱਚ ਦਸਾਂ ਨੌਹਾਂ ਦੀ ਧਰਮ ਦੀ ਕਿਰਤ ਵੀ ਕਰਦੇ। ਜਦੋਂ ਕਿਤੇ ਵਕਤ ਮਿਲਦਾ ਤਾਂ ਹਜ਼ੂਰ ਤੀਰਥ ਯਾਤਰਾ 'ਤੇ ਵੀ ਜਾਇਆ ਕਰਦੇ ਸਨ। 20 ਵੇਰੀ ਹਜ਼ੂਰ ਹਰ ਸਾਲ ਆਪਣੇ ਨਗਰ ਤੋਂ ਪੈਦਲ ਤੁਰ ਕੇ ਗੰਗਾ ਦਾ ਦਰਸ਼ਨ ਅਤੇ ਹਰਿਦੁਆਰ ਤੀਰਥ ਦਾ ਦਰਸ਼ਨ ਅਤੇ ਇਸ਼ਨਾਨ ਕਰਨ ਵਾਸਤੇ ਜਾਂਦੇ ਔਰ 20ਵੀਂ ਵਾਰੀ ਜਦੋਂ ਸਤਿਗੁਰੂ ਜੀ ਗਏ ਤਾਂ ਰਸਤੇ ਵਿੱਚ ਵਾਪਸ ਮੁੜੇ ਆਉਂਦੇ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਇੱਕ ਬੜਾ ਕਰਮੀ ਧਰਮੀ ਨੇਮੀ ਪੁਰਸ਼ ਜਿਹੜਾ ਆਪਣੀ ਪੂਜਾ ਦੇ ਵਿੱਚ ਬੜਾ ਪਰਪੱਕ ਜੀਵਨ ਹੈ, ਬੜੇ ਧਰਮ ਦੇ ਕਰਮਾਂ ਨੂੰ ਨਿਭਾਉਣ ਵਾਲਾ ਬ੍ਰਹਮਚਾਰੀ ਸਾਧੂ ਮਿਲਿਆ। ਸਤਿਗੁਰੂ ਜੀ ਦੇ ਬੜੇ ਉੱਚੇ ਜੀਵਨ ਨੂੰ ਵੇਖ ਕੇ ਇਤਨਾ ਪ੍ਰਭਾਵਿਤ ਹੋਇਆ ਕਿ ਸਤਿਗੁਰੂ ਜੀ ਦੇ ਦਰਸ਼ਨ ਕਰਦਿਆਂ ਉਹਦਾ ਮਨ ਸ਼ਾਂਤ ਹੋ ਗਿਆ ਔਰ ਸਤਿਗੁਰੂ ਜੀ ਦੀ ਸੰਗਤ ਵਿੱਚ ਇਤਨਾ ਪ੍ਰਭਾਵਿਤ ਹੋਇਆ ਕਿ ਸਤਿਗੁਰੂ ਜੀ ਦੇ ਨਾਲ ਹੀ ਸਾਰੇ ਸਫ਼ਰ ਵਿੱਚ ਰਿਹਾ ਔਰ ਜਦੋਂ ਸਤਿਗੁਰੂ ਜੀ ਗੰਗਾ ਇਸ਼ਨਾਨ ਤੋਂ ਬਾਅਦ 20ਵੀਂ ਵੇਰੀ ਆਪਣੇ ਨਗਰ ਬਾਸਰ ਕੇ ਵਿਖੇ ਆਏ, ਨਾਲ ਹੀ ਆਇਆ ਪ੍ਰਸ਼ਾਦਾ ਛਕਣ ਤੋਂ ਉਪਰੰਤ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਆਰਾਮ ਕਰਨ ਵਾਸਤੇ ਘਰ ਵਿੱਚ ਉਹਨਾਂ ਨੂੰ ਬੜਾ ਸੁੰਦਰ ਨਿਵਾਸ ਅਸਥਾਨ ਦਿੱਤਾ, ਸਾਧੂ ਜਾਣ ਕੇ ਬੰਦਗੀ ਕਰਨ ਵਾਲਾ ਜਾਣ ਕੇ ਬੜਾ ਨੇਕ ਕਰਮੀ ਧਰਮੀ ਪਵਿੱਤਰ ਜੀਵਨ ਵਾਲਾ ਪੁਰਸ਼ ਜਾਣ ਕੇ ਬਹੁਤਾ ਸਨਮਾਨ ਕੀਤਾ ਤਾਂ ਬ੍ਰਹਮਚਾਰੀ ਰਾਤ ਨੂੰ ਬਚਨ ਮਿਲਾਸ ਕਰਦਿਆਂ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਪੁੱਛਦਾ ਹੈ ਕਿ ਤੁਹਾਡੀ ਰਹਿਣੀ ਤੋਂ ਮੈਂ ਬੜਾ ਪ੍ਰਭਾਵਿਤ ਹਾਂ।
ਕਿਉਂਕਿ ਤੁਹਾਡੀ ਸੰਗਤ ਵਿੱਚ ਮੈਨੂੰ ਬੜੀ ਸ਼ਾਂਤੀ ਪ੍ਰਾਪਤ ਹੋਈ ਹੈ। ਤੁਹਾਡਾ ਬਹੁਤ ਉੱਚਾ ਸੁੱਚਾ ਨਿਰਮਲ ਜੀਵਨ ਹੈ। ਤੁਸੀਂ ਐਸਾ ਕਿਹੜਾ ਮਹਾਨ ਗੁਰੂ ਧਾਰਨ ਕੀਤਾ ਜਿਹਨੇ ਤੁਹਾਨੂੰ ਐਸੀ ਮਹਾਨ ਸਿੱਖਿਆ ਦਿੱਤੀ? ਜਦੋਂ ਸਤਿਗੁਰੂ ਜੀ ਨੂੰ ਇਹ ਸਵਾਲ ਕੀਤਾ, ਸਤਿਗੁਰੂ ਜੀ ਕਹਿਣ ਲੱਗੇ, ਮਹਾਤਮਾ ਜੀ ਅਜੇ ਪੂਰਾ ਗੁਰੂ ਨਹੀਂ ਮਿਲਿਆ, ਰਹੋ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਐ ਮੁੱਖੋਂ ਇਹ ਪੰਡਿਤ ਮਿੱਠੇ, ਬਸ ਇਹ ਕਹੋ ਫਿਰਿਓ ਕਿਨੈ ਨਾ ਪਰਚੈ ਨਾ ਪਰਚੋ ਲਾਇਓ, ਕਹਿਤਿਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਮਹਾਰਾਜ ਕਹਿੰਦੇ, ਹੇ ਮਹਾਤਮਾ ਜੀ, ਬੜੇ ਵੱਡੇ ਵੱਡੇ ਤਪੱਸਵੀ ਵੀ ਲੱਭੇ ਹੈ, ਸੰਨਿਆਸੀ ਵੀ ਦੇਖੇ ਹੈ, ਸਾਧੂ ਵੀ ਵੇਖੇ ਹੈ, ਟੋਲ ਵਿੱਚ ਹਾਂ ਕਿ ਪੂਰਾ ਗੁਰੂ ਮਿਲ ਜਾਵੇ, ਪਰ ਜਿਹੋ ਜਿਹਾ ਗੁਰੂ ਚਾਹੀਦਾ ਉਸ ਦੀ ਅਜੇ ਸੰਗਤ ਨਹੀਂ ਮਿਲੀ, ਉਹਦੇ ਦਰਸ਼ਨ ਨਹੀਂ ਹੋਏ। ਗੁਰਬਾਣੀ ਵਿੱਚ ਪੂਰੇ ਗੁਰੂ ਦੀ ਇੱਕ ਬੜੀ ਸੁੰਦਰ ਨਿਸ਼ਾਨੀ ਸਤਿਗੁਰੂ ਜੀ ਨੇ ਦੱਸੀ ਹੈ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ, ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈ ਹੈ। ਜਿਸ ਦੇ ਦਰਸ਼ਨ ਕਰਕੇ ਮਨ ਵਿੱਚ ਆਨੰਦ ਪੈਦਾ ਹੋ ਜਾਏ, ਖੇੜਾ ਪੈਦਾ ਹੋ ਜਾਏ, ਮਨ ਦੀ ਦੁਬਧਾ ਨਿਵਿਰਤ ਹੋ ਜਾਏ ਔਰ ਪਰਮ ਪਦ ਦੀ ਪ੍ਰਾਪਤੀ ਹੋ ਜਾਏ, ਉਸੇ ਨੂੰ ਪੂਰਾ ਸਤਿਗੁਰੂ ਕਹੀਦਾ ਹੈ। ਮਹਾਰਾਜ ਕਹਿੰਦੇ, ਅਜੇ ਪੂਰਾ ਗੁਰੂ ਨਹੀਂ ਮਿਲਿਆ, ਇਸ ਕਰਕੇ ਅਸੀਂ ਅਜੇ ਗੁਰੂ ਧਾਰਨ ਨਹੀਂ ਕੀਤਾ ਹੈ। ਉਹ ਬ੍ਰਹਮਚਾਰੀ ਇੱਕਦਮ ਸੁਣ ਕੇ ਬੜਾ ਭੈਭੀਤ ਹੋਇਆ, ਉਹਦੇ ਮਨ ਵਿੱਚ ਬੜਾ ਰੋਸ ਪੈਦਾ ਹੋਇਆ। ਉਹ ਕਹਿਣ ਲੱਗਾ, ਹੇ ਭਲੇ ਪੁਰਸ਼, ਤੈਨੂੰ ਇੱਕ ਗੱਲ ਦਾ ਪਤਾ ਹੈ ਕਿ ਜਿਹੜੇ ਮਨੁੱਖ ਨੇ ਜੀਵਨ ਵਿੱਚ ਗੁਰੂ ਨਾਲ ਧਾਰਨ ਕੀਤਾ ਹੋਵੇ, ਜਿਹੜਾ ਮਨੁੱਖ ਨਗੁਰਾ ਹੋਵੇ, ਗੁਰਬਾਣੀ ਵਿੱਚ ਵੀ ਫਰਮਾਨ ਹੈ, ਸਤਿਗੁਰ ਵਾਹਿਗੁਰੂ ਗੁਰ ਨਹੀਂ ਕੋਈ ਨਗੁਰੇ ਕਾਹੈ ਨਾਮ ਬੁਲਾ, ਜਿਹਨੇ ਗੁਰੂ ਨਹੀਂ ਨਾ ਧਾਰਨ ਕੀਤਾ, ਉਸ ਮਨੁੱਖ ਦੇ ਨਾਲ ਰਹਿਣਾ ਬਹਿਣਾ ਉੱਠਣਾ ਬੈਠਣਾ ਤਾਂ ਇੱਕ ਪਾਸੇ ਰਿਹਾ, ਉਹਦਾ ਨਾਮ ਲੈਣਾ ਵੀ ਪਾਪ ਹੈ। ਕਹਿਣ ਲੱਗਾ, ਹੇ ਨੇਕ ਪੁਰਸ਼, ਤੂੰ ਅਜੇ ਗੁਰੂ ਜੀ ਧਾਰਨ ਕੀਤਾ, ਤੇਰੀ ਬਿਰਧ ਅਵਸਥਾ ਹੋ ਚੁੱਕੀ ਹੈ, 70 ਤੋਂ ਉੱਤੇ ਟੱਪ ਗਿਆ, ਤੂੰ ਨਗੁਰਾ ਮਨੁੱਖ ਹੈ, ਤੇਰੀ ਸੰਗਤ ਕਰਕੇ, ਤੇਰੇ ਨਗੁਰੇ ਦੇ ਘਰ ਦਾ ਅਨਜਲ ਪਾਨ ਕਰਕੇ ਮੇਰੇ ਹੁਣ ਤੱਕ ਦੇ ਜਿੰਨੇ ਵੀ ਜਪ ਤਪ ਸ਼ੁਭ ਨੇਕ ਕਰਮ ਕੀਤੇ ਸਾਰੇ ਨਿਸਫਲ ਚਲੇ ਗਏ, ਮੇਰੀ ਘਾਲਣਾ ਹੀ ਨਿਸਫਲ ਚਲੀ ਗਈ, ਮੈਂ ਇੱਕ ਪਲ ਵੀ ਤੇਰੇ ਘਰ ਵਿੱਚ ਨਹੀਂ ਹੁਣ ਰੁਕ ਸਕਦਾ। ਸਤਿਗੁਰੂ ਜੀ ਨੂੰ ਇਹ ਵਚਨ ਕਹਿੰਦਿਆਂ ਘਰ ਤੋਂ ਬਾਹਰ ਅੱਧੀ ਰਾਤ ਨੂੰ ਤੁਰ ਜਾਂਦਾ ਹੈ। ਸਤਿਗੁਰੂ ਬੜੀ ਨਿਮਰਤਾ ਪੂਰਵਕ ਹੱਥ ਜੋੜ ਕੇ ਉਸ ਨੂੰ ਰੋਕਣ ਦਾ ਯਤਨ ਕਰਦੇ ਹੈ ਕਿ ਅੱਧੀ ਰਾਤ ਦਾ ਸਮਾਂ ਹੈ ਮਹਾਤਮਾ ਜੀ, ਤੁਸੀਂ ਘਰੋਂ ਨਾ ਜਾਓ, ਸਾਡੇ ਤੋਂ ਜੇ ਅਵੱਗਿਆ ਹੋਈ ਸਾਨੂੰ ਖਿਮਾ ਕਰ ਦਿਓ। ਪਰ ਉਹ ਰੁਕਦਾ ਨਹੀਂ, ਚਲਿਆ ਜਾਂਦਾ ਹੈ।
ਇਤਿਹਾਸ ਵਿੱਚ ਆਉਂਦਾ ਸਾਰੀ ਰਾਤ ਪਸ਼ਚਾਤਾਪ ਦੇ ਵਿੱਚ ਹੀ ਗੁਜ਼ਰ ਗਈ ਸਤਿਗੁਰਾਂ ਦੀ। ਸਾਧ ਸੰਗਤ ਜੀ, ਇਹ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਹੈ ਕਿ 1699 ਦੀ ਵਿਸਾਖੀ ਨੂੰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ੀ ਔਰ ਕਲਯੁੱਗ ਦੇ ਵਿੱਚ ਕਿੰਨਾ ਸੁਖੈਨ ਮਾਰਗ ਗੁਰੂ ਧਾਰਨ ਕਰਨ ਦਾ ਸਾਨੂੰ ਬਖਸ਼ਿਸ਼ ਕੀਤਾ ਹੈ। ਇੰਨਾ ਸੁਖੈਨ ਮਾਰਗ ਗੁਰੂ ਵਾਲਾ ਬਣਨ ਦਾ ਕਿਸੇ ਵੀ ਧਰਮ ਵਿੱਚ ਨਹੀਂ ਪ੍ਰਾਪਤ ਹੁੰਦਾ। ਤੁਸੀਂ ਦੂਸਰੇ ਕਿਸੇ ਵੀ ਧਰਮ ਵਿੱਚ ਗੁਰੂ ਧਾਰਨ ਕਰਨ ਵਾਸਤੇ ਤੁਰੋਗੇ ਨਾ, ਜਿਹੜਾ ਕੋਈ ਸਿਆਣਾ ਪੁਰਸ਼ ਹੈ ਜਿਹਨੂੰ ਗੁਰੂ ਧਾਰਨ ਕਰਾਉਣ ਦਾ ਗਿਆਨ ਹੈ, ਉਹ ਕਦੇ ਵੀ ਆਏ ਪ੍ਰਾਣੀ ਨੂੰ ਇੱਕਦਮ ਗੁਰ ਦੀਕਸ਼ਾ ਨਹੀਂ ਦਿੰਦਾ, ਗੁਰਮੰਤਰ ਨਹੀਂ ਦਿੰਦਾ, ਉਪਦੇਸ਼ ਨਹੀਂ ਦਿੰਦਾ। ਸਨਾਤਨ ਹਿੰਦੂ ਧਰਮ ਦੇ ਵਿੱਚ ਵੀ ਇਹ ਖਿਆਲ ਉਹਨਾਂ ਦੇ ਧਾਰਮਿਕ ਗ੍ਰੰਥਾਂ ਵਿੱਚ ਕਥਨ ਕੀਤੇ ਹੋਏ ਹੈ ਕਿ ਇਹ ਜਿਹੜੀ ਦੇਹ ਸਰੀਰ ਹੈ ਇਹ ਪੁੰਨਾਂ ਅਤੇ ਪਾਪਾਂ ਦੇ ਸੰਯੋਗ ਕਰਕੇ ਬਣੀ ਹੋਈ ਹੈ। ਜਿੰਨਾ ਚਿਰ ਮਨੁੱਖ ਨਿਸ਼ਕਾਮ ਕਰਮ ਕਰਕੇ, ਤੀਰਥ ਯਾਤਰਾ ਕਰਕੇ, ਪੂਜਾ ਪਾਠ ਕਰਕੇ, ਸ਼ੁਭ ਕਰਮ ਕਰਕੇ ਆਪਣੀ ਦੇਹ ਨੂੰ ਪਵਿੱਤਰ ਨਹੀਂ ਕਰ ਲੈਂਦਾ, ਉਨਾ ਚਿਰ ਉਹਨੂੰ ਗੁਰ ਦੀਕਸ਼ਾ ਨਹੀਂ ਦਿੱਤੀ ਜਾਂਦੀ। ਇੱਕ ਬੜਾ ਸੁੰਦਰ ਲੌਕਿਕ ਪ੍ਰਮਾਣ ਵੀ ਉਸ ਬਾਬਤ ਗ੍ਰੰਥਾਂ ਦੇ ਵਿੱਚ ਆਉਂਦਾ ਹੈ। ਕਿਰਪਾ ਖੜੀਆਂ ਮੰਤਰ ਦ੍ਰਿੜੀਅੰ ਹਰੀ ਹਰੀ ਦੂਮ ਨਕੰਦਨ ਅੰਸਨੀ ਕੁਮਾਰ ਪਾਲਣ ਜਹੀ ਧਰਮ ਸਨਾਤਨ। ਕਿਸੇ ਸੰਨਿਆਸੀ ਨੂੰ ਕਹਿੰਦੇ ਕੋਈ ਸੇਵਕ ਕੋਈ ਚੇਲਾ ਗੁਰੂ ਧਾਰਨ ਕਰਨ ਵਾਸਤੇ ਗਿਆ, ਉਹ ਆਖਣ ਲੱਗੇ ਭਾਈ ਪਹਿਲਾ ਮੰਤਰ ਇਹ ਹੈ ਆ ਕਿਰਪਾ ਚੁੱਕ ਤੇ ਹਰਾ ਹਰਾ ਘਾਹ ਖੋਦ ਕੇ ਲਿਆ, 12 ਸਾਲ ਮੇਰੇ ਘੋੜਿਆਂ ਨੂੰ ਇਹ ਘੋਖ ਘਾਹ ਖੋਦ ਕੇ ਜਦੋਂ ਪਾਵੇਗਾ ਔਰ ਜੂਠੇ ਬਰਤਨ ਮਾਂਜੇਗਾ, ਹਰ ਪ੍ਰਕਾਰ ਦੀ ਸੇਵਾ ਕਰੇਗਾ, ਔਰ ਜੇਕਰ ਤੂੰ ਮੇਰੀ ਇਸ ਸਿੱਖਿਆ ਵਿੱਚ ਪ੍ਰਸੰਨਤਾ ਪੂਰਵਕ ਸੇਵਾ ਕਰਦਿਆਂ ਪੂਰੇ 12 ਸਾਲ ਦਾ ਸਮਾਂ ਗੁਜ਼ਾਰ ਦਿੱਤਾ, ਮੇਰੀ ਕੋਈ ਨਾਰਾਜ਼ਗੀ ਨਾ ਲਈ, ਫਿਰ ਤੈਨੂੰ ਮੈਂ ਗੁਰਮੰਤਰ ਦਿਆਂਗਾ, ਗੁਰੂ ਵਾਲਾ ਬਣਾਵਾਂਗਾ। ਬੜਾ ਕਠਿਨ ਹੈ ਸੰਗਤ ਜੀ, ਦੂਸਰਿਆਂ ਧਰਮਾਂ ਵਿੱਚ ਗੁਰਦੀਕਸ਼ਾ ਲੈਣ ਦਾ ਜਿਹੜਾ ਮਾਰਗ ਹੈ ਬਹੁਤ ਕਠਿਨ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਸਾਡੇ 'ਤੇ ਤਰਸ ਕੀਤਾ, ਸਾਨੂੰ 5 ਪਿਆਰੇ ਸਾਜ ਕੇ ਬਖਸ਼ੇ ਅਤੇ ਗੁਰਸਿੱਖ ਭਾਈ 5 ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣੇ। ਦਸਮ ਪਿਤਾ ਜੀ ਦੀ ਕਿੱਡੀ ਵੱਡੀ ਕਿਰਪਾ ਸਾਡੇ 'ਤੇ। ਆਪਾਂ ਵਿਸਾਖੀ ਦਾ ਦਿਹਾੜਾ 14 ਤਾਰੀਖ ਦਿਨ ਐਤਵਾਰ ਨੂੰ ਮਨਾਉਣ ਜਾ ਰਹੇ ਹਾਂ। ਉਸ ਦਿਨ ਸਤਿਗੁਰੂ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ। ਦੁਨੀਆ ਭਰ ਦੇ ਹਰ ਗੁਰੂ ਘਰ ਵਿੱਚ ਜਾਂ ਹਰ ਸ਼ਹਿਰ ਹਰ ਨਗਰ ਵਿੱਚ ਘੱਟ ਤੋਂ ਘੱਟ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਜ਼ਰੂਰ ਵਿਸਾਖੀ ਦੇ ਦਿਹਾੜਿਆਂ 'ਤੇ ਰੱਖਣੇ ਚਾਹੀਦੇ। ਵੱਧ ਤੋਂ ਵੱਧ ਜਿੰਨੇ ਹੋ ਜਾਣ ਉਨੇ ਚੰਗੇ ਹੈ,
ਪਰ ਅੰਮ੍ਰਿਤ ਸੰਚਾਰ ਸਮਾਗਮ ਵੀ ਨਾਲ ਨਾਲ ਰੱਖਣ ਦੀ ਬੜੀ ਭਾਰੀ ਜ਼ਰੂਰਤ ਹੈ। ਤਾਂ ਕਿ ਅੰਮ੍ਰਿਤ ਸੰਚਾਰ ਹੋਵੇ, ਸੰਗਤਾਂ ਅੰਮ੍ਰਿਤ ਛਕ ਕੇ ਗੁਰੂ ਵਾਲੀਆਂ ਬਣ। ਸੋ ਇਹ ਸਤਿਗੁਰੂ ਜੀ ਦਾ ਤਰਸ ਹੈ ਕਿ ਸਾਨੂੰ ਉਹਨਾਂ ਨੇ ਗੁਰੂ ਵਾਲੇ ਬਣਨ ਵਾਸਤੇ ਕਿੰਨਾ ਸੁਖੈਨ ਰਸਤਾ, ਕਿੰਨਾ ਸੁਖੈਨ ਮਾਰਗ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਪਸ਼ਚਾਤਾਪ ਦੇ ਵਿੱਚ ਸਾਰੀ ਰਤਨ ਰਾਤ ਗੁਜ਼ਾਰ ਦਿੰਦੇ ਹੈ। ਸਤਿਗੁਰੂ ਮਹਾਰਾਜ ਸ਼੍ਰੀ ਗੁਰੂ ਅਮਰਦਾਸ ਜੀ ਦੇ ਭਰਾ ਦੇ ਪੁੱਤਰ ਦੇ ਘਰੋਂ ਜੋ ਸਤਿਗੁਰਾਂ ਦੀ ਨਹੁੰ ਲੱਗਦੀ ਬੀਬੀ ਅਮਰੋ, ਧੰਨ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ, ਉਹ ਅੰਮ੍ਰਿਤ ਵੇਲੇ ਘਰ ਵਿੱਚ ਉੱਠਦੇ ਹੈ, ਇਸ਼ਨਾਨ ਕਰਦੇ ਹੈ, ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਦੁੱਧ ਰਿੜਕਣ ਲੱਗ ਪੈਂਦੇ ਹੈ। ਪੁਰਾਣੇ ਸਮੇਂ 'ਚ ਸਾਡੀਆਂ ਮਾਵਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੀਆਂ ਔਰ ਬਾਣੀ ਦਾ ਨਿਤਨੇਮ ਸ਼ੁਰੂ ਕਰ ਲੈਂਦੀਆਂ ਸਨ। ਨਿਤਨੇਮ ਕਰਦਿਆਂ ਘਰ ਦੇ ਕੰਮ ਕਰਨੇ ਔਰ ਬੱਚਿਆਂ ਨੂੰ ਉਠਾ ਕੇ ਇਸ਼ਨਾਨ ਕਰਾ ਕੇ ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਸਿੱਖਿਆ ਦੇਣੀ ਕਿ ਸਾਰੇ ਬੱਚੇ ਸਾਰਾ ਪਰਿਵਾਰ ਚੱਲੋ ਗੁਰੂ ਘਰ ਮੱਥਾ ਟੇਕ ਕੇ ਆਓ। ਮੱਥਾ ਟਿਕਾਉਣਾ, ਬੱਚਿਆਂ ਨੂੰ ਸੰਗਤ ਵਿੱਚ ਬਿਠਾਉਣਾ, ਫਿਰ ਸੰਗਤ ਕਰਨ ਤੋਂ ਬਾਅਦ ਘਰ ਵਿੱਚ ਲਿਆ ਕੇ ਸਾਰੇ ਪਰਿਵਾਰ ਨੂੰ ਅੰਨ ਜਲ ਜਲ ਪਾਣੀ ਪ੍ਰਸ਼ਾਦਾ ਛਕਾਉਣਾ, ਇਹ ਨੇਕ ਸਿੱਖਿਆ ਸਾਡੀਆਂ ਮਾਵਾਂ ਦਇਆ ਕਰਦੀਆਂ ਸਨ। ਜਿੱਥੇ ਗੁਰੂ ਅਮਰਦਾਸ ਜੀ ਨੇ 22 ਮੰਜੀਆਂ, 22 ਸੂਬੇ ਸਨ ਉਦੋਂ ਹਿੰਦੁਸਤਾਨ ਦੇ, ਸਿੱਖੀ ਦਾ ਪ੍ਰਚਾਰ ਕਰਨ ਵਾਸਤੇ 22 ਮੰਜੀਆਂ ਗੁਰਸਿੱਖਾਂ ਨੂੰ ਬਖਸ਼ੀਆਂ, ਉੱਥੇ ਸਿੱਖੀ ਦਾ ਪ੍ਰਚਾਰ ਕਰਨ ਲਈ 72 ਪੀੜ੍ਹੇ ਵੀ ਮਾਈਆਂ ਨੂੰ ਦਿੱਤੇ ਮਹਾਰਾਜ ਜੀ ਨੇ, 72 ਪੀੜ੍ਹੇ। ਇਹ ਬੀਬੀਆਂ ਸੇਵਾ ਕਰਨ, ਗੁਰਮਨ ਦਾ ਪ੍ਰਚਾਰ ਕਰਨ, ਸੰਸਾਰ ਵਿੱਚ ਵਿਚਰ ਕੇ ਸਿੱਖੀ ਨੂੰ ਦ੍ਰਿੜ ਕਰਵਾਉਣ, ਜਿਨ੍ਹਾਂ ਵਿੱਚੋਂ ਬ੍ਰਹਮ ਗਿਆਨੀ ਮਾਤਾ ਸੇਵਾ ਜੀ ਵਰਗੀਆਂ ਮਹਾਨ ਆਤਮਾਵਾਂ ਹੋਈਆਂ, ਜਿਨ੍ਹਾਂ ਦੀ ਯਾਦ ਵਿੱਚ ਅੱਜ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਬਾਜ਼ਾਰ ਮਾਈ ਸੇਵਾ ਬਣਿਆ ਹੋਇਆ। ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਉਹਨਾਂ ਨੇ ਸਿੱਖੀ ਦੀ ਦਾਤ ਗ੍ਰਹਿਣ ਕੀਤੀ ਔਰ ਬੌਲੀ ਸਾਹਿਬ ਜੀ ਦੀ ਸੇਵਾ ਕੀਤੀ। ਸੋ ਉਹਨਾਂ ਨੂੰ ਸਿੱਖੀ ਦੇ ਪ੍ਰਚਾਰ ਦਾ ਪੀੜਾ ਬਖਸ਼ਿਆ, ਨਾਲ 72 ਮਾਈਆਂ ਨੂੰ, ਕੁੱਲ ਟੋਟਲ 72 ਮਾਈਆਂ ਨੂੰ ਸਿੱਖੀ ਦੀਆਂ ਪ੍ਰਚਾਰਕ ਥਾਪਿਆ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ। ਕਿੱਡਾ ਵੱਡਾ ਮਹਾਨ ਪਰਉਪਕਾਰ ਕੀਤਾ। ਬੀਬੀ ਅਮਰੋ ਜਪਜੀ ਸਾਹਿਬ ਦਾ ਪਾਠ ਕਰਕੇ ਕੁਛ ਸ਼ਬਦਾਂ ਦਾ ਪਾਠ ਕਰ ਰਹੇ ਹੈ। ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਜੀ ਦਾ ਸ਼ਬਦ ਆਉਂਦਾ, ਕਰਣੀ ਕਾਗਦ ਮਨ ਪਸਵਾਣੀ ਬੁਰਾ ਭਲਾ ਦੋਏ ਲੇਖ ਪਏ। ਇਹ ਸ਼ਬਦ ਦੁੱਧ ਰਿੜਕਦਿਆਂ ਬੜੇ ਰਸ ਵਿੱਚ, ਬੜੇ ਆਨੰਦ ਵਿੱਚ, ਬੜੇ ਟਕਾ ਵਿੱਚ ਅੰਮ੍ਰਿਤ ਵੇਲੇ ਇਕਾਂਤ ਵਿੱਚ ਪੜ੍ਹ ਰਹੇ ਹੈ। ਇੱਕ ਇੱਕ ਅੱਖਰ ਵੈਰਾਗ ਦੇ ਸੰਯੁਕਤ ਹੋ ਕੇ ਗੁਰੂ ਅਮਰਦਾਸ ਜੀ ਓਹਲੇ ਖੜੋ ਕੇ ਸੁਣ ਰਹੇ ਹੈ ਔਰ ਨੇਤਰਾਂ ਵਿੱਚੋਂ ਵੈਰਾਗ ਦਾ ਜਲ ਵਗੀ ਜਾਂਦਾ, ਵਾਰ ਵਾਰ ਪਸ਼ਚਾਤਾਪ ਕਰੀ ਜਾਂਦੇ ਹਨ। ਪਰ ਜਦੋਂ ਇਹ ਸਾਰਾ ਸ਼ਬਦ ਸੁਣਿਆ, ਮਨ ਨੂੰ ਸ਼ਾਂਤੀ ਆ ਗਈ, ਮਨ ਵਿੱਚ ਧੀਰਜ ਆ ਗਿਆ, ਟਕਾ ਆ ਗਈ, ਰਸ ਬਣ ਗਿਆ। ਜਦੋਂ ਬੀਬੀ ਜੀ ਨੇ ਸਾਰਾ ਘਰ ਦਾ ਕੰਮ ਨਿਬੇੜਿਆ, ਸਤਿਗੁਰੂ ਜੀ ਬੀਬੀ ਅਮਰੋ ਪਾਸ ਗਏ, ਕਹਿਣ ਲੱਗੇ ਪੁੱਤਰੀ, ਇਹ ਜੇ ਤੂੰ ਬਾਣੀ ਪੜ੍ਹੀ ਹੈ, ਇਹ ਕਿਹਨਾਂ ਦੀ ਉਚਾਰਨ ਕੀਤੀ ਹੋਈ ਹੈ? ਬੀਬੀ ਅਮਰੋ ਜੀ ਕਹਿਣ ਲੱਗੇ, ਪਿਤਾ ਜੀ,
ਇਹ ਸ਼ਬਦ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹਨ। ਸਤਿਗੁਰੂ ਅਗਲਾ ਸਵਾਲ ਕਰਦੇ ਆ, ਪੁੱਤਰੀ ਮੈਂ ਉਹਨਾਂ ਦੇ ਦਰਸ਼ਨ ਕਰਨੇ, ਉਹਨਾਂ ਦੇ ਚਰਨਾਂ ਵਿੱਚ ਜਾਣਾ, ਉਹਨਾਂ ਦੀ ਸੰਗਤ ਕਰਕੇ ਉਹਨਾਂ ਤੋਂ ਬਖਸ਼ਿਸ਼ ਪ੍ਰਾਪਤ ਕਰਨੀ ਹੈ, ਮੈਂ ਐਸੇ ਸਤਿਗੁਰੂ ਨੂੰ ਆਪਣਾ ਗੁਰੂ ਧਾਰਨ ਕਰਨਾ ਚਾਹੁੰਦਾ ਜਿਹਨਾਂ ਦੀ ਬਾਣੀ ਸੁਣ ਕੇ ਮੇਰੇ ਮਨ ਨੂੰ ਸ਼ਾਂਤੀ ਆਵੇ। ਤਪਤ ਮਾਹੇ ਠੰਡ ਵਰਤਾਈ, ਅੰਧ ਭਇਆ ਦੁੱਖ ਨਾਠੇ ਭਾਏ, ਮੇਰਾ ਮਨ ਠੰਡਾ ਠਾਰ ਸ਼ੀਤਲ ਹੋ ਗਿਆ, ਸਤਿਗੁਰੂ ਦੀ ਬਾਣੀ ਸੁਣ ਕੇ ਮੈਂ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ। ਬੀਬੀ ਅਮਰੋ ਜੀ ਕਹਿਣ ਲੱਗੇ, ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਤਾਂ ਹੇ ਪਿਤਾ ਜੀ ਬਹੁਤ ਸਮਾਂ ਪਹਿਲਾਂ ਸਤਿਖੰਡ ਪਿਆਨਾ ਕਰ ਗਏ, ਉਹਨਾਂ ਨੇ ਗੁਰਦਾ ਗੱਦੀ ਸਾਡੇ ਪਿਤਾ ਭਾਵ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੂੰ ਬਖਸ਼ਿਸ਼ ਕੀਤੀ ਹੈ। ਗੁਰੂ ਅੰਗਦ ਦੇਵ ਜੀ ਇਸ ਵਕਤ ਖਡੂਰ ਸਾਹਿਬ ਸੰਗਤਾਂ ਨੂੰ ਤਾਰ ਰਹੇ, ਤਾਂ ਇਹ ਸੁਣ ਕੇ ਸਤਿਗੁਰੂ ਜੀ ਅੱਗੋਂ ਬੇਨਤੀ ਕਰਦੇ, ਕਹਿੰਦੇ ਪੁੱਤਰੀ ਮੈਨੂੰ ਉਹਨਾਂ ਦੇ ਦਰਸ਼ਨ ਕਰਾ ਦਿਓ, ਮੈਂ ਉਹਨਾਂ ਦੇ ਚਰਨਾਂ ਵਿੱਚ ਜਾਣਾ ਚਾਹੁੰਦਾ ਹਾਂ। ਤਾਂ ਉਸ ਸਮੇਂ ਬੀਬੀ ਅਮਰੋ ਜੀ ਕਹਿਣ ਲੱਗੇ ਕਿ ਪਿਤਾ ਸਤਿਗੁਰੂ ਦੀ ਆਗਿਆ ਹੈ ਕਿ ਬਿਨਾਂ ਬੁਲਾਇਆ ਕਦੇ ਸਾਡੇ ਪਾਸ ਸਹੁਰੇ ਘਰ ਤੋਂ ਨਹੀਂ ਆਉਣਾ, ਜਾਂ ਜਿੰਨਾ ਚਿਰ ਤੇਰਾ ਸਹੁਰਾ ਪਰਿਵਾਰ ਤੈਨੂੰ ਨਾ ਭੇਜੇ ਉਨਾ ਚਿਰ ਤੂੰ ਆਪਣੇ ਪੇਕੇ ਘਰ ਵਿੱਚ ਸਾਡੇ ਪਾਸ ਨਹੀਂ ਆਉਣਾ, ਇਸ ਆਗਿਆ ਦਾ ਪਾਲਣ ਕਰਨਾ। ਇਸ ਕਰਕੇ ਬੀਬੀ ਜੀ ਕਹਿਣ ਲੱਗੇ, ਮਹਾਰਾਜ ਨਾ ਤਾਂ ਪਿਤਾ ਸਤਿਗੁਰੂ ਦਾ ਕੋਈ ਸੰਦੇਸ਼ ਆਇਆ, ਨਾ ਹੀ ਤੁਹਾਡੇ ਵੱਲੋਂ, ਪਰਿਵਾਰ ਵੱਲੋਂ, ਪਤੀ ਜੀ ਵੱਲੋਂ, ਸਹੁਰਾ ਸਾਹਿਬ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਆਗਿਆ ਹੈ, ਮੈਂ ਬਿਨਾਂ ਆਗਿਆ ਤੋਂ ਨਹੀਂ ਜਾ ਸਕਦੀ। ਉਸ ਵਕਤ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਪੁੱਤਰੀ ਅਸੀਂ ਆਗਿਆ ਦਿੰਦੇ ਹਾਂ ਕਿ ਤੂੰ ਸਾਨੂੰ ਨਾਲ ਲੈ ਕੇ ਚੱਲ। ਜਦੋਂ ਬੀਬੀ ਅਮਰੋ ਜੀ ਗੁਰੂ ਅਮਰਦਾਸ ਜੀ ਨੂੰ ਬਾਸਰ ਕੇ ਨਗਰ ਤੋਂ ਲੈ ਕੇ ਆਏ, ਤਾਂ ਬੀਬੀ ਅਮਰੋ ਜੀ ਨੇ ਖਡੂਰ ਸਾਹਿਬ ਤੋਂ ਬਾਹਰ ਬਾਹਰ ਗੁਰੂ ਅਮਰਦਾਸ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਇਹ ਪਿਤਾ ਜੀ ਤੁਸੀਂ ਇੱਥੇ ਕੁਝ ਸਮਾਂ ਆਰਾਮ ਕਰੋ, ਮੈਂ ਸਤਿਗੁਰਾਂ ਤੋਂ ਆਗਿਆ ਲੈ ਕੇ ਆਵਾਂਗੀ, ਫਿਰ ਤੁਹਾਨੂੰ ਦਰਸ਼ਨ ਹੋਣਗੇ। ਅੱਗੇ ਦੀਵਾਨ ਸਜਿਆ ਹੋਇਆ ਖਡੂਰ ਸਾਹਿਬ, ਬੀਬੀ ਅਮਰੋ ਜੀ ਨੇ ਨਮਸਕਾਰ ਕੀਤੀ, ਹੱਥ ਡੋਲ ਕੇ ਖੜ੍ਹੇ, ਤਾਂ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਪੁੱਤਰੀ ਤੂੰ ਕਿਉਂ ਆਈ ਹੈ, ਤੈਨੂੰ ਬੁਲਾਇਆ ਨਹੀਂ, ਤੂੰ ਆਪਣੇ ਆਪ ਕਿਵੇਂ ਆ ਗਈ। ਅਗਲਾ ਵਚਨ ਕਰ ਦਿੱਤਾ, ਕਹਿੰਦੇ ਜਿਨ੍ਹਾਂ ਨੂੰ ਲੈ ਕੇ ਆਏ ਸੀ ਉਹਨਾਂ ਨੂੰ ਇਸ ਵਕਤ ਦੀਵਾਨ ਵਿੱਚ ਕਿਉਂ ਨਹੀਂ ਲੈ ਕੇ ਆਏ, ਬਾਹਰ ਕਿਉਂ ਬਿਠਾ ਦਿੱਤਾ। ਕਹਿਣ ਲੱਗੇ, ਪਿਤਾ ਜੀ ਤੁਹਾਡੀ ਆਗਿਆ ਦਾ ਪਾਲਣ ਕਰਨਾ ਸੀ, ਤੁਸੀਂ ਆਗਿਆ ਦਿਓਗੇ ਤਾਂ ਮੈਂ ਜ਼ਰੂਰ ਉਹਨਾਂ ਨੂੰ ਤੁਹਾਡੇ ਪਾਸ ਲੈ ਕੇ ਆਵਾਂ, ਆਪ ਜਾਣੀ ਜਾਣੋ ਮੈਂ ਕਿਉਂ ਆਈ ਹੈ, ਤੁਸੀਂ ਪਹਿਲੇ ਹੀ ਦੱਸ ਦਿੱਤਾ, ਇਸ ਕਰਕੇ ਸੱਚੇ ਪਾਤਸ਼ਾਹ ਮੇਰੇ ਪਿਤਾ ਸਮਾਨ ਹਨ, ਸ਼੍ਰੀ ਅਮਰਦਾਸ ਜੀ ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ। ਉਸੇ ਸਮੇਂ ਸਤਿਗੁਰੂ ਜੀ ਨੇ ਸੇਵਾਦਾਰ ਸਿੱਖਾਂ ਨੂੰ ਭੇਜ ਕੇ ਗੁਰੂ ਅਮਰਦਾਸ ਜੀ ਨੂੰ ਦੀਵਾਨ ਵਿੱਚ ਬੁਲਾਇਆ ਖਡੂਰ ਸਾਹਿਬ। ਜਦੋਂ ਗੁਰੂ ਅਮਰਦਾਸ ਜੀ ਸਾਹਮਣੇ ਆਏ ਨਾ, ਕੁੜਮਾ ਚਾਲੀ ਹੈ, ਪੁੱਤਰੀ ਵਿਆਹੀ ਹੋਈ ਹੈ, ਇਸ ਘਰ ਦੇ ਵਿੱਚ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਧੀ ਵਾਲੇ ਸਮਝ ਕੇ, ਪੁੱਤਰੀ ਵਾਲੇ ਸਮਝ ਕੇ
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰ ਅਮਰਦਾਸ ਪਰਸੀਐ ਕੋਹੁਮ ਪਾਤਕ ਬਿਨਾਸਹਿ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸਹਿ ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁਕਹਿ ਇੱਕ ਬਿਨ ਦੁਗਣ ਜੋ ਤਉ ਰਹਿ ਜਾ ਸੁਮੰਤਰ ਮਾਨਵਹਿ ਲਹਿ ਜਾਲ ਪਾ ਪਦਾਰਥ ਤੜੇ ਗੁਰ ਅਮਰਦਾਸ ਡਿਠੈ ਮਿਲਹਿ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਦੇ ਪ੍ਰਭ ਸਾਥ ਸੱਜਣ ਸਚਾ ਪਾਤ ਸਾਹਿਬ ਸਿਰ ਸਾਹਾਂਗ ਸਾਹਿਬ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਨ ਖੋਈ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੈ ਕੋਈ ਅਬਿਨਾਸੀ ਜੀਅਨ ਕੋ ਦਾਤਾ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖਤ ਜਬਰ ਛਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਹਜ਼ੂਰ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ
ਸਤ ਸੰਗਤ ਕਰਨ ਦਾ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸੋਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤ ਸੰਗਤ ਜੀ, ਅੱਜ ਤੀਸਰੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਗੁਰਤਾ ਗੱਦੀ ਗੁਰਪੁਰਬ ਹੈ। ਭਾਈ ਗੁਰਦਾਸ ਜੀ ਦਾ ਬੜਾ ਸੁੰਦਰ ਫਰਮਾਨ ਹੈ, ਹੋਮ ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਭਾਈ ਸਾਹਿਬ ਕਹਿੰਦੇ, ਮੈਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਅਤੇ ਕੁਰਬਾਨ ਜਾਂਦਾ ਹਾਂ ਜਿਹੜੇ ਆਪਣੇ ਸਤਿਗੁਰੂ ਦੇ ਗੁਰਪੁਰਬਾਂ ਦੇ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਅਤੇ ਕਰਦੇ ਹਨ। ਉਹਨਾਂ ਤੋਂ ਮੈਂ ਵਾਰ ਵਾਰ ਬਲਿਹਾਰ ਬਲਿਹਾਰ ਕੁਰਬਾਨ ਕੁਰਬਾਨ ਜਾਂਦਾ ਹਾਂ। ਸਤਿ ਸੰਗਤ ਜੀ, ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਗਰ ਬਾਸਰ ਕੇ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ। ਆਪ ਜੀ ਦਾ ਅਵਤਾਰ ਬਾਬਾ ਤੇਜ ਭਾਨ ਜੀ ਦੇ ਗ੍ਰਹਿ ਵਿਖੇ ਨਗਰ ਬਾਸਰ ਕੇ ਵਿਖੇ ਹੋਇਆ। ਬਾਲਕ ਅਵਸਥਾ ਤੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਸਾਂ ਨੌਹਾਂ ਦੀ ਧਰਮ ਦੀ ਕਿਰਤ ਕਰਨ ਵਾਲੇ ਔਰ ਬਹੁਤ ਹੀ ਪਵਿੱਤਰ ਅਤੇ ਨਿਰਮਲ ਆਚਾਰ ਰਹਿਣੀ ਬਹਿਣੀ ਔਰ ਨਿਰਮਲ ਕਰਮ ਕਰਨ ਵਾਲਾ ਬੜਾ ਸਾਦਾ ਅਤੇ ਸੰਜਮੀ ਜੀਵਨ ਸੀ ਸਤਿਗੁਰਾਂ ਦਾ। ਇਸੇ ਦੇ ਫਲਸਰੂਪ ਸਤਿਗੁਰੂ ਜੀ ਆਪਣੇ ਪਿਤਾ ਜੀ ਦੀ ਆਗਿਆ ਵਿੱਚ ਦਸਾਂ ਨੌਹਾਂ ਦੀ ਧਰਮ ਦੀ ਕਿਰਤ ਵੀ ਕਰਦੇ। ਜਦੋਂ ਕਿਤੇ ਵਕਤ ਮਿਲਦਾ ਤਾਂ ਹਜ਼ੂਰ ਤੀਰਥ ਯਾਤਰਾ 'ਤੇ ਵੀ ਜਾਇਆ ਕਰਦੇ ਸਨ। 20 ਵੇਰੀ ਹਜ਼ੂਰ ਹਰ ਸਾਲ ਆਪਣੇ ਨਗਰ ਤੋਂ ਪੈਦਲ ਤੁਰ ਕੇ ਗੰਗਾ ਦਾ ਦਰਸ਼ਨ ਅਤੇ ਹਰਦੁਆਰ ਤੀਰਥ ਦਾ ਦਰਸ਼ਨ ਅਤੇ ਇਸ਼ਨਾਨ ਕਰਨ ਵਾਸਤੇ ਜਾਂਦੇ ਔਰ 20ਵੀਂ ਵਾਰੀ ਜਦੋਂ ਸਤਿਗੁਰੂ ਜੀ ਗਏ ਤਾਂ ਰਸਤੇ ਵਿੱਚ ਵਾਪਸ ਮੁੜੇ ਆਉਂਦੇ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਇੱਕ ਬੜਾ ਕਰਮੀ ਧਰਮੀ ਨੇਮੀ ਪੁਰਸ਼ ਜਿਹੜਾ ਆਪਣੀ ਪੂਜਾ ਦੇ ਵਿੱਚ ਬੜਾ ਪਰਪੱਕ ਜੀਵਨ ਹੈ, ਬੜੇ ਧਰਮ ਦੇ ਕਰਮਾਂ ਨੂੰ ਨਿਭਾਉਣ ਵਾਲਾ ਬ੍ਰਹਮਚਾਰੀ ਸਾਧੂ ਮਿਲਿਆ। ਸਤਿਗੁਰੂ ਜੀ ਦੇ ਬੜੇ ਉੱਚੇ ਜੀਵਨ ਨੂੰ ਵੇਖ ਕੇ ਇਤਨਾ ਪ੍ਰਭਾਵਿਤ ਹੋਇਆ ਕਿ ਸਤਿਗੁਰੂ ਜੀ ਦੇ ਦਰਸ਼ਨ ਕਰਦਿਆਂ ਉਹਦਾ ਮਨ ਸ਼ਾਂਤ ਹੋ ਗਿਆ ਔਰ ਸਤਿਗੁਰੂ ਜੀ ਦੀ ਸੰਗਤ ਵਿੱਚ ਇਤਨਾ ਪ੍ਰਭਾਵਿਤ ਹੋਇਆ ਕਿ ਸਤਿਗੁਰੂ ਜੀ ਦੇ ਨਾਲ ਹੀ ਸਾਰੇ ਸਫ਼ਰ ਵਿੱਚ ਰਿਹਾ ਔਰ ਜਦੋਂ ਸਤਿਗੁਰੂ ਜੀ ਗੰਗਾ ਇਸ਼ਨਾਨ ਤੋਂ ਬਾਅਦ 20ਵੀਂ ਵੇਰੀ ਆਪਣੇ ਨਗਰ ਬਾਸਰ ਕੇ ਵਿਖੇ ਆਏ, ਨਾਲ ਹੀ ਆਇਆ। ਪ੍ਰਸ਼ਾਦਾ ਛਕਣ ਤੋਂ ਉਪਰੰਤ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਆਰਾਮ ਕਰਨ ਵਾਸਤੇ ਘਰ ਵਿੱਚ ਉਹਨਾਂ ਨੂੰ ਬੜਾ ਸੁੰਦਰ ਨਿਵਾਸ ਅਸਥਾਨ ਦਿੱਤਾ, ਸਾਧੂ ਜਾਣ ਕੇ ਬੰਦਗੀ ਕਰਨ ਵਾਲਾ ਜਾਣ ਕੇ ਬੜਾ ਨੇਕ ਕਰਮੀ ਧਰਮੀ ਪਵਿੱਤਰ ਜੀਵਨ ਵਾਲਾ ਪੁਰਸ਼ ਜਾਣ ਕੇ ਬਹੁਤਾ ਸਨਮਾਨ ਕੀਤਾ ਤਾਂ ਬ੍ਰਹਮਚਾਰੀ ਰਾਤ ਨੂੰ ਬਚਨ ਬਲਾਸ ਕਰਦਿਆਂ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਪੁੱਛਦਾ ਹੈ ਕਿ ਤੁਹਾਡੀ ਰਹਿਣੀ ਤੋਂ ਮੈਂ ਬੜਾ ਪ੍ਰਭਾਵਿਤ ਹਾਂ।
ਕਿਉਂਕਿ ਤੁਹਾਡੀ ਸੰਗਤ ਵਿੱਚ ਮੈਨੂੰ ਬੜੀ ਸ਼ਾਂਤੀ ਪ੍ਰਾਪਤ ਹੋਈ ਹੈ। ਤੁਹਾਡਾ ਬਹੁਤ ਉੱਚਾ ਸੁੱਚਾ ਨਿਰਮਲ ਜੀਵਨ ਹੈ। ਤੁਸੀਂ ਐਸਾ ਕਿਹੜਾ ਮਹਾਨ ਗੁਰੂ ਧਾਰਨ ਕੀਤਾ ਜਿਹਨੇ ਤੁਹਾਨੂੰ ਐਸੀ ਮਹਾਨ ਸਿੱਖਿਆ ਦਿੱਤੀ? ਜਦੋਂ ਸਤਿਗੁਰੂ ਜੀ ਨੂੰ ਇਹ ਸਵਾਲ ਕੀਤਾ, ਸਤਿਗੁਰੂ ਜੀ ਕਹਿਣ ਲੱਗੇ, ਮਹਾਤਮਾ ਜੀ ਅਜੇ ਪੂਰਾ ਗੁਰੂ ਨਹੀਂ ਮਿਲਿਆ, ਰਹੋ ਸੰਤ ਹੋਂ ਟੋ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਐ ਮੁੱਖੋਂ ਇਹ ਪੰਡਿਤ ਮਿੱਠੇ, ਬਸ ਏਕ ਹੋਂ ਫਿਰਿਓ ਕਿਨੈ ਨੰ ਪਰਚੈ ਨ ਪਰਚਉ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਮਹਾਰਾਜ ਕਹਿੰਦੇ, ਹੇ ਮਹਾਤਮਾ ਜੀ, ਬੜੇ ਵੱਡੇ ਵੱਡੇ ਤਪੱਸਵੀ ਵੀ ਲੱਭੇ ਹੈ, ਸੰਨਿਆਸੀ ਵੀ ਦੇਖੇ ਹੈ, ਸਾਧੂ ਵੀ ਵੇਖੇ ਹੈ, ਟੋਲ ਵਿੱਚ ਹਾਂ ਕਿ ਪੂਰਾ ਗੁਰੂ ਮਿਲ ਜਾਵੇ, ਪਰ ਜਿਹੋ ਜਿਹਾ ਗੁਰੂ ਚਾਹੀਦਾ ਉਸ ਦੀ ਅਜੇ ਸੰਗਤ ਨਹੀਂ ਮਿਲੀ, ਉਹਦੇ ਦਰਸ਼ਨ ਨਹੀਂ ਹੋਏ। ਗੁਰਬਾਣੀ ਵਿੱਚ ਪੂਰੇ ਗੁਰੂ ਦੀ ਇੱਕ ਬੜੀ ਸੁੰਦਰ ਨਿਸ਼ਾਨੀ ਸਤਿਗੁਰੂ ਜੀ ਨੇ ਦੱਸੀ ਹੈ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ, ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਹੀ ਹੈ। ਜਿਸ ਦੇ ਦਰਸ਼ਨ ਕਰਕੇ ਮਨ ਵਿੱਚ ਆਨੰਦ ਪੈਦਾ ਹੋ ਜਾਏ, ਖੇੜਾ ਪੈਦਾ ਹੋ ਜਾਏ, ਮਨ ਦੀ ਦੁਬਦਾ ਨਿਵਿਰਤ ਹੋ ਜਾਏ ਔਰ ਪਰਮ ਪਦ ਦੀ ਪ੍ਰਾਪਤੀ ਹੋ ਜਾਏ, ਉਸੇ ਨੂੰ ਪੂਰਾ ਸਤਿਗੁਰੂ ਕਹੀਦਾ ਹੈ। ਮਹਾਰਾਜ ਕਹਿੰਦੇ, ਅਜੇ ਪੂਰਾ ਗੁਰੂ ਨਹੀਂ ਮਿਲਿਆ, ਇਸ ਕਰਕੇ ਅਸੀਂ ਅਜੇ ਗੁਰੂ ਧਾਰਨ ਨਹੀਂ ਕੀਤਾ ਹੈ। ਉਹ ਬ੍ਰਹਮਚਾਰੀ ਇੱਕਦਮ ਸੁਣ ਕੇ ਬੜਾ ਭੈਭੀਤ ਹੋਇਆ, ਉਹਦੇ ਮਨ ਵਿੱਚ ਬੜਾ ਰੋਸ ਪੈਦਾ ਹੋਇਆ। ਉਹ ਕਹਿਣ ਲੱਗਾ, ਹੇ ਭਲੇ ਪੁਰਸ਼, ਤੈਨੂੰ ਇੱਕ ਗੱਲ ਦਾ ਪਤਾ ਹੈ ਕਿ ਜਿਹੜੇ ਮਨੁੱਖ ਨੇ ਜੀਵਨ ਵਿੱਚ ਗੁਰੂ ਨਾਲ ਧਾਰਨ ਕੀਤਾ ਹੋਵੇ, ਜਿਹੜਾ ਮਨੁੱਖ ਨਗੁਰਾ ਹੋਵੇ, ਗੁਰਬਾਣੀ ਵਿੱਚ ਵੀ ਫਰਮਾਨ ਹੈ, ਸਤਿਗੁਰ ਵਾਹਿਗੁਰੂ ਗੁਰ ਨਹੀਂ ਕੋਈ ਨਗੁਰੇ ਕਾਹੈ ਨਾਮ ਗੁਰਾ, ਜਿਹਨੇ ਗੁਰੂ ਨਹੀਂ ਨਾ ਧਾਰਨ ਕੀਤਾ, ਉਸ ਮਨੁੱਖ ਦੇ ਨਾਲ ਰਹਿਣਾ ਬਹਿਣਾ ਉੱਠਣਾ ਬੈਠਣਾ ਤਾਂ ਇੱਕ ਪਾਸੇ ਰਿਹਾ, ਉਹਦਾ ਨਾਮ ਲੈਣਾ ਵੀ ਪਾਪ ਹੈ। ਕਹਿਣ ਲੱਗਾ, ਹੇ ਨੇਕ ਪੁਰਸ਼, ਤੂੰ ਅਜੇ ਗੁਰੂ ਜੀ ਧਾਰਨ ਕੀਤਾ, ਤੇਰੀ ਬਿਰਧ ਅਵਸਥਾ ਹੋ ਚੁੱਕੀ ਹੈ, 70 ਤੋਂ ਉੱਤੇ ਟੱਪ ਗਿਆ, ਤੂੰ ਨਗੁਰਾ ਮਨੁੱਖ ਹੈ, ਤੇਰੀ ਸੰਗਤ ਕਰਕੇ, ਤੇਰੇ ਨਗੁਰੇ ਦੇ ਘਰ ਦਾ ਅਨਜਲ ਪਾਨ ਕਰਕੇ ਮੇਰੇ ਹੁਣ ਤੱਕ ਦੇ ਜਿੰਨੇ ਵੀ ਜਪ ਤਪ ਸ਼ੁਭ ਨੇਕ ਕਰਮ ਕੀਤੇ ਸਾਰੇ ਨਿਸਫਲ ਚਲੇ ਗਏ, ਮੇਰੀ ਘਾਲਣਾ ਹੀ ਨਿਸਫਲ ਚਲੀ ਗਈ, ਮੈਂ ਇੱਕ ਪਲ ਵੀ ਤੇਰੇ ਘਰ ਵਿੱਚ ਨਹੀਂ ਹੁਣ ਰੁਕ ਸਕਦਾ। ਸਤਿਗੁਰੂ ਜੀ ਨੂੰ ਇਹ ਵਚਨ ਕਹਿੰਦਿਆਂ ਘਰ ਤੋਂ ਬਾਹਰ ਅੱਧੀ ਰਾਤ ਨੂੰ ਤੁਰ ਜਾਂਦਾ ਹੈ। ਸਤਿਗੁਰੂ ਬੜੀ ਨਿਮਰਤਾ ਪੂਰਵਕ ਹੱਥ ਜੋੜ ਕੇ ਉਸ ਨੂੰ ਰੋਕਣ ਦਾ ਯਤਨ ਕਰਦੇ ਹੈ ਕਿ ਅੱਧੀ ਰਾਤ ਦਾ ਸਮਾਂ ਹੈ ਮਹਾਤਮਾ ਜੀ, ਤੁਸੀਂ ਘਰੋਂ ਨਾ ਜਾਓ, ਸਾਡੇ ਤੋਂ ਜੇ ਅਵੱਗਿਆ ਹੋਈ ਸਾਨੂੰ ਖਿਮਾ ਕਰ ਦਿਓ। ਪਰ ਉਹ ਰੁਕਦਾ ਨਹੀਂ, ਚਲਿਆ ਜਾਂਦਾ ਹੈ।
ਗੁਰ ਇਤਿਹਾਸ ਵਿੱਚ ਆਉਂਦਾ ਸਾਰੀ ਰਾਤ ਪਸ਼ਚਾਤਾਪ ਦੇ ਵਿੱਚ ਹੀ ਗੁਜ਼ਰ ਗਈ ਸਤਿਗੁਰਾਂ ਦੀ। ਸਾਧ ਸੰਗਤ ਜੀ, ਇਹ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਹੈ ਕਿ 1699 ਦੀ ਵਿਸਾਖੀ ਨੂੰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ੀ ਔਰ ਕਲਯੁੱਗ ਦੇ ਵਿੱਚ ਕਿੰਨਾ ਸੁਖੈਨ ਮਾਰਗ ਗੁਰੂ ਧਾਰਨ ਕਰਨ ਦਾ ਸਾਨੂੰ ਬਖਸ਼ਿਸ਼ ਕੀਤਾ ਹੈ। ਇੰਨਾ ਸੁਖੈਨ ਮਾਰਗ ਗੁਰੂ ਵਾਲਾ ਬਣਨ ਦਾ ਕਿਸੇ ਵੀ ਧਰਮ ਵਿੱਚ ਨਹੀਂ ਪ੍ਰਾਪਤ ਹੁੰਦਾ। ਤੁਸੀਂ ਦੂਸਰੇ ਕਿਸੇ ਵੀ ਧਰਮ ਵਿੱਚ ਗੁਰੂ ਧਾਰਨ ਕਰਨ ਵਾਸਤੇ ਤੁਰੋਗੇ ਨਾ, ਜਿਹੜਾ ਕੋਈ ਸਿਆਣਾ ਪੁਰਸ਼ ਹੈ ਜਿਹਨੂੰ ਗੁਰੂ ਧਾਰਨ ਕਰਾਉਣ ਦਾ ਗਿਆਨ ਹੈ, ਉਹ ਕਦੇ ਵੀ ਆਏ ਪ੍ਰਾਣੀ ਨੂੰ ਇੱਕਦਮ ਗੁਰਦੀਕਸ਼ਾ ਨਹੀਂ ਦਿੰਦਾ, ਗੁਰਮੰਤਰ ਨਹੀਂ ਦਿੰਦਾ, ਉਪਦੇਸ਼ ਨਹੀਂ ਦਿੰਦਾ। ਸਨਾਤਨ ਹਿੰਦੂ ਧਰਮ ਦੇ ਵਿੱਚ ਵੀ ਇਹ ਖਿਆਲ ਉਹਨਾਂ ਦੇ ਧਾਰਮਿਕ ਗ੍ਰੰਥਾਂ ਵਿੱਚ ਕਥਨ ਕੀਤੇ ਹੋਏ ਹੈ ਕਿ ਇਹ ਜਿਹੜੀ ਦੇਹ ਸਰੀਰ ਹੈ ਇਹ ਪੁੰਨਾਂ ਅਤੇ ਪਾਪਾਂ ਦੇ ਸੰਯੋਗ ਕਰਕੇ ਬਣੀ ਹੋਈ ਹੈ। ਜਿੰਨਾ ਚਿਰ ਮਨੁੱਖ ਨਿਸ਼ਕਾਮ ਕਰਮ ਕਰਕੇ, ਤੀਰਥ ਯਾਤਰਾ ਕਰਕੇ, ਪੂਜਾ ਪਾਠ ਕਰਕੇ, ਸ਼ੁਭ ਕਰਮ ਕਰਕੇ ਆਪਣੀ ਦੇਹ ਨੂੰ ਪਵਿੱਤਰ ਨਹੀਂ ਕਰ ਲੈਂਦਾ, ਉਨਾ ਚਿਰ ਉਹਨੂੰ ਗੁਰਦੀਕਸ਼ਾ ਨਹੀਂ ਦਿੱਤੀ ਜਾਂਦੀ। ਇੱਕ ਬੜਾ ਸੁੰਦਰ ਲੌਕਿਕ ਪ੍ਰਮਾਣ ਵੀ ਉਸ ਬਾਬਤ ਗ੍ਰੰਥਾਂ ਦੇ ਵਿੱਚ ਆਉਂਦਾ ਹੈ। ਕਿਰਪਾ ਕੜੀਆਂ ਮੰਤਰ ਦ੍ਰਿੜੀਆਂ ਹਰੀ ਹਰੀ ਦੂਮਨ ਕੰਦਨੰ ਅੰਸਨੀ ਕੁਮਾਰ ਪਾਲਣ ਜਹੀ ਧਰਮ ਸਨਾਤਨ। ਕਿਸੇ ਸੰਨਿਆਸੀ ਨੂੰ ਕਹਿੰਦੇ ਕੋਈ ਸੇਵਕ ਕੋਈ ਚੇਲਾ ਗੁਰੂ ਧਾਰਨ ਕਰਨ ਵਾਸਤੇ ਗਿਆ, ਉਹ ਆਖਣ ਲੱਗੇ ਭਾਈ ਪਹਿਲਾ ਮੰਤਰ ਇਹ ਹੈ ਆ ਕਿਰਪਾ ਚੁੱਕ ਤੇ ਹਰਾ ਹਰਾ ਘਾਹ ਖੋਦ ਕੇ ਲਿਆ, 12 ਸਾਲ ਮੇਰੇ ਘੋੜਿਆਂ ਨੂੰ ਇਹ ਘਾਹ ਖੋਦ ਕੇ ਜਦੋਂ ਪਾਵੇਂਗਾ ਔਰ ਜੂਠੇ ਬਰਤਨ ਮਾਂਜੇਗਾ, ਹਰ ਪ੍ਰਕਾਰ ਦੀ ਸੇਵਾ ਕਰੇਗਾ, ਔਰ ਜੇਕਰ ਤੂੰ ਮੇਰੀ ਇਸ ਸਿੱਖਿਆ ਵਿੱਚ ਪ੍ਰਸੰਨਤਾ ਪੂਰਵਕ ਸੇਵਾ ਕਰਦਿਆਂ ਪੂਰੇ 12 ਸਾਲ ਦਾ ਸਮਾਂ ਗੁਜ਼ਾਰ ਦਿੱਤਾ, ਮੇਰੀ ਕੋਈ ਨਾਰਾਜ਼ਗੀ ਨਾ ਲਈ, ਫਿਰ ਤੈਨੂੰ ਮੈਂ ਗੁਰਮੰਤਰ ਦਿਆਂਗਾ, ਗੁਰੂ ਵਾਲਾ ਬਣਾਵਾਂਗਾ। ਬੜਾ ਕਠਿਨ ਹੈ ਸੰਗਤ ਲਈ, ਦੂਸਰਿਆਂ ਧਰਮਾਂ ਵਿੱਚ ਗੁਰਦੀਕਸ਼ਾ ਲੈਣ ਦਾ ਜਿਹੜਾ ਮਾਰਗ ਹੈ ਬਹੁਤ ਕਠਿਨ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਸਾਡੇ 'ਤੇ ਤਰਸ ਕੀਤਾ, ਸਾਨੂੰ 5 ਪਿਆਰੇ ਸਾਜ ਕੇ ਬਖਸ਼ੇ ਕਿ ਗੁਰਸਿੱਖ ਭਾਈ 5 ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣੇ। ਦਸਮ ਪਿਤਾ ਜੀ ਦੀ ਕਿੱਡੀ ਵੱਡੀ ਕਿਰਪਾ ਸਾਡੇ 'ਤੇ। ਆਪਾਂ ਵਿਸਾਖੀ ਦਾ ਦਿਹਾੜਾ 14 ਤਾਰੀਖ ਦਿਨ ਐਤਵਾਰ ਨੂੰ ਮਨਾਉਣ ਜਾ ਰਹੇ ਹਾਂ। ਉਸ ਦਿਨ ਸਤਿਗੁਰੂ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ। ਦੁਨੀਆ ਭਰ ਦੇ ਹਰ ਗੁਰੂ ਘਰ ਵਿੱਚ ਜਾਂ ਹਰ ਸ਼ਹਿਰ ਹਰ ਨਗਰ ਵਿੱਚ ਘੱਟ ਤੋਂ ਘੱਟ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਜ਼ਰੂਰ ਵਿਸਾਖੀ ਦੇ ਦਿਹਾੜਿਆਂ 'ਤੇ ਰੱਖਣੇ ਚਾਹੀਦੇ ਹੈ। ਵੱਧ ਤੋਂ ਵੱਧ ਜਿੰਨੇ ਹੋ ਜਾਣ ਉਨੇ ਚੰਗੇ ਹੈ,
ਪਰ ਅੰਮ੍ਰਿਤ ਸੰਚਾਰ ਸਮਾਗਮ ਵੀ ਨਾਲ ਨਾਲ ਰੱਖਣ ਦੀ ਬੜੀ ਭਾਰੀ ਜ਼ਰੂਰਤ ਹੈ। ਤਾਂ ਕਿ ਅੰਮ੍ਰਿਤ ਸੰਚਾਰ ਹੋਵੇ, ਸੰਗਤਾਂ ਅੰਮ੍ਰਿਤ ਛਕ ਕੇ ਗੁਰੂ ਵਾਲੀਆਂ ਬਣ। ਸੋ ਇਹ ਸਤਿਗੁਰੂ ਜੀ ਦਾ ਤਰਸ ਹੈ ਕਿ ਸਾਨੂੰ ਉਹਨਾਂ ਨੇ ਗੁਰੂ ਵਾਲੇ ਬਣਨ ਵਾਸਤੇ ਕਿੰਨਾ ਸੁਖੈਨ ਰਸਤਾ, ਕਿੰਨਾ ਸੁਖੈਨ ਮਾਰਗ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਪਸ਼ਚਾਤਾਪ ਦੇ ਵਿੱਚ ਸਾਰੀ ਰਤਨ ਰਾਤ ਗੁਜ਼ਾਰ ਦਿੰਦੇ ਹੈ। ਸਤਿਗੁਰੂ ਮਹਾਰਾਜ ਸ਼੍ਰੀ ਗੁਰੂ ਅਮਰਦਾਸ ਜੀ ਦੇ ਭਰਾ ਦੇ ਪੁੱਤਰ ਦੇ ਘਰੋਂ ਜੋ ਸਤਿਗੁਰਾਂ ਦੀ ਨਹੁੰ ਲੱਗਦੀ ਬੀਬੀ ਅਮਰੋ, ਧੰਨ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ, ਉਹ ਅੰਮ੍ਰਿਤ ਵੇਲੇ ਘਰ ਵਿੱਚ ਉੱਠਦੇ ਹੈ, ਇਸ਼ਨਾਨ ਕਰਦੇ ਹੈ, ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਦੁੱਧ ਰਿੜਕਣ ਲੱਗ ਪੈਂਦੇ ਹੈ। ਪੁਰਾਣੇ ਸਮੇਂ ਸਾਡੀਆਂ ਮਾਵਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੀਆਂ ਔਰ ਬਾਣੀ ਦਾ ਨਿਤਨੇਮ ਸ਼ੁਰੂ ਕਰ ਲੈਂਦੀਆਂ ਸਨ। ਨਿਤਨੇਮ ਕਰਦਿਆਂ ਘਰ ਦੇ ਕੰਮ ਕਰਨੇ ਔਰ ਬੱਚਿਆਂ ਨੂੰ ਉਠਾ ਕੇ ਇਸ਼ਨਾਨ ਕਰਾ ਕੇ ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਸਿੱਖਿਆ ਦੇਣੀ ਕਿ ਸਾਰੇ ਬੱਚੇ ਸਾਰਾ ਪਰਿਵਾਰ ਚੱਲੋ ਗੁਰੂ ਘਰ ਮੱਥਾ ਟੇਕ ਕੇ ਆਓ। ਮੱਥਾ ਟਿਕਾਉਣਾ, ਬੱਚਿਆਂ ਨੂੰ ਸੰਗਤ ਵਿੱਚ ਬਿਠਾਉਣਾ, ਫਿਰ ਸੰਗਤ ਕਰਨ ਤੋਂ ਬਾਅਦ ਘਰ ਵਿੱਚ ਲਿਆ ਕੇ ਸਾਰੇ ਪਰਿਵਾਰ ਨੂੰ ਅੰਨ ਜਲ ਜਲ ਪਾਣੀ ਪ੍ਰਸ਼ਾਦਾ ਛਕਾਉਣਾ, ਇਹ ਨੇਕ ਸਿੱਖਿਆ ਸਾਡੀਆਂ ਮਾਵਾਂ ਦਇਆ ਕਰਦੀਆਂ ਸਨ। ਜਿੱਥੇ ਗੁਰੂ ਅਮਰਦਾਸ ਜੀ ਨੇ 22 ਮੰਜੀਆਂ, 22 ਸੂਬੇ ਸਨ ਉਦੋਂ ਹਿੰਦੁਸਤਾਨ ਦੇ, ਸਿੱਖੀ ਦਾ ਪ੍ਰਚਾਰ ਕਰਨ ਵਾਸਤੇ 22 ਮੰਜੀਆਂ ਗੁਰਸਿੱਖਾਂ ਨੂੰ ਬਖਸ਼ੀਆਂ, ਉੱਥੇ ਸਿੱਖੀ ਦਾ ਪ੍ਰਚਾਰ ਕਰਨ ਲਈ 72 ਪੀੜ੍ਹੇ ਵੀ ਮਾਈਆਂ ਨੂੰ ਦਿੱਤੇ ਮਹਾਰਾਜ ਜੀ ਨੇ, 72 ਪੀੜ੍ਹੇ। ਇਹ ਬੀਬੀਆਂ ਸੇਵਾ ਕਰਨ, ਗੁਰਮਤ ਦਾ ਪ੍ਰਚਾਰ ਕਰਨ, ਸੰਸਾਰ ਵਿੱਚ ਵਿਚਰ ਕੇ ਸਿੱਖੀ ਨੂੰ ਦ੍ਰਿੜ ਕਰਵਾਉਣ, ਜਿਨ੍ਹਾਂ ਵਿੱਚੋਂ ਬ੍ਰਹਮ ਗਿਆਨੀ ਮਾਤਾ ਸੇਵਾ ਜੀ ਵਰਗੀਆਂ ਮਹਾਨ ਆਤਮਾਵਾਂ ਹੋਈਆਂ, ਜਿਨ੍ਹਾਂ ਦੀ ਯਾਦ ਵਿੱਚ ਅੱਜ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਬਾਜ਼ਾਰ ਮਾਈ ਸੇਵਾ ਬਣਿਆ ਹੋਇਆ। ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਉਹਨਾਂ ਨੇ ਸਿੱਖੀ ਦੀ ਦਾਤ ਗ੍ਰਹਿਣ ਕੀਤੀ ਔਰ ਬੌਲੀ ਸਾਹਿਬ ਜੀ ਦੀ ਸੇਵਾ ਕੀਤੀ। ਸੋ ਉਹਨਾਂ ਨੂੰ ਸਿੱਖੀ ਦੇ ਪ੍ਰਚਾਰ ਦਾ ਪੀੜਾ ਬਖਸ਼ਿਆ ਨਾਲ 72 ਮਾਈਆਂ, ਕੁੱਲ ਟੋਟਲ 72 ਮਾਈਆਂ ਨੂੰ ਸਿੱਖੀ ਦੀਆਂ ਪ੍ਰਚਾਰਕ ਥਾਪਿਆ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ, ਕਿੱਡਾ ਵੱਡਾ ਮਹਾਨ ਪਰਉਪਕਾਰ ਕੀਤਾ। ਬੀਬੀ ਅਮਰੋ ਜਪਜੀ ਸਾਹਿਬ ਦਾ ਪਾਠ ਕਰਕੇ ਕੁਝ ਸ਼ਬਦਾਂ ਦਾ ਪਾਠ ਕਰ ਰਹੇ ਹੈ। ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਜੀ ਦਾ ਸ਼ਬਦ ਆਉਂਦਾ, ਕਰਣੀ ਕਾਗਦ ਮਨ ਪਸਵਾਣੀ ਬੁਰਾ ਭਲਾ ਦੋਏ ਲੇਖ ਪਏ। ਇਹ ਸ਼ਬਦ ਦੁੱਧ ਰਿੜਕਦਿਆਂ ਬੜੇ ਰਸ ਵਿੱਚ, ਬੜੇ ਆਨੰਦ ਵਿੱਚ, ਬੜੇ ਟਕਾ ਵਿੱਚ ਅੰਮ੍ਰਿਤ ਵੇਲੇ ਇਕਾਂਤ ਵਿੱਚ ਪੜ੍ਹ ਰਹੇ ਹੈ। ਇੱਕ ਇੱਕ ਅੱਖਰ ਵੈਰਾਗ ਦੇ ਸੰਯੁਕਤ ਹੋ ਕੇ ਗੁਰੂ ਅਮਰਦਾਸ ਜੀ ਓਹਲੇ ਖੜੋ ਕੇ ਸੁਣ ਰਹੇ ਹੈ ਔਰ ਨੇਤਰਾਂ ਵਿੱਚੋਂ ਵੈਰਾਗ ਦਾ ਜਲ ਵਗੀ ਜਾਂਦਾ, ਵਾਰ ਵਾਰ ਪਛਤਾਤਾਪ ਕਰੀ ਜਾਂਦੇ ਹਨ। ਪਰ ਜਦੋਂ ਇਹ ਸਾਰਾ ਸ਼ਬਦ ਸੁਣਿਆ, ਮਨ ਨੂੰ ਸ਼ਾਂਤੀ ਆ ਗਈ, ਮਨ ਵਿੱਚ ਧੀਰਜ ਆ ਗਿਆ, ਟਕਾ ਆ ਗਈ, ਰਸ ਬਣ ਗਿਆ। ਜਦੋਂ ਬੀਬੀ ਜੀ ਨੇ ਸਾਰਾ ਘਰ ਦਾ ਕੰਮ ਨਿਬੇੜਿਆ, ਸਤਿਗੁਰੂ ਜੀ ਬੀਬੀ ਅਮਰੋ ਪਾਸ ਗਏ, ਕਹਿਣ ਲੱਗੇ, ਪੁੱਤਰੀ ਇਹ ਜੇ ਤੂੰ ਬਾਣੀ ਪੜ੍ਹੀ ਹੈ, ਇਹ ਕਿਹਨਾਂ ਦੀ ਉਚਾਰਨ ਕੀਤੀ ਹੋਈ ਹੈ? ਬੀਬੀ ਅਮਰੋ ਜੀ ਕਹਿਣ ਲੱਗੇ, ਪਿਤਾ ਜੀ
ਇਹ ਸ਼ਬਦ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹਨ। ਸਤਿਗੁਰੂ ਅਗਲਾ ਸਵਾਲ ਕਰਦੇ ਆ, ਪੁੱਤਰੀ ਮੈਂ ਉਹਨਾਂ ਦੇ ਦਰਸ਼ਨ ਕਰਨੇ, ਉਹਨਾਂ ਦੇ ਚਰਨਾਂ ਵਿੱਚ ਜਾਣਾ, ਉਹਨਾਂ ਦੀ ਸੰਗਤ ਕਰਕੇ ਉਹਨਾਂ ਤੋਂ ਬਖਸ਼ਿਸ਼ ਪ੍ਰਾਪਤ ਕਰਨੀ ਹੈ, ਮੈਂ ਐਸੇ ਸਤਿਗੁਰੂ ਨੂੰ ਆਪਣਾ ਗੁਰੂ ਧਾਰਨ ਕਰਨਾ ਚਾਹੁੰਦਾ ਜਿਹਨਾਂ ਦੀ ਬਾਣੀ ਸੁਣ ਕੇ ਮੇਰੇ ਮਨ ਨੂੰ ਸ਼ਾਂਤੀ ਆਵੇ। ਤਪਤ ਮਾਹੇ ਠੰਡ ਵਰਤਾਈ, ਅੰਧ ਭਇਆ ਦੁੱਖ ਨਾਠੇ ਪਾਏ, ਮੇਰਾ ਮਨ ਠੰਡਾ ਠਾਰ ਸ਼ੀਤਲ ਹੋ ਗਿਆ ਸਤਿਗੁਰੂ ਦੀ ਬਾਣੀ ਸੁਣ ਕੇ, ਮੈਂ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ। ਬੀਬੀ ਅਮਰੋ ਜੀ ਕਹਿਣ ਲੱਗੇ, ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਤਾਂ ਹੇ ਪਿਤਾ ਜੀ ਬਹੁਤ ਸਮਾਂ ਪਹਿਲਾਂ ਸਤਖੰਡ ਪਿਆਨਾ ਕਰ ਗਏ, ਉਹਨਾਂ ਨੇ ਗੁਰਤਾ ਗੱਦੀ ਸਾਡੇ ਪਿਤਾ ਭਾਵ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੂੰ ਬਖਸ਼ਿਸ਼ ਕੀਤੀ ਹੈ। ਗੁਰੂ ਅੰਗਦ ਦੇਵ ਜੀ ਇਸ ਵਕਤ ਖਡੂਰ ਸਾਹਿਬ ਸੰਗਤਾਂ ਨੂੰ ਤਾਰ ਰਹੇ, ਤਾਂ ਇਹ ਸੁਣ ਕੇ ਸਤਿਗੁਰੂ ਜੀ ਅੱਗੋਂ ਬੇਨਤੀ ਕਰਦੇ, ਕਹਿੰਦੇ ਪੁੱਤਰੀ ਮੈਨੂੰ ਉਹਨਾਂ ਦੇ ਦਰਸ਼ਨ ਕਰਾ ਦਿਓ, ਮੈਂ ਉਹਨਾਂ ਦੇ ਚਰਨਾਂ ਵਿੱਚ ਜਾਣਾ ਚਾਹੁੰਦਾ ਹਾਂ। ਤਾਂ ਉਸ ਸਮੇਂ ਬੀਬੀ ਅਮਰੋ ਜੀ ਕਹਿਣ ਲੱਗੇ ਕਿ ਪਿਤਾ ਸਤਿਗੁਰੂ ਦੀ ਆਗਿਆ ਹੈ ਕਿ ਬਿਨਾਂ ਬੁਲਾਇਆ ਕਦੇ ਸਾਡੇ ਪਾਸ ਸਹੁਰੇ ਘਰ ਤੋਂ ਨਹੀਂ ਆਉਣਾ, ਜਾਂ ਜਿੰਨਾ ਚਿਰ ਤੇਰਾ ਸਹੁਰਾ ਪਰਿਵਾਰ ਤੈਨੂੰ ਨਾ ਭੇਜੇ ਉਨਾ ਚਿਰ ਤੂੰ ਆਪਣੇ ਪੇਕੇ ਘਰ ਵਿੱਚ ਸਾਡੇ ਪਾਸ ਨਹੀਂ ਆਉਣਾ, ਇਸ ਆਗਿਆ ਦਾ ਪਾਲਣ ਕਰਨਾ। ਇਸ ਕਰਕੇ ਬੀਬੀ ਜੀ ਕਹਿਣ ਲੱਗੇ, ਮਹਾਰਾਜ ਨਾ ਤਾਂ ਪਿਤਾ ਸਤਿਗੁਰੂ ਦਾ ਕੋਈ ਸੰਦੇਸ਼ ਆਇਆ, ਨਾ ਹੀ ਤੁਹਾਡੇ ਵੱਲੋਂ, ਪਰਿਵਾਰ ਵੱਲੋਂ, ਪਤੀ ਜੀ ਵੱਲੋਂ, ਸਹੁਰਾ ਸਾਹਿਬ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਆਗਿਆ ਹੈ, ਮੈਂ ਬਿਨਾਂ ਆਗਿਆ ਤੋਂ ਨਹੀਂ ਜਾ ਸਕਦੀ। ਉਸ ਵਕਤ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਪੁੱਤਰੀ ਅਸੀਂ ਆਗਿਆ ਦਿੰਦੇ ਹਾਂ ਕਿ ਤੂੰ ਸਾਨੂੰ ਨਾਲ ਲੈ ਕੇ ਚੱਲ। ਜਦੋਂ ਬੀਬੀ ਅਮਰੋ ਜੀ ਗੁਰੂ ਅਮਰਦਾਸ ਜੀ ਨੂੰ ਬਾਸਰ ਕੇ ਨਗਰ ਤੋਂ ਲੈ ਕੇ ਆਏ, ਤਾਂ ਬੀਬੀ ਅਮਰੋ ਜੀ ਨੇ ਖਡੂਰ ਸਾਹਿਬ ਤੋਂ ਬਾਹਰ ਬਾਹਰ ਗੁਰੂ ਅਮਰਦਾਸ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਹੇ ਪਿਤਾ ਜੀ ਤੁਸੀਂ ਇੱਥੇ ਕੁਝ ਸਮਾਂ ਆਰਾਮ ਕਰੋ, ਮੈਂ ਸਤਿਗੁਰਾਂ ਤੋਂ ਆਗਿਆ ਲੈ ਕੇ ਆਵਾਂਗੀ, ਫਿਰ ਤੁਹਾਨੂੰ ਦਰਸ਼ਨ ਹੋਣਗੇ। ਅੱਗੇ ਦੀਵਾਨ ਸਜਿਆ ਹੋਇਆ ਖਡੂਰ ਸਾਹਿਬ, ਬੀਬੀ ਅਮਰੋ ਜੀ ਨੇ ਨਮਸਕਾਰ ਕੀਤੀ, ਹੱਥ ਡੋਲ ਕੇ ਖੜ੍ਹੇ, ਤਾਂ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਪੁੱਤਰੀ ਤੂੰ ਕਿਉਂ ਆਈ ਹੈ, ਤੈਨੂੰ ਬੁਲਾਇਆ ਨਹੀਂ, ਤੂੰ ਆਪਣੇ ਆਪ ਕਿਵੇਂ ਆ ਗਈ। ਅਗਲਾ ਬਚਨ ਕਰ ਦਿੱਤਾ, ਕਹਿੰਦੇ ਜਿਨ੍ਹਾਂ ਨੂੰ ਲੈ ਕੇ ਆਏ ਸੀ ਉਹਨਾਂ ਨੂੰ ਇਸ ਵਕਤ ਦੀਵਾਨ ਵਿੱਚ ਕਿਉਂ ਨਹੀਂ ਲੈ ਕੇ ਆਏ, ਬਾਹਰ ਕਿਉਂ ਬਿਠਾ ਦਿੱਤਾ। ਕਹਿਣ ਲੱਗੇ, ਪਿਤਾ ਜੀ ਤੁਹਾਡੀ ਆਗਿਆ ਦਾ ਪਾਲਣ ਕਰਨਾ ਸੀ, ਤੁਸੀਂ ਆਗਿਆ ਦਿਓਗੇ ਤਾਂ ਮੈਂ ਜ਼ਰੂਰ ਉਹਨਾਂ ਨੂੰ ਤੁਹਾਡੇ ਪਾਸ ਲੈ ਕੇ ਆਵਾਂ, ਆਪ ਜਾਣੀ ਜਾਣੋ ਮੈਂ ਕਿਉਂ ਆਈ ਹੈ, ਤੁਸੀਂ ਪਹਿਲਾਂ ਹੀ ਦੱਸ ਦਿੱਤਾ, ਇਸ ਕਰਕੇ ਸੱਚੇ ਪਾਤਸ਼ਾਹ ਮੇਰੇ ਪਿਤਾ ਸਮਾਨ ਹਨ, ਸ਼੍ਰੀ ਅਮਰਦਾਸ ਜੀ ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ। ਉਸੇ ਸਮੇਂ ਸਤਿਗੁਰੂ ਜੀ ਨੇ ਸੇਵਾਦਾਰ ਸਿੱਖਾਂ ਨੂੰ ਭੇਜ ਕੇ ਗੁਰੂ ਅਮਰਦਾਸ ਜੀ ਨੂੰ ਦੀਵਾਨ ਵਿੱਚ ਬੁਲਾਇਆ ਖਡੂਰ ਸਾਹਿਬ। ਜਦੋਂ ਗੁਰੂ ਅਮਰਦਾਸ ਜੀ ਸਾਹਮਣੇ ਆਏ, ਨਾ ਕੁੜਮਾਚਾਰੀ ਹੈ, ਪੁੱਤਰੀ ਵਿਆਹੀ ਹੋਈ ਹੈ ਇਸ ਘਰ ਦੇ ਵਿੱਚ, ਸੱਚੇ ਪਾਤਸ਼ਾਹ ਆਪਣੇ ਆਪ ਨੂੰ ਧੀ ਵਾਲੇ ਸਮਝ ਕੇ, ਪੁੱਤਰੀ ਵਾਲੇ ਸਮਝ ਕੇ, ਅੱਜ ਵੀ ਤੁਸੀਂ ਉਹ ਪੁਰਾਣੇ ਰਸਤੇ ਜਾਓਗੇ ਨਾ,
ਉੱਥੋਂ ਡਿੱਗ ਪੈ ਜਾਂਦਾ, ਭਾਵ ਸਿੱਧਾ ਰਸਤਾ ਉੱਥੋਂ ਜਾ ਕੇ ਮੋੜ ਪੈਂਦਾ। ਉੱਥੋਂ ਮਹਾਰਾਜ ਲੰਬੇ ਪੈ ਕੇ ਗੁਰੂ ਅੰਗਦ ਦੇਵ ਜੀ ਦਾ ਧਿਆਨ ਧਾਰ ਕੇ ਨਮਸਕਾਰ ਕਰਦੇ, ਡੰਡੌਤ ਕਰਦੇ। ਉੱਥੋਂ ਫਿਰ ਬਿਆਸ ਦਰਿਆ ਵੱਲ ਨੂੰ ਗੋਦਵਾਲ ਸਾਹਿਬ ਨੂੰ ਚਿਹਰਾ ਕਰਕੇ ਬਿਆਸ ਦਰਿਆ ਵਿੱਚ ਇਸ਼ਨਾਨ ਕਰਕੇ ਜਲ ਦੀ ਗਾਗਰ ਭਰ ਕੇ ਆਪਣੇ ਸੀਸ 'ਤੇ ਲੈ ਕੇ ਆਉਂਦੇ ਔਰ ਧੰਨ ਗੁਰੂ ਅੰਗਦ ਦੇਵ ਜੀ ਦਾ ਆਪ ਇਸ਼ਨਾਨ ਕਰਵਾਉਂਦੇ। ਸਾਰੇ ਵਸਤਰ ਧੋਣ ਦੀ ਸੇਵਾ, ਸਾਰਾ ਦਿਨ ਲੰਗਰ ਵਿੱਚ ਖੂਹ ਤੋਂ ਜਲ ਢੋਣ ਦੀ ਸੇਵਾ, ਗਰਮੀ ਵਿੱਚ ਸਾਰੀ ਰਾਤ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਪੱਖਾ ਝੱਲਣਾ ਔਰ ਸਰਦੀ ਵਿੱਚ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੀ ਮੁੱਠੀ ਚਾਪੀ ਕਰਦੇ ਰਹਿਣਾ, ਨਾਲ 84 ਪਾਠ ਸ਼੍ਰੀ ਜਪਜੀ ਸਾਹਿਬ ਜੀ ਦੇ ਕਰ। ਅੱਜ ਵੀ ਗੋਇੰਦਵਾਲ ਸਾਹਿਬ ਚੁਬਾਰਾ ਸਾਹਿਬ ਅਸਥਾਨ 'ਤੇ ਜਾਓ, ਉੱਥੇ ਕੰਧ ਵਿੱਚ ਕਿੱਲੀ ਲੱਗੀ ਹੋਈ ਹੈ, ਉਹਦੇ ਉੱਤੇ ਚਾਂਦੀ ਦਾ ਖੋਲ ਚੜ੍ਹਿਆ ਹੋਇਆ ਹੈ। ਗੁਰਸੰਗਤ ਜੀ ਜਦੋਂ ਬਿਰਧ ਅਵਸਥਾ ਵਿੱਚ ਸਤਿਗੁਰੂ ਜੀ ਦਾ ਸਰੀਰ ਹੋ ਗਿਆ ਤਾਂ ਉਸ ਕਿੱਲੀ ਨੂੰ ਪਕੜ ਕੇ 84 ਪਾਠ ਜਪਜੀ ਸਾਹਿਬ ਦੇ ਕਰਕੇ ਫਿਰ ਆ ਕੇ ਸੰਗਤ ਨੂੰ ਦਰਸ਼ਨ ਦਿੰਦੇ ਸਨ ਸਤਿਗੁਰੂ ਜੀ। ਐਡੀ ਵੱਡੀ ਕਠਿਨ ਘਾਲਣਾ ਧੰਨ ਗੁਰੂ ਅਮਰਦਾਸ ਜੀ ਨੇ ਘਾਲੀ। ਹੁਣ 12ਵਾਂ ਸਾਲ ਹੈ ਜਲ ਦੀ ਗਾਗਰ ਲੈ ਕੇ ਤੁਰੇ ਆ ਰਹੇ ਹਾਂ। ਅਚਾਨਕ ਬੜੀ ਘੋਰ ਹਨੇਰੀ ਵਗ ਤੁਰੀ ਹੈ। ਅੱਜ ਦੇ ਦਿਨ ਬੜੀ ਜ਼ੋਰ ਦੀ ਹਨੇਰੀ ਵਗੀ ਹੈ, ਵਰਖਾ ਪੈਣ ਲੱਗ ਪਈ ਹੈ। ਇੰਨਾ ਭਿਆਨਕ ਕਾਲੀਆਂ ਘਟਾਵਾਂ ਕਰਕੇ ਹਨੇਰਾ ਹੋ ਗਿਆ ਕਿ ਅਸਲੀ ਰਾਹ ਤੋਂ ਸਤਿਗੁਰੂ ਜੀ ਖੁੰਝ ਗਏ, ਜਿਸ ਰਸਤੇ ਰੋਜ਼ ਤੁਰ ਕੇ ਆਉਂਦੇ ਸਨ। ਰਸਤੇ ਦੇ ਵਿੱਚ ਜਿੱਥੇ ਗੁਰਦੁਆਰਾ ਖੱਡੀ ਸਾਹਿਬ ਵੀ ਉਸ ਅਸਥਾਨ ਦਾ ਨਾਮ ਹੈ, ਸ੍ਰੀ ਦਰਬਾਰ ਸਾਹਿਬ ਖਡੂਰ ਸਾਹਿਬ ਵੀ ਉਸ ਅਸਥਾਨ ਦਾ ਨਾਮ। ਇੱਥੇ ਇੱਕ ਜੁਲਾਹੇ ਦਾ ਘਰ ਸੀ, ਉਹ ਜੁਲਾਹਾ ਆਪਣੇ ਘਰ ਦੇ ਬਾਹਰਲੇ ਪਾਸੇ ਸਾਧ ਸੰਗਤ ਦੀ ਥੋੜ੍ਹਾ ਟੋਆ ਟੁੱਟ ਕੇ ਉਸ ਵਿੱਚ ਕਰੀਰ ਦੇ ਬਿਰਛ ਦਾ ਕਿੱਲਾ ਘੜ ਕੇ ਲਾਇਆ ਹੋਇਆ ਸੀ, ਜਿਸ ਨਾਲ ਉਹ ਤਾਣੀ ਬੁਣ ਕੇ ਚੰਗੀ ਤਰ੍ਹਾਂ ਕੱਪੜੇ ਤਿਆਰ ਕਰਦਾ ਸੀ। ਸਤਿਗੁਰੂ ਜੀ ਗਾੜਿਆ ਹਨੇਰਾ ਹੋਣ ਕਰਕੇ ਜਦੋਂ ਉੱਥੇ ਆਏ ਨਾ ਕੁਝ ਦਿਖਾਈ ਨਾ ਦਿੱਤਾ। ਉਹ ਟੋਏ ਵਿੱਚ ਸਤਿਗੁਰੂ ਜੀ ਦਾ ਕਰੀਰ ਦੇ ਕਿੱਲੇ ਨੂੰ ਗੋਡਾ ਵੱਜਾ ਤਾਂ ਸਤਿਗੁਰੂ ਜੀ ਉਸ ਟੋਏ ਵਿੱਚ ਡਿੱਗ ਪਏ। ਪਰ ਸਾਧ ਸੰਗਤ ਜੀ ਉਹ ਜਲਦੀ ਗਾਗਰ ਨਹੀਂ ਡੁੱਲਣ ਦਿੱਤੀ ਆਪਣੇ ਸੀਸ ਤੋਂ, ਜਲਦੀ ਗਾਗਰ ਉਸੇ ਤਰ੍ਹਾਂ ਸੰਭਾਲੀ ਰੱਖੀ। ਗੋਡੇ 'ਤੇ ਸੱਟ ਵੀ ਲੱਗੀ, ਲਹੂ ਵੀ ਨਿਕਲਿਆ, ਪਰ ਸਹਿਜੇ ਸਹਿਜੇ ਗੋਡਣੀਆਂ ਭਾਰ ਹੋ ਕੇ ਸਤਿਗੁਰੂ ਜੀ ਉਸ ਟੋਏ ਵਿੱਚੋਂ ਪਾਣੀ ਦਾ ਭਰਿਆ ਹੋਇਆ ਸੀ ਹੌਲੀ ਹੌਲੀ ਬਾਹਰ ਆਏ। ਜਦੋਂ ਡਿੱਗਣ ਦਾ ਖੜਾਕ ਸੁਣਿਆ ਨਾ ਆਲੇ ਦੁਆਲੇ, ਜਲਾਹਾ ਜਲਾਹੀ ਨੂੰ ਪੁੱਛਦਾ ਹੈ ਕਿ ਕੌਣ ਹੈ, ਕੀ ਗੱਲ, ਕੀ ਕਾਹਦਾ ਖੜਾਕ ਹੋਇਆ। ਜੁਲਾਹੇ ਦੇ ਘਰ ਵਾਲੀ ਕਹਿਣ ਲੱਗੀ ਖੜਾਕ ਕਾਹਦਾ ਹੋਣਾ। ਅਮਰੂ ਨਥਾਵਾਂ ਇੱਕ ਬੱਸ ਕੇ ਨਗਰ ਤੋਂ ਆਇਆ ਹੋਇਆ, ਕੁੜਮਾਂ ਦੇ ਘਰ ਰਹਿ ਕੇ ਸੁੱਕੇ ਟੁੱਕਰ ਖਾ ਕੇ ਗੁਜ਼ਾਰਾ ਕਰਦਾ, ਘਰਦਿਆਂ ਨੇ ਕੱਢ ਦਿੱਤਾ। ਕੁੜਮਾਂ ਦੇ ਘਰ ਵਿੱਚ ਨੌਕਰੀ ਕਰਦਾ, ਸੁੱਕੇ ਟੁੱਕੜ ਖਾ ਕੇ ਆਪਣਾ ਪੇਟ ਭਰ ਕੇ ਜੀਵਨ ਪਾਲਦਾ, ਕਵੇਲੇ ਟਾਈਮ ਹੋਰ ਕਿਹਨੇ ਹੋਣਾ, ਉਹੀ ਧੱਕੇ ਖਾਂਦਾ ਫਿਰਦਾ ਇੱਥੇ। ਇਹ ਬਚਨ ਕਰਨ ਦੀ ਦੇਰ ਸੀ,
ਸਤਿਗੁਰੂ ਜੀ ਦੇ ਕੰਨਾਂ ਵਿੱਚ ਬਚਨ ਪਏ, ਬੜੇ ਕਬੂਲ ਬੋਲੇ ਹੋਏ। ਸਤਿਗੁਰੂ ਕਹਿਣ ਲੱਗੇ ਕਮਲੀਏ, ਉੱਚੀ ਬੋਲ ਕੇ ਕਹਿਣ ਲੱਗੇ ਕਮਲੀਏ, ਮੈਂ ਕਥਾਵਾਂ ਨਹੀਂ, ਮੈਨੂੰ ਤਾਂ ਲੋਕ ਪ੍ਰਲੋਕ ਦਾ ਥਾਂ, ਲੋਕ ਪ੍ਰਲੋਕ ਦਾ ਟਿਕਾਣਾ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਪ੍ਰਾਪਤ ਹੋ ਗਿਆ, ਇਸ ਲਈ ਮੈਂ ਤਾਂ ਅਸਲੀ ਥਾਂ, ਮੈਨੂੰ ਲੋਕ ਪ੍ਰਲੋਕ ਦਾ ਸਦਾ ਲਈ ਪ੍ਰਾਪਤ ਹੋ ਗਿਆ, ਪੂਰਾ ਥਾਟ ਬਣਾਇਆ ਪੂਰਾ, ਵੇਖੋ ਏਕ ਨਿਧਾਨਾ, ਇਸ ਕਰਕੇ ਮੈਨੂੰ ਅਸਲੀ ਗੁਰੂ ਦਾ ਘਰ, ਅਸਲੀ ਟਿਕਾਣਾ ਮਿਲ ਗਿਆ, ਮੈਂ ਉਹਨਾਂ ਨਿਥਾਵਾਂ ਨਹੀਂ। ਨਿਥਾਵਾਂ ਪਹਿਲਾਂ ਸੀ ਜਦੋਂ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਨਹੀਂ ਆਇਆ ਸੀ, ਹੁਣ ਤਾਂ ਲੋਕ ਪ੍ਰਲੋਕ ਦੀ ਥਾਂ, ਲੋਕ ਪ੍ਰਲੋਕ ਦੀ ਜਗ੍ਹਾ, ਲੋਕ ਪ੍ਰਲੋਕ ਦਾ ਆਸਰਾ ਮਿਲ ਗਿਆ। ਇਹ ਬਚਨ ਕਹਿ ਕੇ ਸਤਿਗੁਰੂ ਜੀ ਅੱਗੇ ਚਲੇ ਜਾਂਦੇ ਹੈ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਚੰਦਨ ਦੀ ਚੌਂਕੀ 'ਤੇ ਬਿਠਾ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਂਦੇ ਹੈ। ਜਦੋਂ ਸਤਿਗੁਰੂ ਜੀ ਵਸਤਰ ਪਾਉਣ ਲੱਗਦੇ ਹੈ ਨਾ, ਵਸਤਰ ਪਾਉਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਪੁੱਛਦੇ ਆ, ਪੁਰਖਾ ਰਸਤੇ ਵਿੱਚ ਅੱਜ ਕੀ ਗੱਲ ਹੋਈ? ਜਾਣੀ ਜਾਣ ਹਨ ਸਤਿਗੁਰੂ, ਅੰਤਰਜਾਮੀ ਅੱਜ 12 ਸਾਲ ਸੇਵਾ ਨੂੰ ਪੂਰੇ ਹੋ ਰਹੇ ਹੈ, ਅੱਜ ਦੇ ਅੰਮ੍ਰਿਤ ਵੇਲੇ ਦੇ ਦਿਨ ਗੁਰੂ ਅੰਗਦ ਦੇਵ ਜੀ ਪੁੱਛਦੇ ਆ, ਪੁਰਖਾ ਰਸਤੇ ਵਿੱਚ ਕੀ ਘਟਨਾ ਹੋਈ, ਕੀ ਗੱਲ ਹੋਈ? ਮਹਾਰਾਜ ਕਹਿਣ ਲੱਗੇ, ਸੱਚੇ ਪਾਤਸ਼ਾਹ, ਰਸਤੇ ਦੇ ਵਿੱਚ ਜੁਲਾਹੇ ਦਾ ਘਰ ਸੀ ਔਰ ਟੋਆ ਉਹਨੇ ਪੁੱਟਿਆ ਹੋਇਆ ਸੀ ਤਾਣੀ ਬੁਣ ਵਾਸਤੇ, ਉਸ ਦੇ ਨਾਲ ਜਿਹੜਾ ਕਰੀਰ ਦੇ ਦਰਖਤ ਦਾ ਕਿੱਲਾ ਗੱਡਿਆ, ਸਾਡਾ ਗੋਡਾ ਵੱਜ ਕੇ ਅਸੀਂ ਉਹਦੇ ਵਿੱਚ ਡਿੱਗ ਪਏ। ਮਹਾਰਾਜ ਕਹਿੰਦੇ ਹੋਰ ਵੀ ਕੁਝ ਹੋਇਆ? ਕਹਿਣ ਲੱਗੇ, ਹਾਂ ਮਹਾਰਾਜ, ਜੁਲਾਹੀ ਨੇ ਤਾਨਾ ਮਾਰਿਆ, ਸਾਡੇ ਮੁੱਖ ਤੋਂ ਇਹ ਬਚਨ ਨਿਕਲਿਆ, ਅਸੀਂ ਲੋਕ ਪ੍ਰਲੋਕ ਦਾ ਆਸਰਾ ਪ੍ਰਾਪਤ ਕਰ ਲਿਆ, ਸਾਨੂੰ ਲੋਕ ਪ੍ਰਲੋਕ ਦਾ ਥਾਂ ਮਿਲ ਗਿਆ, ਇਸ ਕਰਕੇ ਕਮਲੀਏ ਅਸੀਂ ਨਿਥਾਵੇਂ ਨਹੀਂ। ਉਸ ਸਮੇਂ ਧੰਨ ਗੁਰੂ ਅੰਗਦ ਦੇਵ ਜੀ ਇੰਨੇ ਪ੍ਰਸੰਨ ਹੋਏ, ਪ੍ਰਸੰਨਤਾ ਵਿੱਚ ਆ ਕੇ ਫਿਰ 12 ਵਰ ਦਿੱਤੇ, ਕਹਿਣ ਲੱਗੇ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉ ਟਿਉਂ ਦੀ ਓਟ, ਨਿਧਿਰਿਆਂ ਦੀ ਧਿਰ, ਨਿਆਸਰਿਆਂ ਦਾ ਆਸਰਾ, ਗਈ ਹੋਈ ਨੂੰ ਮੋੜਨ ਵਾਲੇ, ਇਹ ਸਾਰੇ 12 ਵਰ ਗੁਰੂ ਅੰਗਦ ਦੇਵ ਜੀ ਨੇ ਉਸ ਦਿਨ ਬਖਸ਼ਿਸ਼ ਕੀਤੇ। ਔਰ ਅੰਮ੍ਰਿਤ ਵੇਲੇ ਅੱਜ ਦੇ ਦਿਨ 1609 ਬਿਕਰਮੀ ਸੰਮਤ ਚੇਤ ਸੁਦੀ ਏਕਮ ਵਾਲੇ ਦਿਨ ਸਾਧ ਸੰਗਤ ਜੀ 25 ਮਾਰਚ 1552 ਈਸਵੀ ਨੂੰ ਧੰਨ ਗੁਰੂ ਅੰਗਦ ਦੇਵ ਜੀ ਨੇ ਅੱਜ ਦੇ ਸ਼ੁਭ ਦਿਨ 'ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਖ਼ਤ ਬਖਸ਼ਿਸ਼ ਕੀਤਾ। ਇਸ ਕਰਕੇ ਅੱਜ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਗੁਰਤਾ ਗੱਦੀ ਗੁਰਪੁਰਬ ਹੈ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ। ਆਪ ਸੰਗਤਾਂ ਨੂੰ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਗੁਰਤਾ ਗੱਦੀ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਸਾਧ ਸੰਗਤ ਜੀ, ਐਸੇ ਸਤਿਗੁਰੂ, ਜਦੋਂ ਉਹ ਜੁਲਾਹੇ ਨੂੰ ਪਤਾ ਲੱਗਾ ਕਿ ਮੇਰੇ ਘਰ ਵਾਲੀ ਨੇ ਅਪਮਾਨਜਨਕ ਸ਼ਬਦ ਬੋਲ ਕੇ ਗੁਰੂ ਦਾ ਨਿਰਾਦਰ ਕੀਤਾ ਹੈ, ਤਾਂ ਉਸੇ ਵਕਤ ਉਹਦੇ ਘਰ ਵਾਲੀ, ਕਿਉਂਕਿ ਜੋ ਮੁੱਖ ਤੇ ਬਚਨ ਸਨ, ਸਤਿਗੁਰੂ ਜੀ ਦੀ ਰਸਨਾ ਤੇ ਪ੍ਰਭ ਦੀ ਬਸੈ ਸਾਧ ਕੀ ਰਸਨਾ,
ਅਗਤ ਮੁਖੇ ਤੇ ਬੋਲਦੇ ਸੇ ਬਚਨ ਹੋ ਬੰਦੇ। ਜੋ ਬਚਨ ਮੁਖੋਂ ਨਿਕਲਿਆ ਪੂਰਾ ਹੋਇਆ ਉਹ ਕਮਲੀ ਹੋ ਗਈ। ਜਲਾਹਾ ਸਵੇਰੇ ਦੀਵਾਨ ਵਿੱਚ ਲੈ ਕੇ ਆਇਆ, ਕਹਿਣ ਲੱਗਾ ਮਹਾਰਾਜ ਤੁਹਾਡੇ ਸੇਵਕ ਦੀ ਸ਼ਾਨ ਦੇ ਖਿਲਾਫ ਮੇਰੇ ਘਰ ਵਾਲੀ ਨੇ ਮਾੜੇ ਸ਼ਬਦ ਬੋਲੇ, ਮੈਂ ਖਿਮਾ ਮੰਗਣ ਆਇਆ। ਇਹਨਾਂ ਦੇ ਮੁਖ ਤੋਂ ਬਚਨ ਨਿਕਲੇ ਹੈ ਤੇ ਕਮਲੀ ਹੋ ਗਈ, ਇਸ ਉੱਤੇ ਕਿਰਪਾ ਕਰੋ। ਮਹਾਰਾਜ ਕਹਿਣ ਲੱਗੇ ਭਾਈ ਇਸ ਨੂੰ ਦੁਨਿਆਵੀ ਕੰਮਾਂ ਵੱਲੋਂ ਤਾਂ ਨਹੀਂ ਗਿਆਤ ਰਹੇਗੀ, ਸੋਝੀ ਰਹੇਗੀ, ਪਰ ਤੁਸੀਂ ਗੁਰੂ ਘਰ ਵਿੱਚ ਆ ਗਏ ਹੋ, ਇਸ ਕਰਕੇ ਗੁਰੂ ਘਰ ਦੇ ਵਿੱਚ ਆਉਣ ਨਾਲ ਤੁਹਾਡਾ ਗੁਨਾਹ ਬਖਸ਼ਿਆ ਗਿਆ। ਇਸ ਲਈ ਅੰਦਰੋਂ ਤੁਹਾਡਾ ਮਨ ਗੁਰੂ ਘਰ ਨਾਲ ਜੁੜਿਆ ਰਹੇਗਾ। ਤੁਸੀਂ ਆਪਣਾ ਘਰ ਜੋ ਪਰਿਵਾਰ ਹੈ ਇਸ ਜਗ੍ਹਾ ਨੂੰ ਛੱਡ ਕੇ ਕਿਤੇ ਹੋਰ ਨਿਵਾਸ ਕਰ ਲਓ। ਇਹ ਬਹੁਤ ਵੱਡਾ ਇਤਿਹਾਸਕ ਅਸਥਾਨ ਅੱਜ ਤੋਂ ਬਾਅਦ ਬਣ ਜਾਵੇਗਾ। ਔਰ ਸਾਧ ਸੰਗਤ ਜੀ ਉੱਥੇ ਹੀ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਤਖੰਡ ਪਿਆਨਾ ਕਰਕੇ ਉੱਥੇ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪੰਜ ਭੌਤਿਕ ਸਰੀਰ ਦਾ ਸੰਸਕਾਰ ਹੋਇਆ ਔਰ ਉੱਥੇ ਗੁਰੂ ਅੰਗਦ ਦੇਵ ਜੀ ਦਾ ਅੰਗੀਠਾ ਸਾਹਿਬ ਬਣਿਆ ਔਰ ਉੱਥੇ ਹੀ ਅੱਜ ਗੁਰਦੁਆਰਾ ਖੱਟੀ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ, ਅੰਗੀਠਾ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਉਸੇ ਜੁਲਾਹੇ ਦੇ ਘਰ ਵਾਲੀ ਥਾਂ 'ਤੇ ਅੱਜ ਉਹ ਅਸਥਾਨ ਸੁਭਾਏ ਮਾਨ ਹੈ। ਖਡੂਰ ਸਾਹਿਬ ਦੀ ਪਾਵਨ ਧਰਤੀ 'ਤੇ ਅੱਠ ਗੁਰੂ ਸਾਹਿਬਾਨਾਂ ਨੇ ਚਰਨ ਪਾਏ, ਨੌਵੇਂ ਪਾਤਸ਼ਾਹ ਜੀ ਨੇ ਵੀ ਬਾਲਕ ਅਵਸਥਾ ਵਿੱਚ ਉੱਥੇ ਚਰਨ ਪਾਏ। ਅੱਜ ਦੇ ਦਿਨ ਧੰਨ ਗੁਰੂ ਅਮਰਦਾਸ ਜੀ ਨੂੰ ਖਡੂਰ ਸਾਹਿਬ ਗੁਰਤਾ ਗੱਦੀ ਦੇ ਤਖ਼ਤ ਦੀ ਬਖਸ਼ਿਸ਼ ਹੋਈ। ਇਸ ਕਰਕੇ ਅੱਜ ਆਪਾਂ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਦਾ ਗੁਰਤਾ ਗੱਦੀ ਗੁਰਪੁਰਬ ਵੀ ਮਨਾ ਰਹੇ ਹਾਂ। ਅੱਜ ਬਿਕਰਮੀ ਸੰਮਤ ਦਾ ਵੀ ਸਾਧ ਸੰਗਤ ਜੀ 2076 ਦਾ ਆਗਾਜ਼ ਹੋ ਰਿਹਾ ਹੈ, ਕਿਉਂਕਿ ਬਿਕਰਮੀ ਸੰਮਤ ਦਾ ਵੀ ਗੁਰੂ ਘਰ ਨਾਲ ਬੜਾ ਗੁਰੂ ਕਾਲ ਤੋਂ ਲੈ ਕੇ ਸੰਬੰਧ ਹੈ। ਔਰ ਖਾਲਸਾ ਸੰਮਤ ਸਾਡਾ ਵਿਸਾਖੀ ਦੇ ਦਿਹਾੜੇ 'ਤੇ ਆਰੰਭ ਹੁੰਦਾ, ਜਿੱਦਣ ਸਾਨੂੰ ਖੰਡੇ ਬਾਟੇ ਦੇ ਅਮਰ ਦੀ ਦਾਤ ਪ੍ਰਾਪਤ ਹੋਈ। ਔਰ ਨਾਨਕ ਸ਼ਾਹੀ ਸੰਮਤ ਸਾਡਾ ਉਸ ਦਿਨ ਚੜ੍ਹਦਾ ਜਿਸ ਦਿਨ ਅਸੀਂ ਚੇਤ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਉਂਦੇ ਹਾਂ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਰਾਜ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਨਾਨਕ ਸ਼ਾਹੀ ਸੰਮਤ ਪ੍ਰਾਰੰਭ ਕੀਤਾ ਸੀ। ਔਰ ਇਸ ਦੀ ਆਰੰਭਤਾ ਚੇਤਰ ਦੀ ਸੰਗਰਾਂਦ ਨੂੰ ਕੀਤੀ ਜਾਂਦੀ ਹੈ ਔਰ ਉਸ ਦਿਨ ਸੰਗਤਾਂ ਇਸ ਸੰਮਤ 'ਤੇ ਬਹੁਤ ਵੱਡੇ ਸਮਾਗਮ ਕਰਕੇ ਗੁਰੂ ਘਰ ਦੇ ਵਿੱਚ ਦੀਵਾਨ ਲਾ ਕੇ ਜੁੜਦੀਆਂ ਹਨ ਔਰ ਆਪਣੇ ਸੰਮਤ ਦਾ ਆਗਾਜ਼ ਕਰਦੀਆਂ। ਸੋ ਸਾਧ ਸੰਗਤ ਜੀ, ਸਮਾਂ ਬਹੁਤ ਸੰਖੇਪ ਹੈ। ਜਿਹੜਾ ਵਿਸਾਖੀ ਦਾ ਦਿਹਾੜਾ ਨਾ, ਇਹ ਸਭ ਤੋਂ ਪਹਿਲਾਂ ਮਨਾਉਣ ਦੀ ਪ੍ਰਾਰੰਭਤਾ ਵੀ ਗੁਰੂ ਅਮਰਦਾਸ ਜੀ ਨੇ ਕਰਵਾਈ। ਵਿਸਾਖ ਦੇ ਮਹੀਨੇ ਦੀ ਸੰਗਰਾਂਦ ਨੂੰ ਦੀਵਾਨ ਸਜਿਆ ਹੋਇਆ ਸੀ ਗੋਇੰਦਵਾਲ ਸਾਹਿਬ। ਭਾਈ ਪਾਰੋ ਜੀ ਨੇ ਬੇਨਤੀ ਕੀਤੀ, ਡੱਲੇ ਨਗਰ ਦੇ ਰਹਿਣ ਵਾਲੇ ਸਨ ਭਾਈ ਪਾਰੋ ਜੀ ਮਹਾਰਾਜ ਦੇ ਸਿੱਖ, ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਉਹਨਾਂ ਨੇ ਗੁਰਮਤਿ ਦੀ ਦਾਤ ਲਈ, ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚੋਂ ਉਹਨਾਂ ਨੇ ਸੇਵਾ ਕਰਕੇ ਬਹੁਤ ਵੱਡੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਭਾਈ ਪਾਰੋ ਜੀ ਨੇ ਸੰਗਤਾਂ ਦੇ ਬੇਨਤੀ ਕਰਨ ਤੋਂ ਵਿਸਾਖੀ ਦੇ ਦਿਹਾੜੇ 'ਤੇ, ਵਿਸਾਖ ਦੀ ਸੰਗਰਾਂਦ 'ਤੇ
ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ, ਮਹਾਰਾਜ ਸਿੱਖ ਪੰਥ ਵਿੱਚ, ਕਿਉਂ ਉਦੋਂ ਸਿੱਖ ਪੰਥ ਸੀ, ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਛਕਾਉਣ ਤੱਕ ਸੱਚਾ ਗੁਰੂ ਨਾਨਕ ਨਾਮ ਲੇਵਾ ਜਿੰਨਾ ਵੀ ਪੰਥ ਹੈ ਸਿੱਖ ਪੰਥ ਵੱਜਦਾ ਹੈ। ਮਾਰਿਆ ਸਿੱਖਾਂ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਔਰ ਖਾਲਸਾ ਪੰਥ ਨੂੰ ਇਸ ਰੁਤਬਾ ਜਿਹੜਾ ਦਿੱਤਾ ਇਹ ਦਸਮ ਪਿਤਾ ਜੀ ਨੇ 1699 ਵਿੱਚ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਨਾਮ ਦੇ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਪਰੋ ਨਿਵਾਸ। ਜਿਹੜਾ ਅੰਮ੍ਰਿਤਧਾਰੀ ਗੁਰਸਿੱਖ ਹੈ ਮਾਈ ਭਾਈ, ਉਹ ਖਾਲਸਾ ਪੰਥ ਦਾ ਹਿੱਸਾ ਹੈ। ਜਿਹੜੇ ਗੁਰੂ ਘਰ ਨੂੰ ਮੰਨਦੇ ਆ ਭਾਈ ਅੰਮ੍ਰਿਤ ਅਜੇ ਨਹੀਂ ਛਕਿਆ, ਉਹ ਸਿੱਖ ਪੰਥ ਦਾ ਹਿੱਸਾ। ਅਸੀਂ ਕਦੇ ਵੀ ਵਿਤਕਰਾ ਨਹੀਂ ਕਰਨਾ, ਕਿਉਂਕਿ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੱਖ ਪੰਥ ਨੂੰ ਬਹੁਤ ਵਿਸ਼ਾਲ ਦਾਇਰਾ ਬਖਸ਼ਿਸ਼ ਕੀਤਾ। ਸਿੱਖ ਪੰਥ ਵਿੱਚ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਸਾਰੇ ਸਿੱਖ ਪੰਥ ਦੀ ਲੜੀ ਵਿੱਚ ਪਰੋਤੇ ਹੋਏ, ਸਾਰੇ ਗੁਰੂ ਘਰ ਨਾਲ ਜੁੜੇ ਹੋਏ ਹਨ, ਸਾਰੇ ਗੁਰੂ ਘਰ ਦੇ ਉਪਾਸ਼ਕ। ਇਸ ਕਰਕੇ ਸੰਤ ਸਿੰਘ ਜੀ, ਇਹ ਸਤਿਗੁਰੂ ਜੀ ਨੇ ਸਾਡੇ ਉੱਤੇ ਮਹਾਨ ਰਹਿਮਤਾਂ ਕੀਤੀਆਂ ਹੋਈਆਂ। ਧੰਨ ਗੁਰੂ ਅਮਰਦਾਸ ਜੀ ਨੂੰ ਭਾਈ ਪਾਰੋ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਗੁਰੂ ਘਰ ਵਿੱਚ ਕੋਈ ਸਾਲ ਦਾ ਇੱਕ ਦਿਹਾੜਾ ਇੱਕ ਜੋੜ ਮੇਲਾ ਨਹੀਂ ਮਨਾਇਆ ਜਾਂਦਾ, ਕਿਰਪਾ ਕਰੋ ਕਿ ਇੱਕ ਜੋੜ ਮੇਲਾ ਮਨਾਇਆ ਜਾਏ ਜਿਸ ਉੱਤੇ ਸਾਰਾ ਸਿੱਖ ਪੰਥ ਇੱਕੋ ਹੀ ਦਿਨ ਤੁਹਾਡੇ ਚਰਨਾਂ ਵਿੱਚ ਆ ਕੇ ਦਰਸ਼ਨ ਕਰਿਆ ਕਰੇ, ਹਾਜ਼ਰੀ ਭਰਿਆ ਕਰ। ਦੂਰ ਦਰੇਡੇ ਦੇ ਸਿੱਖ ਜਦੋਂ ਆਉਣਗੇ ਉਹ ਦਰਸ਼ਨਾਂ ਦਾ ਲਾਭ ਵੀ ਲਿਆ ਕਰਨਗੇ, ਸੰਗਤ ਵੀ ਕਰਿਆ ਕਰਨਗੇ, ਔਰ ਉਹਨਾਂ ਦੀ ਆਪਸ ਵਿੱਚ ਇੱਕ ਦੂਸਰੇ ਨਾਲ ਪਹਿਚਾਣ ਹੋਏਗੀ, ਭਾਈਚਾਰਾ ਬਣੇਗਾ, ਭਾਈਚਾਰਕ ਸਾਂਝ ਬਣੇਗੀ, ਨਾਤੇ ਰਿਸ਼ਤੇ ਬਣਨਗੇ। ਔਰ ਸਿੱਖ ਦੂਰ ਦੂਰ ਬੈਠੇ ਆਪਸ ਵਿੱਚ ਇੱਕ ਦੂਜੇ ਨਾਲ ਮਿਲ ਵਰਤਣ ਬਣਾਉਣਗੇ, ਇੱਕ ਦੂਜੇ ਨਾਲ ਨੇੜਤਾ ਬਣੇਗੀ। ਇਸ ਕਰਕੇ ਇੱਕ ਦਿਨ ਦਾ ਜੋੜ ਮੇਲਾ ਨਿਯਤ ਕਰੋ। ਤਾਂ ਧੰਨ ਗੁਰੂ ਅਮਰਦਾਸ ਜੀ ਨੇ ਭਾਈ ਪਾਰੋ ਜੀ ਦੇ ਬੇਨਤੀ ਕਰਨ ਤੋਂ ਸਭ ਤੋਂ ਪਹਿਲਾਂ ਸੰਗਤ ਜੀ ਵਿਸਾਖੀ ਦਾ ਜੋੜ ਮੇਲਾ ਗੁਰੂ ਘਰ ਵਿੱਚ ਮਨਾਉਣ ਦੀ ਮਰਿਆਦਾ ਪ੍ਰਾਰੰਭ ਕੀਤੀ ਸੀ। ਵਿਸਾਖੀ ਕਦੋਂ ਲੱਗਣ ਲੱਗੀ? ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਸਾਖੀ ਦਾ ਜੋੜ ਮੇਲਾ ਸ਼ੁਰੂ ਕੀਤਾ, ਔਰ ਇਸ ਵਿਸਾਖੀ ਦਾ ਇੰਨਾ ਵੱਡਾ ਮਹੱਤਵ ਹੈ ਗੁਰੂ ਘਰ ਵਿੱਚ, ਹਰਿਮੰਦਰ ਸਾਹਿਬ ਜੀ ਦੀ ਸੇਵਾ ਦਾ ਟੱਕ ਵੀ ਵਿਸਾਖੀ ਵਾਲੇ ਦਿਨ ਲਾਇਆ ਗੁਰੂ ਅਰਜਨ ਦੇਵ ਜੀ ਨੇ, ਜਦੋਂ ਬੀਬੀ ਰਾਜ ਕੌਰ ਦੇ ਪਤੀ ਦਾ ਕੋਟ ਦੂਰ ਕੀਤਾ, ਔਰ ਇਸੇ ਦਿਨ ਹੀ ਸਤਿਗੁਰੂ ਜੀ ਨੇ ਵਿਸਾਖੀ ਦੇ ਪੁਰਬ 'ਤੇ ਹੀ ਹਰਿਮੰਦਰ ਸਾਹਿਬ ਸਰੋਵਰ ਦੀ ਸੇਵਾ ਆਰੰਭ ਕੀਤੀ ਸੀ, ਔਰ ਅੰਮ੍ਰਿਤ ਸਰੋਵਰ ਦਾ ਜਲ ਵੀ ਵਿਸਾਖੀ ਦੇ ਦਿਹਾੜੇ 'ਤੇ ਪੱਕਿਆਂ ਕਰਾ ਕੇ ਸਰੋਵਰ ਨੂੰ ਪਾਇਆ ਗਿਆ, ਔਰ ਵਿਸਾਖੀ ਦਾ ਬਹੁਤ ਵੱਡਾ ਗੁਰੂ ਘਰ ਨਾਲ ਸੰਬੰਧ ਹੈ। ਸਤਿਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਖੰਡੇ ਦਾ ਅੰਮ੍ਰਿਤ ਵੀ ਖਾਲਸੇ ਨੂੰ ਵਿਸਾਖੀ ਦੇ ਦਿਹਾੜੇ 'ਤੇ ਸ੍ਰੀ ਅਨੰਦਪੁਰ ਸਾਹਿਬ ਬਖਸ਼ਿਸ਼ ਕੀਤਾ। ਤੁਸੀਂ ਵੀ ਵਿਸਾਖੀ ਦਾ ਹੀ ਇਹ ਮਹਾਨ ਗੁਰਪੁਰਬ ਮਹਾਨ ਜੋੜ ਮੇਲਾ ਮਨਾ ਰਹੇ ਹੋ, ਔਰ ਇਸੇ ਜੋੜ ਮੇਲੇ ਨੂੰ ਸਮਰਪਿਤ ਇਹ ਸਮਾਗਮ ਸਾਰੀਆਂ ਸੰਗਤਾਂ ਨੇ ਰੱਖੇ ਹਨ। ਆਓ ਸੰਗਤ ਜੀ, ਮੈਂ ਅੱਗੇ ਨਾ ਬਹੁਤਾ ਜਾਵਾਂ,
ਸਤਿਗੁਰੂ ਜੀ ਦੇ ਆਏ ਹੋਏ ਸ਼੍ਰੀ ਮੁਖਵਾਦ ਦੀ ਕਥਾ ਆਪ ਸੰਗਤਾਂ ਸਰਵਣ ਕਰੋ, ਉਸ ਤੋਂ ਉਪਰੰਤ ਸਮਾਪਤੀ ਹੋਏਗੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੋਰਠ ਰਾਗ ਦੇ ਵਿੱਚ ਇਹ ਪਰਮ ਪਵਿੱਤਰ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਅਬਨਾਸੀ ਜੀਵਨ ਕੋ ਦਾਤਾ, ਭਾਈ ਦੁਨੀਆਂ ਵਿੱਚ ਦਾਤੇ ਬੜੇ ਵੱਡੇ ਵੱਡੇ ਹੋਏ, ਬੜਾ ਦੁਨੀਆਂ ਵਿੱਚ ਦਾਨ ਕੀਤਾ। ਹਰੀਸ਼ ਚੰਦਰ ਇਤਨਾ ਵੱਡਾ ਪਰਮਾਤਮਾ ਤ੍ਰੇਤੇ ਯੁੱਗ ਵਿੱਚ ਰਾਜਾ ਹੋਇਆ, ਸਵਾ ਮਣ ਸੋਨੇ ਦਾ ਭਾਰ ਰੋਜ਼ ਦਾਨ ਕਰਕੇ ਫੇਰ ਅਣਜਲ ਕਰਦਾ ਸੀ, ਬੜੇ ਦਾਨੀ ਹੋਏ। ਪਰ ਮਹਾਰਾਜ ਕਹਿੰਦੇ ਭਾਈ ਦਾਤਾ ਕੌਣ ਹੈ? ਦਾਤਾ ਉਹ ਹੈ ਜਿਹਦੇ ਦਰ ਤੇ ਦਾਤਾਂ ਕਦੇ ਮੁੱਕਦੀਆਂ ਨਹੀਂ ਹਨ। ਦੇਦਾ ਦੇ ਲੈਂਦੇ ਥਕ ਬਾਹੇ, ਜੁਗਾ ਜੁਗੰਤਰ ਖਾਹੀ ਖਾਏ, ਜਿਹਦੇ ਦਰ ਤੋਂ ਜੁਗੋ ਜੁਗ ਲੈ ਕੇ ਲੋਕ ਦਾਤਾਂ ਖਾ ਰਹੇ ਹੈ, ਲੋਕਾਈ ਵਰਤ ਰਹੀ ਹੈ, ਫਿਰ ਵੀ ਉਹਦੀਆਂ ਦਾਤਾਂ ਨਹੀਂ ਮੁੱਕਦੀਆਂ, ਉਹ ਦਾਤਾ ਕੌਣ ਹੈ? ਉਹ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਭ ਤੋਂ ਵੱਡੇ ਦਾਤੇ ਹੈ। ਵੈਸੇ ਗੁਰਬਾਣੀ ਵਿੱਚ ਚਾਰ ਤਰ੍ਹਾਂ ਦੇ ਦਾਤਿਆਂ ਦਾ ਜ਼ਿਕਰ ਹੈ ਸੰਗਤ ਜੀ। ਦੇਦੇ ਮੰਗੈ ਸਹਿਸਾ ਗੁਣਾ, ਸਦੀਆ ਮਨ ਸੰਤੋਖ ਉਪਜੈ, ਦੇਣੈ ਕਹਿ ਵਿਚਾਰ, ਦੇਦੇ ਮੰਗੈ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਸਭ ਤੋਂ ਉੱਤਮ ਦਾਤੇ ਕੌਣ ਹੈ? ਜਿਹੜੇ ਦਸਾਂ ਨੌਹਾਂ ਦੀ ਕਿਰਤ ਕਰਕੇ ਆਪਣੀ ਨੇਕ ਕਮਾਈ ਵਿੱਚੋਂ ਲੋਕਾਂ ਨੂੰ ਜਦੋਂ ਦਾਨ ਦਿੰਦੇ ਹੈ, ਲੋੜਵੰਦਾਂ ਨੂੰ ਜਦੋਂ ਆਪਣੇ ਘਰ ਵਿੱਚੋਂ ਦਾਨ ਦਿੰਦੇ ਹੈ, ਨੇਕ ਕਮਾਈ ਵਿੱਚੋਂ ਦਾਨ ਦਿੰਦੇ ਹੈ ਜਾਂ ਲੋੜਾਂ ਪੂਰੀਆਂ ਕਰਦੇ ਹੈ, ਉਹ ਮਨ ਵਿੱਚ ਇਹ ਸ਼ੁਭ ਭਾਵਨਾ ਰੱਖਦੇ ਹੈ ਕਿ ਹੇ ਵਾਹਿਗੁਰੂ ਪਰਮੇਸ਼ਰ, ਜੇ ਤੂੰ ਮੈਨੂੰ ਹੱਥ ਨਾ ਦਿੰਦਾ ਤਾਂ ਮੈਂ ਕਿਰਤ ਨਹੀਂ ਕਰ ਸਕਣੀ ਸੀ, ਜੇ ਮੈਨੂੰ ਪੈਰ ਨਾ ਦਿੰਦਾ ਤਾਂ ਕਿਰਤ ਲਈ ਮੈਂ ਤੁਰ ਕੇ ਸਾਧਨ ਨਹੀਂ ਜੁਟਾ ਸਕਦਾ ਸੀ, ਮੈਨੂੰ ਸੋਚਣ ਸ਼ਕਤੀ ਨਾ ਦਿੰਦਾ ਤਾਂ ਮੈਂ ਮਹਾਰਾਜ ਕਾਰੋਬਾਰਾਂ ਵਿੱਚ ਵਾਧੇ ਨਹੀਂ ਕਰ ਸਕਣਾ ਸੀ, ਬਲਕਿ ਸਾਰਾ ਸਰੀਰ ਦੇਹ ਸਵਾਸ ਤੇਰੇ ਦਿੱਤੇ ਹੋਏ, ਔਰ ਜੋ ਖਾਣ ਪੀਣ ਲਈ ਸਭ ਕੁਝ ਦਿੱਤਾ ਤੂੰ ਦਿੱਤਾ, ਇਹ ਸਾਧਨ ਵੀ ਤੂੰ ਹੀ ਦਿੱਤੇ ਆ, ਤੇਰਾ ਦੀਆ ਤੁਝੇ ਪਿਆਰ ਤੋਂ, ਹੇ ਮਹਾਰਾਜ ਤੇਰਾ ਦਿੱਤਾ ਮੈਂ ਤੈਨੂੰ ਕੀ ਦੇਣ ਵਾਲਾ ਹਾਂ, ਮੈਂ ਤਾਂ ਤੇਰੇ ਦਰ ਦਾ ਮੰਗਤਾ ਭਖਾਰੀ ਹਾਂ, ਜਾਚਕ ਹਾਂ। ਇਸ ਕਰਕੇ ਭਾਈ ਮਨ ਵਿੱਚ ਸਤ ਪ੍ਰਤੱਕੀ ਖਿਆਲ, ਸੰਤੋਖ ਦਾ ਖਿਆਲ, ਦਾਨ ਦੇਣਾ ਫਿਰ ਇੱਛਾ ਨਹੀਂ ਕਰਦੀ ਮਨ ਵਿੱਚ ਕਿ ਮੈਂ ਇਹ ਦਾਨ ਦੇਣਾ ਮੈਨੂੰ ਇਹਦਾ ਇਹ ਫਲ ਮਿਲੇ, ਉਹ ਮੇਰੀ ਇੱਛਾ ਰੱਖਣੀ ਪਰਮੇਸ਼ਰ ਦਾ ਵਾਹਿਗੁਰੂ ਦਾ ਸਮਝ ਕੇ ਦੇ ਦੇਣਾ, ਵੰਡ ਦੇਣਾ, ਲੇਖੇ ਲਾ ਦੇਣਾ, ਗੁਰੂ ਘਰ ਦੀ ਸੇਵਾ ਵਿੱਚ ਵੰਡ ਦੇਣਾ, ਗਰੀਬਾਂ ਵਿੱਚ ਵੰਡ ਦੇਣਾ, ਲੋੜਵੰਦਾਂ ਨੂੰ ਦੇ ਦੇਣਾ, ਅਤੇ ਫਿਰ ਮਨ ਵਿੱਚ ਕੋਈ ਫੁਰਨਾ ਵੀ ਨਾ ਰੱਖਣਾ, ਇੱਛਾ ਵੀ ਨਾ ਰੱਖਣੀ, ਇੰਨਾ ਸੰਤੋਖ ਰੱਖਣਾ, ਉਹਨੂੰ ਕਹਿੰਦੇ ਸਤ ਪ੍ਰਤੱਗੀ ਦਾਨੀ। ਸਭ ਤੋਂ ਉੱਤਮ ਦਾਤੇ ਉਹ ਮੰਨੇ, ਉਹਨਾਂ ਦਾ ਦਿੱਤਾ ਦਾਨ ਹਮੇਸ਼ਾ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੈ ਔਰ ਸਫਲਾ। ਸਤੀਆ ਮਨ ਸੰਤੋਖ ਉਪਜੈ, ਦੇਣਾ ਕਹਿ ਵਿਚਾਰ, ਦੂਜੇ ਦਾਤੇ ਦੇਣ ਦੀ ਵਿਚਾਰ ਵਿੱਚ ਲੱਗਿਆ ਕਿ ਇੰਨਾ ਦਾਨ ਦਿੱਤਾ ਕੱਲ ਨੂੰ ਇੰਨਾ ਦੇਣਾ, ਮਿਣ ਮਿਣ ਕੇ ਗਿਣ ਗਿਣ ਕੇ ਦਾਨ ਕਰਦੇ ਆ, ਦੂਜੇ ਦਰਜੇ ਦੇ ਉਹ ਹੈ। ਦੇ ਦੇ ਮੰਗੇ ਸਹਿਸਾ ਗੁਣਾ, ਤੀਜੇ ਦਰਜੇ ਦੇ ਦਾਤੇ ਉਹ ਹੈ, ਦੇਣਾ ਰੁਪਇਆ ਮੰਗ ਸੌ ਲੈਣਾ। ਗੁਰਬਾਣੀ ਵਿੱਚ ਵੀ ਫੁਰਮਾਨ ਹੈ, ਸੇਵਾ ਥੋੜ੍ਹੀ ਮੰਗਣ ਬਹੁਤਾ,
ਥੋੜ੍ਹੀ ਜਿਹੀ ਸੇਵਾ ਕਰਨੀ, ਮੰਗ ਜ਼ਿਆਦਾ ਲੈਣਾ, ਮੰਗ ਵੱਡੀ ਕਰ ਲੈਣੀ ਗੁਰੂ ਦੇ ਅੱਗੇ, ਉਹ ਤੀਜੇ ਦਰਜੇ ਦੇ ਦਾਤੇ ਮੰਨੇ। ਚੌਥੇ ਦਰਜੇ ਦੇ ਸੋਹ ਕਰੇ ਸੰਸਾਰ ਕਿ ਸਾਡੀ ਵਡਿਆਈ ਸ਼ੋਭਾ ਹੋਵੇ ਜਦੋਂ ਅਸੀਂ ਦਾਨ ਦੇਈਏ। ਗੁਰੂ ਘਰ ਵਿੱਚ ਸਾਡੇ ਨੇਮ ਪਲੇਟ ਲੱਗੇ ਵੀ ਇੰਨਾ ਫਲਾਣੇ ਦਾਨੀ ਨੇ ਪੈਸਾ ਦਿੱਤਾ ਗੁਰਦੁਆਰੇ ਨੂੰ, ਜਾਂ ਲੋਕਾਂ ਵਿੱਚ ਅਨਾਊਂਸਮੈਂਟ ਕਰਨੀ, ਲੋਕਾਂ ਵਿੱਚ ਮਾਣ ਜਸ ਵਡਿਆਈ ਵਾਸਤੇ ਕੇਵਲ ਦਾਨ ਕਰਨਾ, ਵਡਿਆਈ ਦੀ ਭੁੱਖ ਰੱਖਣੀ ਮਨ ਵਿੱਚ ਦਾਨ ਦੇਣ ਦੇ ਬਦਲੇ। ਕਹਿੰਦੇ ਚਾਰ ਤਰ੍ਹਾਂ ਦੇ ਦਾਤੇ ਮੰਨੇ ਸੰਸਾਰ ਵਿੱਚ, ਪਰ ਜਿਹੜਾ ਪਰਮੇਸ਼ਰ ਹੈ ਉਹ ਐਡਾ ਵੱਡਾ ਦਾਤਾ, ਉਹ ਇਹਨਾਂ ਨੂੰ ਵੀ ਦਾਨ ਦੇਣ ਵਾਲਾ ਭਾਈ, ਉਸ ਨਾਲੋਂ ਵੱਡਾ ਹੋਰ ਕੋਈ ਦਾਤਾ ਨਹੀਂ। ਸਭ ਕੁਛ ਗੋਬਿੰਦ ਦੀਆ ਜੋ ਦੀਨੀ ਮਾਂ ਉਪਦੇ ਹੈ, ਸਾਧ ਸੰਗ ਭਜਨ ਕਰ ਜਨਮ ਸਫਲ ਕਰ। ਪਰਮੇਸ਼ਰ ਦੀਆਂ ਬਖਸ਼ਿਸ਼ਾਂ ਦਾ ਆਪਾਂ ਕਦੇ ਦੇਣ ਦੇ ਸਕਦੇ? ਪਰਮੇਸ਼ਰ ਨੇ ਪ੍ਰਾਣ ਦਿੱਤੇ, ਦੇਹ ਦਿੱਤੀ, ਕਦੇ ਮੁੱਲ ਮੰਗਿਆ? ਜੀਵਨ ਕਲਾ ਸਾਡੇ ਸਰੀਰ ਵਿੱਚ ਪਾਈ, ਕਦੇ ਮੁੱਲ ਮੰਗਿਆ? ਹਵਾ ਮੁਫਤ ਵਿੱਚ ਦੇ ਰਿਹਾ, ਕਦੇ ਮੁੱਲ ਮੰਗਿਆ? ਇੱਕ ਮਿੰਟ ਲਈ ਹਵਾ ਦੀ ਗਤੀ ਰੁਕ ਜਾਏ ਨਾ ਸਾਧ ਸੰਗ ਜੀ, ਤਾਂ ਦੁਨੀਆਂ ਨੂੰ ਸਾਹ ਆਉਣਾ ਔਖਾ ਹੋ ਜਾਂਦਾ। ਅੱਜ ਦੁਨੀਆਂ ਕਹਿ ਰਹੀ ਹੈ ਆਕਸੀਜਨ ਦੀ ਸਭ ਤੋਂ ਵੱਡੀ ਕਮੀ ਕਿਉਂ ਪੈਦਾ ਹੋ ਗਈ? ਕਿ ਅਸੀਂ ਆਕਸੀਜਨ ਦੇ ਜਿਹੜੇ ਸਰੋਤ ਹੈ ਉਹ ਖਤਮ ਕਰਦੇ ਤੁਰੇ ਜਾ ਰਹੇ। ਜਿਹਨਾਂ ਦੇਸ਼ਾਂ ਵਿੱਚ, ਜਿਹਨਾਂ ਧਰਤੀਆਂ 'ਤੇ ਆਕਸੀਜਨ ਨਹੀਂ, ਉਹਨਾਂ ਨੂੰ ਪੁੱਛੋ ਬਿਰਛਾਂ ਦੀ ਕੀ ਕੀਮਤ ਹੈ? ਅੱਜ ਅਸੀਂ ਬਿਰਛ ਨਹੀਂ ਲਾ ਰਹੇ, ਬਿਰਛਾਂ ਨੂੰ ਉਲਟਾ ਪੁੱਟ ਰਹੇ ਹਾਂ, ਬਰਬਾਦ ਕਰ ਰਹੇ ਹਾਂ। ਭਾਈ ਇਹ ਬਿਰਛ ਲਾਉਣ ਦੀ, ਬਾਗ ਬਗੀਚੇ ਲਾਉਣ ਦੀ ਮਹਾਨ ਪਰੰਪਰਾ ਗੁਰੂ ਹਰਿਰਾਜ ਸਾਹਿਬ ਜੀ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਆਪਣੇ ਸਿੱਖਾਂ ਨੂੰ, ਗੁਰਸਿੱਖਾਂ ਨੂੰ। ਵੱਧ ਤੋਂ ਵੱਧ ਸਾਨੂੰ ਬਿਰਛ ਲਾਉਣੇ ਚਾਹੀਦੇ, ਪਰ ਪਰਮੇਸ਼ੁਰ ਕਦੇ ਹਵਾ ਦਾ ਮੁੱਲ ਨਹੀਂ ਮੰਗਦਾ, ਰੱਬ ਨਹੀਂ ਪਾਣੀ ਦਾ ਮੁੱਲ ਮੰਗਦਾ। ਸਰਕਾਰਾਂ ਜ਼ਰੂਰ ਟੈਕਸ ਲਾ ਦਿੰਦੀਆਂ, ਪਾਣੀ ਦਾ ਮੁੱਲ ਲੈਂਦੀਆਂ, ਪਰ ਪਰਮੇਸ਼ੁਰ ਪਾਣੀ ਦਾ ਮੁੱਲ ਨਹੀਂ। ਕਦੇ ਮੀਂਹ ਪਾਉਣ ਦਾ ਮੁੱਲ ਮੰਗਿਆ? ਉਸਨੇ ਕਦੇ ਵੀ ਨਹੀਂ ਮੰਗਿਆ। ਵਰਖਾ ਹੁੰਦੀ ਹੈ, ਅਮਿਣਵਾ ਪਾਣੀ ਪਾਣੀ ਸਾਡੀ ਧਰਤੀ ਨੂੰ ਅਤੇ ਜੀਵ ਜੰਤੂਆਂ ਨੂੰ ਦਿੰਦਾ ਵਾ। ਇਸ ਕਰਕੇ ਉਹ ਕਦੇ ਪਾਣੀ ਦਾ ਮੁੱਲ ਵੀ, ਉਹਨੇ ਕਦੇ ਧਰਤੀ ਦਾ ਵੀ ਮੁੱਲ ਨਹੀਂ ਮੰਗਿਆ। ਐਡਾ ਮੇਰਾ ਵਾਹਿਗੁਰੂ ਦਿਆਲੂ ਹੈ, ਸੂਰਜ ਰੋਸ਼ਨੀ ਦੇ ਰਿਹਾ, ਦੁਨੀਆ ਉਹਦੇ ਵਿੱਚੋਂ ਬਿਜਲੀ ਦੇ ਸੰਚਾਰ ਸਾਧਨ ਪੈਦਾ ਕਰ ਰਹੀ ਹੈ। ਕਦੇ ਸੂਰਜ ਦੁਆਰਾ ਪਰਮਾਤਮਾ ਨੇ ਆਪਣੀ ਰੋਸ਼ਨੀ ਦਾ ਮੁੱਲ ਮੰਗਿਆ? ਕਦੇ ਵੀ ਨਹੀਂ ਮੰਗਦਾ। ਚੰਦਰਮਾ ਦੀਆਂ ਕਿਰਨਾਂ ਧਰਤੀ 'ਤੇ ਨਾ ਆਉਣ ਤਾਂ ਫਲਾਂ ਵਿੱਚ, ਬਨਸਪਤੀ ਵਿੱਚ ਰਸ ਨਹੀਂ ਪੈਦਾ ਹੋ ਸਕਦਾ। ਜਿਹੜੀ ਮਨੁੱਖਾਂ ਦੀ ਉਤਪਤੀ ਹੈ ਨਾ, ਇਹ ਵੀ ਸਾਧ ਸੰਗਤ ਜੀ, ਚੰਦਰਮਾ ਦੀਆਂ ਕਿਰਨਾਂ ਦੇ ਪ੍ਰਭਾਵ ਕਰਕੇ ਇਹ ਸਰੀਰ ਦੇ ਅੰਦਰ ਸਾਰੇ ਤੱਤ ਬਣਦੇ ਹੈ। ਇੱਕ ਵੇਲੀ ਕਹਿੰਦੇ ਦਸਮ ਪਾਤਸ਼ਾਹ ਜੀ ਨੇ ਬੜਾ ਸੁੰਦਰ ਜ਼ਿਕਰ ਕੀਤਾ। ਇੱਕ ਵੇਲੀ ਵਾਹਿਗੁਰੂ ਪਰਮੇਸ਼ਰ ਨੇ ਐਸੀ ਖੇਡ ਵਰਤਾਈ ਜੀਵਾਂ ਦੇ ਅੰਦਰ ਕਿ ਉਸ ਨੇ ਚੰਦਰਮਾ ਦੀ ਗਤੀ ਰੋਕ ਦਿੱਤੀ ਬ੍ਰਹਿਮੰਡ ਦੇ ਵਿੱਚੋਂ। ਤਾਂ ਕਹਿੰਦੇ ਸਾਰੀ ਸ੍ਰਿਸ਼ਟੀ ਦੇ ਅੰਦਰ, ਮਨੁੱਖਾਂ ਦੇ ਅੰਦਰ ਅਤੇ ਇਸਤਰੀਆਂ ਦੇ ਅੰਦਰ ਸ੍ਰਿਸ਼ਟੀ ਨੂੰ ਪੈਦਾ ਕਰਨ ਦਾ ਖਿਆਲ ਹੀ ਖਤਮ ਹੋ ਗਿਆ। ਮਨ ਵਿੱਚੋਂ ਉਹ ਅੰਸ਼ ਹੀ ਨਾ, ਸਰੀਰ ਵਿੱਚੋਂ ਵੀ ਅੰਸ਼ ਖਤਮ ਹੋ ਗਈ, ਮਨ ਵਿੱਚ ਵੀ ਨਾ ਉਹ ਖਿਆਲ ਆਇਆ।
ਇਹ ਸਾਰੇ ਜੀਵਾਂ ਨੇ ਪਰਮਾਤਮਾ ਵਾਹਿਗੁਰੂ ਅੱਗੇ ਫਰਿਆਦ ਕੀਤੀ ਕਿ ਇਹ ਸੱਚੇ ਪਾਤਸ਼ਾਹ ਸ੍ਰਿਸ਼ਟੀ ਦਾ ਤਾਂ ਵਿਕਾਸ ਰੁਕ ਗਿਆ, ਸ੍ਰਿਸ਼ਟੀ ਦਾ ਤਾਂ ਅੰਤ ਆ ਗਿਆ, ਅੱਗੇ ਜੀਵ ਪੈਦਾ ਨਹੀਂ ਹੋਣਗੇ, ਕਿਰਪਾ ਕਰੋ। ਕਹਿੰਦੇ ਫਿਰ ਪਰਮੇਸ਼ਰ ਨੇ ਚੰਦਾ ਅਵਤਾਰ ਧਾਰਿਆ, ਚੰਦਰਮਾ ਨੂੰ ਦੁਬਾਰਾ ਧਰਤੀ ਦੇ ਉੱਤੇ ਮਾਤ ਲੋਕ ਦੇ ਉੱਤੇ ਸਾਜਿਆ, ਅਤੇ ਇਸ ਕਰਕੇ ਚੰਦਰਮਾ ਦੁਆਰਾ ਚੰਦਰਮਾ ਦੀਆਂ ਕਿਰਨਾਂ ਸਾਡੀ ਬਨਸਪਤੀ ਸਾਡੇ ਫਲਾਂ ਵਿੱਚ ਰਸ ਭਰਦੇ ਹੈ, ਸਰੀਰਾਂ ਵਿੱਚ ਸ੍ਰਿਸ਼ਟੀ ਦੀ ਉਤਪਤੀ ਦੇ ਤੱਤ ਪੈਦਾ ਹੁੰਦੇ ਆ ਇਹਦੀ ਕਿਰਨਾਂ ਨਾਲ। ਕਦੇ ਮੁੱਲ ਮੰਗਿਆ, ਕਦੇ ਵੀ ਨਹੀਂ ਮੰਗਿਆ। ਸੋ ਪਰਮੇਸ਼ਰ ਨਾਲੋਂ ਵੱਡਾ ਦਾਤਾ ਕੋਈ ਵੀ ਨਹੀਂ ਹੈ। ਉਹ ਐਡਾ ਵੱਡਾ ਦਾਤਾ ਜੇ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਹੋਏ। ਸੋ ਚਾਰੇ ਯੁੱਗਾਂ ਵਿੱਚ ਜਿੰਨੀ ਵੀ ਸ੍ਰਿਸ਼ਟੀ ਪੈਦਾ ਹੋ ਰਹੀ ਹੈ, ਸਾਰਿਆਂ ਦੇ ਪਾਲਣ ਪਲੋਸਣ ਦਾ, ਸਾਰੇ ਨੂੰ ਰੋਟੀ ਰਿਜਕ ਦੇਣ ਦਾ ਹਰ ਇੰਤਜ਼ਾਮ ਪਰਮਾਤਮਾ ਨੇ ਆਪ ਪਹਿਲਾਂ ਪੈਦਾ ਕੀਤਾ ਹੋਇਆ। ਪਹਿਲੋਂ ਦਿੱਤਾ ਰਿਜਕ ਸਮਾਹਾ, ਪਿੱਛੋਂ ਦਿੱਤਾ ਜੰਗ ਤੋਪਾ, ਪਹਿਲਾਂ ਰਿਜਕ ਦਿੱਤਾ ਫਿਰ ਜੀਵਨ ਦਿੱਤਾ। ਇਸ ਕਰਕੇ ਭਾਈ ਉਹ ਸਾਰਿਆਂ ਤੋਂ ਵੱਡਾ ਦਾਤਾ ਵਾਹਿਗੁਰੂ ਪਰਮੇਸ਼ਰ ਹੈ, ਔਰ ਉਹਦਾ ਨਾਸ ਨਹੀਂ, ਨਾਸ ਤੋਂ ਰਹਿਤ ਹੈ। ਸਿਮਰਤ ਸਭ ਮਲ ਕੋਈ ਹੈ, ਬੰਦੇ ਉਹਦੀ ਭਗਤੀ ਕਰਿਆ ਕਰ, ਉਹਦਾ ਸਿਮਰਨ ਕਰਿਆ ਕਰ। ਬਾਬਾ ਫਰੀਦ ਜੀ ਨੇ ਵੀ ਅਖੀਰਲੇ ਸਮੇਂ ਤੇ ਇੱਕੋ ਹੀ ਦਾਤ ਮੰਗੀ ਸੀ ਵਾਹਿਗੁਰੂ ਦੇ ਦਰ ਤੋਂ, ਕਹਿਣ ਲੱਗੇ ਹੱਥ ਜੁੜ ਗਏ ਉਹਦੀ ਯਾਦ ਵਿੱਚ, ਉਹਦੇ ਸਿਜਦੇ ਵਿੱਚ। ਕਹਿੰਦੇ ਤੇਰੀ ਪਨਹ ਖੁਦਾਏ ਤੂੰ ਬਖਸੰਦਗੀ, ਸੇਖ ਫਰੀਦੈ ਖੈਰ ਦੀਨੈ ਬੰਦਗੀ। ਹੇ ਮਹਾਰਾਜ, ਮੈਂ ਕੁਝ ਨਹੀਂ ਮੰਗਦਾ, ਤੇਰੇ ਦਰ ਤੋਂ ਇੱਕ ਬੰਦਗੀ ਦੀ ਖੈਰ ਮੰਗਦਾ, ਮੇਰੀ ਝੋਲੀ ਵਿੱਚ ਬੰਦਗੀ ਦੀ ਖੈਰ ਪਾ ਦੇ। ਬੰਦਾ ਹੋਏ ਬੰਦਗੀ ਕਹਿ, ਬੰਦਾ ਤਾਂ ਜੇ ਬੰਦਗੀ ਕਰਦਾ, ਰੱਬ ਦੀ ਯਾਦ ਵਿੱਚ ਅੱਠੇ ਪੈਰ ਹੱਥ ਜੁੜੇ ਰਹਿਣ, ਫਿਰ ਉਹ ਬੰਦਾ ਪਵਾਉਣ ਦਾ ਹੱਕਦਾਰ ਹੈ। ਸੰਗਤ ਜੀ, ਹੱਥ ਜੋੜ ਕੇ ਆਪਣੇ ਵਾਹਿਗੁਰੂ ਦੇ ਧਿਆਨ ਵਿੱਚ ਅੱਠੇ ਪੈਰ ਜੁੜੇ ਰਹਿਣਾ, ਇਸ ਨੂੰ ਬੰਦਗੀ ਕਿਹਾ ਜਾਂਦਾ। ਇਹ ਬੰਦੇ ਤੂੰ 24 ਘੰਟੇ ਨਹੀਂ ਹੱਥ ਜੋੜ ਸਕਦਾ ਆਪਣੇ ਪ੍ਰਭ ਵਾਹਿਗੁਰੂ ਦੀ ਖਿਦਮਤ ਵਿੱਚ, ਕੁਝ ਮਿੰਟ, ਕੁਝ ਘੜੀਆਂ, ਕੁਝ ਸਕਿੰਟ, ਕੁਝ ਘੰਟੇ ਤਾਂ ਹੱਥ ਜੋੜ ਲਿਆ ਕਰ, ਉਹਦੀ ਯਾਦ ਵਿੱਚ ਜੁੜ ਗਿਆ ਕਰ, ਉਹਦੀ ਯਾਦ ਵਿੱਚ ਆਪਣੇ ਹੱਥ ਜੋੜ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਉਹਦੀ ਬੰਦਗੀ ਕਰਿਆ ਕਰ, ਮੂਲ ਮੰਤਰ ਦਾ ਜਾਪ ਕਰਿਆ ਕਰ, ਵਾਹਿਗੁਰੂ ਮੰਤਰ ਦਾ ਜਾਪ ਕਰਿਆ ਕਰ, ਬਾਣੀ ਪੜ੍ਹਿਆ ਕਰ। ਜਿਹੜੀ ਹੱਥ ਜੋੜ ਕੇ ਅਰਦਾਸ ਕਰਨੀ, ਗੁਰੂ ਘਰ ਵਿੱਚ ਮਹਾਰਾਜ ਸਾਹਿਬ ਨੇ ਸਾਨੂੰ ਸੁਣ ਸਿੱਖਿਆ ਦਿੱਤੀ ਹੈ, ਇਹ ਵਾਹਿਗੁਰੂ ਦੇ ਅੱਗੇ ਬੰਦਗੀ ਕਰਨ ਦੀ ਜਾਚ ਸਿਖਾਈ ਕਿ ਜਿਵੇਂ ਸਿੱਖਾਂ ਅਰਦਾਸ ਵਿੱਚ ਤੇਰੇ ਹੱਥ ਜੁੜਦੇ ਹੈ, ਦਾਤ ਮੰਗਣ ਲੱਗਿਆ ਪਰਮਾਤਮਾ ਅੱਗੇ ਤੂੰ ਹੱਥ ਜੋੜਦਾ, ਗੁਰੂ ਅੱਗੇ ਹੱਥ ਜੋੜਦਾ, ਕਦੇ ਉਹਦਾ ਸ਼ੁਕਰਾਨਾ ਕਰਨ ਲੱਗਾ ਵੀ ਉਹਦੇ ਅੱਗੇ ਹੱਥ ਜੋੜ ਲਿਆ ਕਰ। ਇਸ ਕਰਕੇ ਉਸ ਵਾਹਿਗੁਰੂ ਦਾ ਬੰਦੇ ਤੂੰ ਸਿਮਰਨ ਕਰਿਆ ਕਰ, ਜੇ ਤੂੰ ਸਿਮਰਨ ਕਰੇਗਾ ਤੇਰੇ ਸਾਰੇ ਪਾਪਾਂ ਦੀ ਮੈਲ ਖਤਮ ਹੋ ਜਾਏਗੀ, ਪਾਪਾਂ ਦੀ ਮੈਲ ਤੇਰੀ ਧੋਤੀ ਜਾਏਗੀ, ਪਾਪਾਂ ਦਾ ਭਾਰ ਤੇਰੇ ਸਿਰ ਤੋਂ ਲਹਿ ਜਾਏਗਾ। ਉਲਟਾ ਜਿਹੜੇ ਤੂੰ ਗੁਨਾਹ ਕਰਦਾ, ਇਹ ਉਹਦਾ ਸਿਮਰਨ ਕਰਕੇ ਉਹਦੀ ਬੰਦਗੀ ਕਰਕੇ ਤੇਰੇ ਇਹ ਗੁਨਾਹ ਮਿਟ ਜਾਣਗੇ, ਪਾਪਾਂ ਦੀ ਕਾਲਜ ਤੇਰੇ ਤੋਂ ਲਹਿ ਜਾਏਗੀ।
ਉਲਟਾ ਸਿਮਰਨ ਦਾ ਵੀ ਫਲ, ਬੰਦਗੀ ਦਾ ਫਲ ਵੀ ਤੈਨੂੰ ਮਿਲਣਾ, ਤੇਰੇ ਗੁਨਾਹ ਕੱਟੇ ਜਾਣੇ ਆ, ਪਾਪ ਕੱਟੇ ਜਾਣੇ ਹਨ। ਗੁਣ ਵਿਧਾਨ ਭਗਤਨ ਕਾ ਬਰਤਨ, ਜਿਹੜੇ ਸਿਮਰਨ ਕਰਦੇ ਆ, ਭਗਤੀ ਕਰਨ ਵਾਲਾ ਭਗਤ ਹੈ, ਬੰਦਗੀ ਕਰਨ ਵਾਲਾ ਵਾਹਿਗੁਰੂ ਦਾ ਬੰਦਾ ਹੈ, ਦਰਵੇਸੀ ਕਰਨ ਵਾਲਾ, ਅੱਠੇ ਪੈਰ ਪਰਮੇਸ਼ਰ ਵੱਲ ਆਪਣੀ ਨਿਗਾਹ ਰੱਖਣ ਵਾਲਾ, ਉਹਦੇ ਦਰ ਤੋਂ ਬਿਨਾਂ ਜਿਹੜਾ ਕਿਸੇ ਵੱਲ ਵੀ ਆਪਣੀ ਝਾਕ ਨਹੀਂ ਰੱਖਦਾ, ਉਹ ਦਰਵੇਸ਼ ਹੈ, ਉਹ ਫਕੀਰ ਹੈ। ਇਸ ਕਰਕੇ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ, ਉਹਦੀ ਭਗਤੀ ਕਰਦਾ, ਵਾਹਿਗੁਰੂ ਉਹਨਾਂ ਨੂੰ ਗੁਣਾਂ ਦੇ ਨਿਤ ਨਿਧਾਨ ਖਜ਼ਾਨੇ ਬਖਸ਼ ਦਿੰਦਾ। ਸਾਧ ਸੰਗਤ ਜੀ, ਕਿੱਡੇ ਕਿੱਡੇ ਦੁਨੀਆਂ ਦੇ ਵਿੱਚ ਪਾਪੀ ਇਨਸਾਨ ਹੋਏ, ਪਰ ਜਦੋਂ ਬੰਦਗੀ ਕਰਨ ਲੱਗ ਪਏ, ਰੱਬ ਦਾ ਸਿਮਰਨ ਕਰਨ ਲੱਗ ਪਏ, ਉਹਨਾਂ ਨੂੰ ਗੁਣਾਂ ਦੇ ਖਜ਼ਾਨੇ ਬਖਸ਼ ਕੇ ਪਰਮੇਸ਼ਰ ਨੇ ਉਹਨਾਂ ਨੂੰ ਗੁਣਵਾਨ ਬਣਾ ਦਿੱਤਾ। ਭੂਮੀਆਂ ਚੋਰ ਚੋਰੀ ਕਰਦਾ, ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਮੰਨ ਕੇ ਬੰਦਗੀ ਕਰਨ ਲੱਗ ਪਿਆ, ਭੂਮੀਆਂ ਸੰਤ ਬਣ ਗਿਆ। ਸੱਜਣ ਠੱਗ ਠੱਗੀਆਂ ਮਾਰਦਾ, ਪਰ ਸਿਮਰਨ ਕਰਦਾ, ਉਹ ਸੰਤ ਸੱਜਣ ਬਣ ਗਿਆ। ਇਸ ਕਰਕੇ ਵਾਹਿਗੁਰੂ ਦਾ ਨਾਮ, ਪਰਮੇਸ਼ਰ ਦੀ ਭਗਤੀ ਭਾਈ ਸ਼ੁਭ ਗੁਣਾਂ ਦਾ ਖਜ਼ਾਨਾ ਬਖਸ਼ ਦਿੰਦੀ ਹੈ। ਪਾਪੀ ਮਨੁੱਖ ਭਗਤੀ ਕਰਨ ਲੱਗ ਜਾਏ, ਅਜਾਮਲ ਪਾਪੀ ਜਗਦਾਨੇ ਨਿਮਕ ਮਾਹੇ ਨਿਸਤਾਰ, ਅਜਾਮਲ ਪਾਪੀ ਸੀ, ਜਦੋਂ ਪਰਮੇਸ਼ਰ ਦਾ ਨਾਮ ਜਪਿਆ, ਉਹਦੇ ਪਾਪ ਧੋਤੇ ਗਏ, ਉਹਦਾ ਪਾਰ ਉਤਾਰਾ ਹੋ ਗਿਆ। ਬੇਸਵਾ ਪਾਪ ਕਰਦੀ ਸੀ ਗਨਕਾ, ਪਰ ਜਦੋਂ ਉਹਨੇ ਬੰਦਗੀ ਕੀਤੀ, ਉਹਦੇ ਸਾਰੇ ਵਿਕਾਰਾਂ ਦੇ ਔਗੁਣ ਸਾਰੇ ਉਹਦੇ ਪਾਪ ਵਾਹਿਗੁਰੂ ਨੇ ਕੱਟ ਕੇ ਉਹਨੂੰ ਸ਼ੁਭ ਗੁਣ ਬਖਸ਼ ਦਿੱਤੇ, ਸ਼ਾਂਤੀ ਬਖਸ਼ ਦਿੱਤੀ। ਇਸ ਕਰਕੇ ਗੁਣਾਂ ਦੇ ਖਜ਼ਾਨੇ ਬਖਸ਼ ਦਿੰਦਾ ਆਪਣੇ ਭਗਤਾਂ ਨੂੰ, ਇਸੇ ਤਰ੍ਹਾਂ ਗੁਣਵਾਨ ਬਣਾ ਦਿੰਦਾ ਆਪਣੇ ਹਾਰਾ ਬੰਦਾ ਭਗਤੀ ਕਰਨ ਲੱਗ ਜਾਏ, ਪਰਮੇਸ਼ਰ ਦੀ ਕਿਰਪਾ ਵਰਤਦੀ, ਉਹਦੇ ਪਾਪ ਉਹਦੇ ਔਗੁਣ ਦੂਰ ਹੋ ਜਾਂਦੇ, ਉਹ ਸ਼ੁਭ ਗੁਣਾਂ ਦਾ ਧਾਰਨੀ ਬਣ ਜਾਂਦਾ, ਔਰ ਭਗਤਾਂ ਨੂੰ ਨਿਧਾਨ ਨਿਧੀਆਂ ਸਿੱਧੀਆਂ ਦੇ ਖਜ਼ਾਨੇ ਵੀ ਬਖਸ਼ ਦਿੰਦਾ। ਧੰਨ ਭਗਤ ਰਵਿਦਾਸ ਜੀ ਕੀ ਕਹਿੰਦੇ ਆ, ਦਾਤ ਦੇਖ ਸਭ ਕੋ ਹੱਸੈ, ਐਸੀ ਦਸਾ ਹਮਾਰੀ, ਅਸ਼ਟ ਦਸਾ ਸਿੱਧ ਕਰਤ ਰਹਿ ਸਭ ਕਿਰਪਾ ਤੁਮਾਰੀ। ਹੈ ਮਾਰਨ ਮੇਰੀ ਗਰੀਬੀ, ਮੇਰਾ ਦਲਿੱਦਰ ਦੇਖ ਕੇ ਦੁਨੀਆਂ ਮਜ਼ਾਕ ਕਰਦੀ ਸੀ, ਮਖੌਲ ਕਰਦੀ ਸੀ, ਲੋਕ ਮੇਰਾ ਮਜ਼ਾਕ ਉਡਾਉਂਦੇ ਸਨ। ਧਾਰਮਿਕ ਗ੍ਰੰਥਾਂ ਦੇ ਵਿੱਚ ਬੜਾ ਸੁੰਦਰ ਜ਼ਿਕਰ ਆਉਂਦਾ, ਸੋ ਗ੍ਰੰਥ ਸੋ ਗਿਆਨ ਦਿੰਦੇ ਆ ਕਿ ਇਹ ਬੰਦੇ ਜ਼ਿੰਦਗੀ ਵਿੱਚ ਕਦੇ ਕਿਸੇ ਦਾ ਮਜ਼ਾਕ ਨਾ ਉਡਾਏ, ਕਿਸੇ ਦਾ ਮਖੌਲ ਨਾ ਉਡਾਏ। ਜੇ ਤੂੰ ਕਿਸੇ ਦਾ ਮਖੌਲ ਉਡਾਵੇਂਗਾ, ਕੱਲ੍ਹ ਨੂੰ ਤੈਨੂੰ ਵੀ ਉਸੇ ਦਾ ਪਾਤਰ ਬਣਨਾ ਪੈ ਸਕਦਾ। ਇਸ ਕਰਕੇ ਰੱਬ ਦੇ ਭੈ ਵਿੱਚ, ਖੌਫ ਵਿੱਚ ਰਹਿਣਾ ਚਾਹੀਦਾ। ਭਗਤ ਰਵਿਦਾਸ ਜੀ ਕਹਿੰਦੇ, ਦੁਨੀਆਂ ਮੇਰਾ ਮਜ਼ਾਕ ਉਡਾਉਂਦੀ ਸੀ ਮੇਰੀ ਗਰੀਬੀ ਵੇਖ ਕੇ, ਪਰ ਕਹਿੰਦੇ ਜਦੋਂ ਤੇਰੀ ਬੰਦਗੀ ਕੀਤੀ, ਤੇਰੀ ਭਗਤੀ ਕੀਤੀ, ਤੇਰਾ ਸਿਮਰਨ ਕੀਤਾ, ਅੱਜ ਨੌ ਨਿਧੀਆਂ ਅਠਾਰਾਂ ਸਿੱਧੀਆਂ ਮੇਰੇ ਹੱਥਾਂ ਵਿੱਚ, ਇਹਨਾਂ ਦਾ ਖਜ਼ਾਨਾ ਤੂੰ ਪੂਰਨ ਰੂਪ ਦੇ ਵਿੱਚ ਭਰ ਕੇ ਰੱਖ ਦਿੱਤਾ। ਜੋ ਪੂਰਨਾ ਕਰਦਾ ਪਰਮਾਤਮਾ, ਉਹੀ ਮੇਰਾ ਪੂਰਾ ਕਰ ਦਿੰਦਾ। ਉਹ ਨਿਧੀਆਂ ਸਿੱਧੀਆਂ ਦੇ ਖਜ਼ਾਨੇ ਵੀ ਵਾਹਿਗੁਰੂ ਭਗਤਾਂ ਨੂੰ ਵਰਤਣ ਵਾਸਤੇ ਬਖਸ਼ ਦਿੰਦਾ ਹੈ। ਬਿਰਲਾ ਪਾਵੇ ਕੋਈ, ਪਰ ਭਾਈ ਕੋਈ ਬਿਰਲਾ ਪਰਮਾਤਮਾ ਨੂੰ ਪ੍ਰਾਪਤ ਕਰਦਾ। ਦੁਨੀਆਂ ਮੰਗਣ ਵਾਲੇ ਨੂੰ ਦੁਨੀਆਂ ਮਿਲ ਜਾਂਦੀ ਹੈ ਬੰਦਗੀ ਕਰਨ ਦੇ ਨਾਲ, ਪਰ ਜਿਹੜਾ ਪਰਮਾਤਮਾ ਵਾਹਿਗੁਰੂ ਨੂੰ ਮੰਗਦਾ, ਸਾਰੀਆਂ ਇਛਾਵਾਂ ਤੋਂ, ਵਾਸ਼ਨਾਵਾਂ ਤੋਂ ਰਹਿਤ ਹੋ ਕੇ,
ਸੇਵਾ ਕਰਤ ਹੋਏ ਨਿਕਾਮੀ ਤਿਸਕਾ ਹੋਤ ਪ੍ਰਾਪਤ ਸੋ। ਨਿਸ਼ਕਾਮਤਾ ਨਾਲ ਕੋਈ ਇੱਛਾ ਨਾ ਕਰਨੀ, ਫਿਰ ਬੰਦਗੀ ਸੇਵਾ ਕਰਨੀ, ਉਹਨਾਂ ਵਿਰਲਿਆਂ ਨੂੰ ਫਿਰ ਪਰਮਾਤਮਾ ਵੀ ਪ੍ਰਾਪਤ ਹੁੰਦਾ ਹੈ। ਕੋਈ ਵਿਰਲੇ ਹੈ ਜਿਹੜੇ ਵਾਹਿਗੁਰੂ ਨੂੰ ਪ੍ਰਾਪਤ ਕਰਦੇ ਆ, ਕੋਈ ਵਿਰਲੇ ਹੈ ਜਿਹੜੇ ਬੰਦਗੀ ਕਰਦੇ ਆ, ਕੋਈ ਵਿਰਲੇ ਹੈ ਸ਼ੁਭ ਗੁਣਾਂ ਨੂੰ ਬੰਦਗੀ ਕਰਕੇ ਪ੍ਰਾਪਤ ਕਰਦੇ ਹਨ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਉੱਤਮ ਭਗਤੇ ਹਨ ਸਤਿਗੁਰੂ ਦੀ, ਆਪਣੇ ਮਨ ਪਰਥਾਏ ਉਪਦੇਸ਼ ਦਿੰਦੇ ਹੈ ਕਿ ਹੇ ਮੇਰੇ ਮਨਾ, ਚੌਵੀ ਘੰਟੇ ਬੁਰਾ ਚਿਤਵਦਾ ਰਹਿਣਾ, ਚੌਵੀ ਘੰਟੇ ਈਰਖਾ ਕਰਦਾ ਰਹਿਣਾ, ਚੌਵੀ ਘੰਟੇ ਕ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿਣਾ, ਉਹਨੂੰ ਮਿਲ ਗਿਆ ਮੈਨੂੰ ਨਹੀਂ ਮਿਲਿਆ, ਉਹਨੂੰ ਆਹ ਮਿਲ ਗਿਆ ਮੈਨੂੰ ਨਹੀਂ ਮਿਲਿਆ, ਇਹ ਤ੍ਰਿਸ਼ਨਾ ਹੀ ਹੈ, ਈਰਖਾ ਹੈ, ਪਾਪਾਂ ਦੀ ਕ੍ਰੋਧ ਦੀ ਅੱਗ ਵਿੱਚ ਹੀ ਸੜਦਾ ਰਹਿਣਾ। ਮਹਾਰਾਜ ਕਹਿੰਦੇ ਹੇ ਮਨਾ, ਉਹ ਜੋ ਗੋ ਪ੍ਰਿਥਵੀ ਦਾ ਪਾਲਕ ਹੈ, ਪੂਜਨੀਕ ਹੈ, ਗੁਰਦਾਨ ਦਾ ਪੂਜਨੀਕ ਹੈ, ਜੋ ਪਰਮਾਤਮਾ ਵਾਹਿਗੁਰੂ ਸਭ ਦੇ ਪੂਜਨੀਕ ਹੈ, ਸਾਰੇ ਉਹਦੇ ਅੱਗੇ ਜਾ ਕੇ ਝੁਕਦੇ ਆ, ਦੇਵੀ ਦੇਵਤੇ ਪੀਰ ਪੈਗੰਬਰ ਸਾਰੇ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰਾਂ ਕਰਦੇ, ਇਸ ਕਰਕੇ ਸਾਰਿਆਂ ਤੋਂ ਵੱਡਾ ਅਤੇ ਸਾਰਿਆਂ ਦਾ ਪੂਜਨੀਕ ਅਕਾਲ ਪੁਰਖ ਵਾਹਿਗੁਰੂ ਹੈ। ਉਸ ਪ੍ਰਭੂ ਦਾ ਨਾਮ ਮੰਨ ਕਰਕੇ ਸਿਮਰਿਆ ਕਰ। ਮਨ ਤਾਂ ਜੁੜਦਾ ਨਹੀਂ ਬਾਣੀ ਵਿੱਚ ਨਾਮ ਵਿੱਚ, ਮਹਾਰਾਜ ਕਹਿੰਦੇ ਫਿਰ ਰਸਨਾ ਨਾਲ ਜਪ ਲਿਆ ਕਰ। ਰਸਨਾ ਮਿਲੀ ਹੈ ਵਾਹਿਗੁਰੂ ਦਾ ਨਾਮ ਜਪਣ ਵਾਸਤੇ, ਰਸਨਾ ਮਿਲੀ ਹੈ ਬਾਣੀ ਪੜ੍ਹਨ ਵਾਸਤੇ, ਰਸਨਾ ਨਾਲ ਜਪਿਆ ਕਰ, ਮਨ ਕਰਕੇ ਉਸ ਵਾਹਿਗੁਰੂ ਨੂੰ ਚੇਤੇ ਕਰਿਆ ਕਰ। ਇਹ ਸਾਨੂੰ ਮਨ ਦੁਆਰਾ ਸਤਿਗੁਰੂ ਦੀ ਸਿੱਖਿਆ ਦਿੰਦੇ। ਕਦੇ ਕਦੇ ਸਾਧ ਸੰਗਤ ਜੀ ਇਕਾਂਤ ਵਿੱਚ ਬੈਠ ਕੇ ਇਸ਼ਨਾਨ ਕਰਕੇ ਨਿਤਨੇਮ ਤੋਂ ਬਾਅਦ ਆਪਣੇ ਮਨ ਨੂੰ ਸੰਬੋਧਨ ਕਰਕੇ ਵੇਖੋ ਕਿ ਮੈਂ ਜ਼ਬਾਨ ਨਾਲ ਨਹੀਂ ਸਿਮਰਨ ਕਰਨਾ, ਮਨਾ ਤੂੰ ਕਹਿ ਵਾਹਿਗੁਰੂ, ਮਨ ਤੋਂ ਵਾਹਿਗੁਰੂ ਕਹਾਓ। ਇਹ ਅਭਿਆਸ ਕਰਕੇ ਵੇਖੋ, ਹੌਲੀ ਹੌਲੀ ਕਰੋਗੇ, ਹੌਲੀ ਹੌਲੀ ਸਹਿਜੇ ਸਹਿਜੇ ਇਹ ਤਰਾਹੇ ਪਤ ਪੜੀਆ ਚੜੀਆ ਹੋਏ ਅਕੀਸ। ਇਹ ਅਭਿਆਸ ਦੀਆਂ ਮੰਜ਼ਲਾਂ ਹਨ, ਇਹ ਸੁਰਤ ਸ਼ਬਦ ਦਾ ਮਾਰਗ ਹੈ, ਮਨ ਤੋਂ ਵਾਹਿਗੁਰੂ ਨਾਮ ਦੇ ਸਿਮਰਨ ਦਾ ਜਾਪ ਕਰਾਉਣਾ, ਮਨ ਤੋਂ ਮੂਲ ਮੰਤਰ ਦਾ ਜਾਪ ਕਰਾਉਣਾ। ਕੋਈ ਵਿਰਲੇ ਗੁਰਮੁਖ ਹੁੰਦੇ ਹੈ ਜਿਨ੍ਹਾਂ ਦੀ ਸੁਰਤ ਵਿੱਚ ਮੂਲ ਮੰਤਰ ਦਾ ਜਾਪ ਚੱਲ ਪੈਂਦਾ, ਐਸੇ ਵੀ ਗੁਰਮੁਖ ਹੋਏ ਹੈ ਜਿਨ੍ਹਾਂ ਦੀ ਸੁਰਤ ਵਿੱਚ ਜਪਜੀ ਸਾਹਿਬ ਦਾ ਵੀ ਜਾਪ ਚੱਲਦਾ ਸੀ, ਵਿਰਲਿਆਂ ਦੇ ਚੱਲਦਾ। ਮਨ ਤੋਂ ਵਾਹਿਗੁਰੂ ਨਾਮ ਦਾ ਸਿਮਰਨ ਕਰਵਾਉਣਾ, ਐਨ ਇਕਾਗਰਤਾ ਚਿੱਤ ਦੇ ਵਿੱਚ ਬੈਠ ਕੇ ਜਦੋਂ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਨਾ, ਮਨ ਸਿਮਰਨ ਵਿੱਚ ਜੁੜਨ ਲੱਗ ਜਾਏ, ਇਕਾਗਰ ਹੋ ਜਾਏ, ਮਨ ਸਿਮਰਨ ਦਾ ਰੂਪ ਹੋ ਜਾਏ ਸਾਧ ਸੰਗਤ ਜੀ, ਫਿਰ ਮਨ ਵਿੱਚੋਂ ਬੁਰਿਆਈਆਂ ਦੂਰ ਹੋ ਜਾਂਦੀਆਂ, ਮਨ ਬੁਰਾ ਚਿਤਵਣਾ ਛੱਡ ਦਿੰਦਾ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬੜੇ ਤੱਤ ਵਿੱਚ ਅਭਿਆਸੀ ਮਹਾਂਪੁਰਖ ਸਨ, ਲੋਕਾਂ ਨੇ ਕੁਝ ਹੋਰ ਹੀ ਉਹਨਾਂ ਦਾ ਰੂਪ ਦੇ ਦਿੱਤਾ। ਉਹ ਪੰਜ ਬਾਣੀਆਂ ਪੰਜ ਗ੍ਰੰਥੀ ਅਤੇ ਜਪਜੀ ਸਾਹਿਬ ਦਾ 101 ਪਾਠ ਆਪ ਰੋਜ਼ਾਨਾ ਕਰਦੇ ਸਨ। ਦਮਦਮੀ ਟਕਸਾਲ ਦੇ ਮੁਖੀ ਬਣਨ ਤੋਂ ਪਹਿਲਾਂ ਦੀ ਉਹਨਾਂ ਦੀ ਇਹ ਕਾਲਣਾ ਸੀ, ਔਰ ਸੰਗਤ ਦੇ ਜੋੜੇ ਚਾੜ, ਜੂਠੇ ਬਰਤਨ ਮਾਂਜਣੇ, ਲੰਗਰ ਵਰਤਾਉਣਾ, ਜਥੇ ਸੰਗਤ ਵਿੱਚ ਸੇਵਾ ਕਰਦੇ ਸਨ। ਉਹ ਕਹਿੰਦੇ ਮੇਰਾ ਨਿੱਜ ਦਾ ਤਜਰਬਾ, ਜਦੋਂ ਹਿਰਦੇ ਵਿੱਚ ਮਨ ਵਿੱਚ ਕਹਿੰਦੇ ਨਾਮ ਵਸ ਗਿਆ ਨਾ,
ਉਦੋਂ ਫਿਰ ਵਿਕਾਰਾਂ ਦਾ ਫੁਰਨਾ ਨਹੀਂ ਕਦੇ ਹਿਰਦੇ ਵਿੱਚ ਉੱਠਦਾ, ਵਿਕਾਰਾਂ ਤੋਂ ਰਹਿਤ ਹੋ ਜਾਂਦਾ। ਇੱਕ ਸਿੱਖ ਨੇ ਉਹਨਾਂ ਦੀ ਅਵਸਥਾ ਵੇਖਣੀ ਚਾਹੀ ਕਿ ਸੱਜਣ ਮਹਿਲ ਸਿੰਘ ਜੀ ਨੂੰ ਸਾਰੇ ਲੋਕ ਸੰਤ ਕਹਿੰਦੇ ਹੈ, ਸੰਤ ਦੀ ਤਾਂ ਕੋਈ ਅਵਸਥਾ ਹੁੰਦੀ ਹੈ, ਅਤੇ ਮੈਂ ਵੇਖਣਾ ਚਾਹੁੰਦਾ ਇਹਨਾਂ ਦੀ ਕੀ ਅਵਸਥਾ। ਅਤੇ ਬੁਲਾਉਣ ਗਿਆ, ਕੋਲੇ ਖੜ ਗਿਆ, ਮਹਾਂਪੁਰਸ਼ ਕਹਿਣ ਲੱਗੇ ਸਿੰਘਾ ਕੋਲੇ ਆ। ਕੋਲੇ ਆ ਕੇ ਉਹਨੂੰ ਜਦੋਂ ਗਲਵੱਕੜੀ ਵਿੱਚ ਘੁੱਟ ਕੇ ਲਿਆ ਤਾਂ ਸੰਤਾਂ ਦੇ ਰੋਮ ਰੋਮ ਵਿੱਚੋਂ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਸੀ। ਸੁਖਮਨੀ ਸਾਹਿਬ ਦਾ ਪਾਠ ਗੁਰਮੁਖਾਂ ਦੀ ਅਵਸਥਾ ਹੁੰਦੀ, ਗੁਰਮੁਖ ਰੋਮ ਰੋਮ ਹਰ ਧਿਆਨ। ਮਨ ਨੂੰ ਇਸ ਤਰ੍ਹਾਂ ਜੋੜੋ, ਹੌਲੀ ਹੌਲੀ ਜੁੜੇਗਾ, ਮਨ ਵਿੱਚੋਂ ਦੋਸ਼ ਔਗਣ ਵਿਕਾਰ ਆਪਣੇ ਆਪ ਦੂਰ ਹੋ ਜਾਣਾ। ਕਿਉਂ ਮਨਾ ਵਾਹਿਗੁਰੂ ਦਾ ਨਾਮ ਜਪਿਆ ਕਰ, ਸਤਿਗੁਰੂ ਕਹਿੰਦੇ ਆ ਸਰਨ ਪਿਆ ਸੁਖ ਪਾਈਆ। ਇਸ ਵਾਹਿਗੁਰੂ ਦੇ ਚਰਨਾਂ ਦੀ ਓਟ ਲੈਣ ਨਾਲ ਸਾਰੇ ਸੁੱਖ ਮਿਲਦੇ। ਤੁਸੀਂ ਮੱਥਾ ਟੇਕਦੇ ਹੋ ਨਾ, ਮੱਥਾ ਟੇਕਣ ਨਾਲ ਪਤਾ ਨਹੀਂ ਕਿੰਨੇ ਕੁ ਸੁੱਖ ਮਿਲਦੇ, ਕਿੰਨੇ ਕੁ ਦੁੱਖ ਅਤੇ ਪਾਪ ਕੱਟੇ ਜਾਂਦੇ। ਇਸ ਕਰਕੇ ਗੁਰੂ ਸਾਹਿਬ ਨੂੰ ਬੜੀ ਸ਼ਰਧਾ ਨਾਲ ਮੱਥਾ ਟੇਕਣਾ, ਬੜੀ ਸ਼ਰਧਾ ਨਾਲ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਬੈਠਣਾ ਗੁਰਸੰਗਤ ਜੀ। ਇਸ ਕਰਕੇ ਸੁੱਖ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜੇ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਜਾਈਏ, ਉਹਦੇ ਚਰਨਾਂ ਦੀ ਓਟ ਆਸਰਾ ਲੈ ਲਈਏ, ਸੰਸਾਰ ਦੇ ਸੁੱਖ ਵੀ ਮਿਲ ਜਾਂਦੇ ਹਨ। ਦੁੱਖ ਨਹੀਂ ਲੱਗਦਾ, ਕਸ਼ਟਾਂ ਦੇ ਦੁੱਖ ਨਹੀਂ ਆਉਂਦੇ ਕਦੇ ਸਿੱਖ ਤੇ। ਵਿਸਰਾਮ ਦੇ ਕੇ ਨੂਰ ਫਰਮਾਉਂਦੇ ਵੱਡਿਆਂ ਭਾਗਣ ਵਾਲਿਆਂ ਨੂੰ ਸਾਧ ਸੰਗਤ ਮਿਲਦੀ ਹੈ। ਹਰ ਇੱਕ ਬੰਦਾ ਸੰਗਤ ਨਹੀਂ ਕਰ ਸਕਦਾ, ਸੰਗਤ ਲਈ ਆਪਾਂ ਪੁੱਠੇ ਲੱਭ ਕੇ ਤਪ ਨਹੀਂ ਕਰ ਸਕਦੇ, ਕਠਿਨ ਤਪ। ਅਸੀਂ ਜਲ ਧਾਰਾ ਵੀ ਨਹੀਂ ਕਰ ਸਕਦੇ, ਅੱਗ ਦੇ ਵਿੱਚ ਧੂਣੀਆਂ ਵਿੱਚ ਬਹਿ ਕੇ ਆਪਣੇ ਸਰੀਰ ਨੂੰ ਵੀ ਨਹੀਂ ਤਪਾ ਸਕਦੇ, ਅਸੀਂ ਤੀਰਥਾਂ 'ਤੇ ਵੀ ਨਹੀਂ ਜਾ ਸਕਦੇ, ਅਸੀਂ ਦਾਨ ਪੁੰਨ ਵੀ ਨਹੀਂ ਕਰ ਸਕਦੇ। ਸਾਡੀ ਸਮਰੱਥਾ ਹੀ, ਸਾਡੇ ਸਰੀਰ ਵਿੱਚ ਬਲ ਨਹੀਂ। ਗੁਰੂ ਨਾਨਕ ਸਾਹਿਬ ਨੇ ਦਇਆ ਕੀਤੀ, ਤਰਸ ਕੀਤਾ, ਮੈਂ ਸਿੱਖਾਂ ਦਾ ਪਾਰ ਉਤਾਰਾ ਕਰਨਾ, ਮੈਂ ਇਹਨਾਂ ਦਾ ਭਲਾ ਕਰਨਾ। ਮਹਾਰਾਜ ਕਹਿੰਦੇ ਭਾਈ ਕਲਯੁੱਗ ਦੇ ਵਿੱਚ ਸਭ ਤੋਂ ਵੱਡਾ ਪਰਮ ਸਾਧਨ ਹੈ ਸਾਧ ਸੰਗਤ। ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕਹਿ ਕਰਮਾ ਕਹੋ ਨਾਨਕ ਇਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣਾ। ਜਿਹੜਾ ਸੰਗਤ ਵਿੱਚ ਆ ਕੇ ਚੌਂਕੜਾ ਮਾਰ ਕੇ ਬੈਠ ਗਿਆ, ਬਾਣੀ ਸੁਣ ਲਈ, ਕੀਰਤਨ ਕਥਾ ਸੁਣ ਲਿਆ, ਇਹਨਾਂ ਤਪਾਂ ਨਾਲੋਂ ਵੀ ਵੱਡਾ ਫਲ ਉਹਨੂੰ ਜੀਵਨ ਵਿੱਚ ਪ੍ਰਾਪਤ ਹੋਵੇ, ਇਹ ਰਾਜ ਯੋਗ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰਸਿੱਖਾਂ ਨੂੰ ਅਸੀਂ ਰਾਜ ਯੋਗ ਬਖਸ਼ੇ। ਸੰਗਤ ਵਿੱਚ ਆਉਣਾ ਇਹ ਸਭ ਤੋਂ ਵੱਡਾ ਕਲਯੁੱਗ ਦਾ ਸਾਧ ਸੰਗਤ ਦੀ ਪਰਮਾਰਥ ਦਾ ਸ਼੍ਰੋਮਣੀ ਸਾਧਨ ਹੈ। ਪਰ ਇਹ ਸੰਗਤ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। ਜਿਹੜੇ ਗੁਰੂ ਨੂੰ ਭੇਟਦੇ ਆ, ਮਿਲਦੇ ਆ, ਜਿਹਨਾਂ ਦੀ ਭੇਟ ਹੋਈ, ਮਿਲਾਪ ਹੋਇਆ ਗੁਰੂ ਨਾਲ, ਸੰਗਤ ਨਾਲ ਮਿਲਾਪ ਹੋਇਆ, ਮਹਾਰਾਜ ਭਾਈ ਉਹਨਾਂ ਦੇ ਦੁਰਨਾਮ ਹੁੰਦਾ ਔਗਣਾਂ ਦਾ, ਪਾਪਾਂ ਦਾ, ਉਹਨਾਂ ਦੇ ਔਗਣ, ਉਹਨਾਂ ਦੇ ਪਾਪ, ਇਹ ਜਿਹੜੇ ਦੁਰ ਬੜੇ ਕਠਿਨ ਹੈ, ਪਾਪਾਂ ਤੋਂ ਖਹਿੜਾ ਨਹੀਂ ਛੁੱਟਦਾ। ਮਹਾਰਾਜ ਕਹਿੰਦੇ ਉਹ ਪਾਪਾਂ ਤੋਂ ਮੁਕਤ ਹੋ ਜਾਂਦੇ, ਉਹਨਾਂ ਦੀ ਮਤ ਬੁੱਧੀ ਵੀ ਪਾਪਾਂ ਤੋਂ ਨਿਰਮਲ ਹੋ ਜਾਂਦੀ ਹੈ, ਉਜਲੀ ਹੋ ਜਾਂਦੀ ਹੈ।
ਜਿਹਨੂੰ ਆਤਮ ਵਿਸ਼ੈਣੀ ਬੁੱਧੀ ਕਹਿੰਦੇ ਆ ਵਿਦਵਾਨ। ਵਿਦਵਾਨ ਕਹਿੰਦੇ ਹੈ ਕਿ ਪਹਿਲਾਂ ਭਾਈ ਵਿਸ਼ੇ ਵਿਸ਼ੈਣੀ ਬੁੱਧੀ ਆ, ਜੇ ਪਰ ਵਿਸ਼ਿਆਂ ਵਿੱਚ ਹੀ ਮਨ ਲੱਗਾ ਵੀ ਆਹ ਵਿਕਾਰ ਭੋਗ ਲਾ, ਆਹ ਖਾ ਲਾਂ, ਆਹ ਖਾ ਲਾਂ, ਹਰਿਆ ਪਸ਼ੂ ਵਰਗਾ ਸਾਡਾ ਸੁਭਾਅ ਮਨ ਦਾ ਅਤੇ ਬੁੱਧੀ ਦਾ ਬਣਿਆ। ਪਰ ਜਦੋਂ ਆਤਮ ਵਿਸ਼ੈਣੀ ਬੁੱਧੀ ਹੁੰਦੀ ਹੈ ਨਾ, ਫਿਰ ਬ੍ਰਹਮ ਨੂੰ ਪਰਮੇਸ਼ਰ ਨੂੰ ਹੀ 24 ਘੰਟੇ ਵਿਸ਼ੇ ਕਰਦਾ, ਉਹਦੇ ਵਿੱਚ ਹੀ ਮਨ ਜੁੜ ਜਾਂਦਾ। ਇਉਂ ਬੁੱਧੀ ਨਿਰਮਲ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ। ਕਰਮ ਉਪਾਸ਼ਨਾ ਗਿਆਨ ਦਾ ਮਾਰਗ ਵਿਦਵਾਨਾਂ ਨੇ ਦੱਸਿਆ ਬੁੱਧੀ ਨੂੰ ਨਿਰਮਲ ਕਰਨ ਲਈ, ਮਨ ਨੂੰ ਨਿਰਮਲ ਕਰਨ ਲਈ। ਵਿਆਖਿਆ ਕਰਨ ਦਾ ਹੁਣ ਸਮਾਂ ਨਹੀਂ, ਇਸ ਕਰਕੇ ਭਾਈ ਉਹਨਾਂ ਦੀ ਬੁੱਧੀ ਵਿੱਚੋਂ ਖੋਟੀ ਕੁਸੰਗਤ ਵਾਲਾ ਅਸਰ, ਪਾਪਾਂ ਦੀ ਮੈਲ ਉਹਨਾਂ ਦੀ ਕੋਈ ਖਤਮ ਹੋ ਜਾਂਦੀ ਹੈ, ਮਨ ਨਿਰਮਲ ਹੋ ਜਾਂਦਾ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਗਿਆ, ਨਾਮ ਉਹਨਾਂ ਦੇ ਚਰਨਾਂ ਦੀ, ਗੁਰਮੁਖਾਂ ਦੀ, ਜਨ ਦਾਸਾਂ ਦੀ ਅਸੀਂ ਧੂੜੀ ਮੰਗਦੇ। ਧੂੜੀ ਵਿੱਚ ਲੁਡੰਗੜੀ ਸੂਹਾ ਨਾਨਕ ਤੈਸਾ ਨਾਨਕ, ਧੂੜੀ ਮੱਜਣ ਸਾਧ ਕੇ ਸਾਈ ਥੀਏ ਕਿਰਪਾ, ਲੱਦੇ ਹੱਬੇ ਥੋਪੜੇ ਨਾਨਕ ਹਰ ਧਰਮਾ। ਕਹਿੰਦੇ ਜਿਹਨਾਂ ਨੂੰ ਸਾਧੂ ਦੀ ਸੰਗਤ ਦੀ, ਗੁਰਮੁਖਾਂ ਦੀ, ਗੁਰਸਿੱਖਾਂ ਦੀ, ਸਤਸੰਗਤ ਦੀ ਧੂੜੀ ਮਿਲ ਗਈ, ਉਹਨਾਂ ਨੂੰ ਸਾਰੇ ਲਾਭ ਪ੍ਰਾਪਤ ਹੋ ਗਏ। ਮਾਤ ਮੱਜਣ ਸੰਸਾਧੂਆਂ, ਧੂੜੀ ਕਰ ਇਸਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ, ਜਨਮ ਕਰਮ ਵੱਲ ਉਤਰੇ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਏ ਬਿਨਸੈ ਲੋਭ ਸੁਆਨ। ਇਹ ਬਖਸ਼ਿਸ਼ ਸੰਗਤ ਦੀ ਧੂੜੀ ਵਿੱਚੋਂ ਪ੍ਰਾਪਤ ਹੋ ਜਾਂਦੀ ਹੈ। ਤਾਂ ਮਹਾਰਾਜ ਨੇ ਗੁਰੂ ਕੀ ਸੰਗਤ ਦੀ, ਗੁਰਸਿੱਖਾਂ ਦੀ, ਮਹਾਤਮਾ ਦੀ, ਗੁਰਮੁਖਾਂ ਦੀ, ਸੰਤਾਂ ਪੂਰਨ ਸਾਧੂਆਂ ਦੀ ਧੂੜੀ ਦੀ ਇਹ ਮਹਿਮਾ ਕੀਤੀ ਹੈ, ਵਡਿਆਈ। ਭਾਈ ਗੁਰਦਾਸ ਜੀ ਕਹਿੰਦੇ ਧੂੜੀ ਲੇਖ ਮਟਾਇਆ, ਗੁਰਸਿੱਖ ਦੀ ਧੂੜੀ ਮੱਥੇ ਨੂੰ ਲੱਗ ਜਾਏ, ਮਾੜੇ ਲੇਖ ਮਿਟ ਜਾਂਦੇ ਆ, ਮਾੜੇ ਲੇਖ। ਇਸ ਕਰਕੇ ਸਤਿਗੁਰੂ ਕਹਿੰਦੇ ਉਹਨਾਂ ਦੀ ਧੂੜੀ ਮੰਗੀ ਹੈ ਜਿਹਨਾਂ ਦੇ ਹਿਰਦੇ ਵਿੱਚ ਨਾਮ ਵਸ ਗਿਆ, ਜਿਹਨਾਂ ਦੀ ਅਵਸਥਾ ਹੈ, ਜਿਹਨਾਂ ਸਾਸ ਗ੍ਰਾਸ ਨਾਲ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇਹੀ ਨਾਨਕਾ ਪੂਰਨ ਸੋਈ ਸਨ। ਇਹ ਨਹੀਂ ਵੀ ਕਿ ਚੋਲਾ ਪਾਇਆ ਉਹੀ ਸੰਤ ਉਹੀ ਗੁਰਮੁਖ ਹੈ, ਪਤਾ ਨਹੀਂ ਤੁਹਾਡੀ ਸੰਗਤ ਵਿੱਚ ਕਿਹੜੇ ਗੁਰਮੁਖ ਮਾਈ ਭਾਈ ਐਸੀ ਅਵਸਥਾ ਵਾਲੇ ਬੈਠੇ ਹੋਣ ਜਿਹਨਾਂ ਦੇ ਹਿਰਦੇ ਵਿੱਚ ਨਾਮ ਵਸਿਆ। ਸੰਗਤ ਵਿੱਚ ਗੁਰੂ ਵਸਦਾ, ਇਸ ਕਰਕੇ ਸੰਗਤ ਜੀ ਐਸੇ ਗੁਰਮੁਖਾਂ ਦੀ ਧੂੜੀ ਸਾਨੂੰ ਮਿਲੇ ਜਿਹਨਾਂ ਦੇ ਹਿਰਦੇ ਵਿੱਚ ਨਾਮ ਵਸਿਆ, ਜਿਹਨਾਂ ਨੇ ਵਸਿਆ ਉਹੀ ਪੂਰਨ ਸੰਤ ਹਨ, ਇਸ ਕਰਕੇ ਉਹ ਧੰਤਾ ਦੇ ਯੋਗ ਹਨ। ਆਓ ਸੰਗਤ ਦੀ ਕਥਾ ਦੀ ਇੱਥੇ ਹੀ ਸਮਾਪਤੀ ਕਰੀਏ। ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ। ਤੁਸੀਂ 2 ਦਿਨ ਬੜੀ ਸ਼ਰਧਾ ਭਾਵਨਾ ਉਤਸ਼ਾਹ ਦੇ ਨਾਲ ਵਿਸਾਖੀ ਦੇ ਲੋੜ ਮੇਲਿਆਂ ਦੇ ਸਮਾਗਮਾਂ ਨੂੰ ਸਮਰਪਿਤ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰੀ ਹੈ। ਅੱਜ 3ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਗੁਰਪੁਰਬ ਹੈ। ਸਤਿਗੁਰਾਂ ਦੇ ਗੁਰਤਾ ਗੱਦੀ ਗੁਰਪੁਰਬ ਦੀ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਇਹਨੂੰ ਗੁਰਗੱਦੀ ਨਸ਼ੀਨੀ ਗੁਰਪੁਰਬ ਵੀ ਪੁਰਾਤਨ ਸਮੇਂ ਵਿੱਚ ਗੁਰਸਿੱਖ ਕਿਹਾ ਕਰਦੇ ਕਿ ਅੱਜ ਗੁਰੂ ਸਾਹਿਬ ਜੀ ਦਾ ਗੁਰਗੱਦੀ ਨਸ਼ੀਨੀ ਗੁਰਪੁਰਬ ਹੈ।
ਇਸ ਕਰਕੇ ਸਤਿਗੁਰੂ ਜੀ ਮਹਾਰਾਜ ਜੀ ਅੱਗੇ ਅਰਦਾਸ ਕਰੀਏ ਆਪਾਂ ਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਸਿੱਖੀ ਸ੍ਰੀ ਭਰੋਸਾ ਨਾਮ ਦਾਨ ਕਰਨਾ ਦਾ ਪ੍ਰੇਮ ਬਖਸ਼ਿਸ਼ ਕਰਨ। ਸਾਰੀ ਸੰਗਤ ਦਾ ਮੈਂ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਦੋ ਦਿਨ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਇਹ ਗੁਰਮਤਿ ਦੇ ਸਮਾਗਮੋਂ ਲਿਖੇ ਹਨ, ਬੜਾ ਹੀ ਸੰਗਤਾਂ ਨੇ ਪ੍ਰੇਮ ਕੀਤਾ, ਇੰਨਾ ਸਤਿਕਾਰ ਇੰਨਾ ਪ੍ਰੇਮ, ਅਸੀਂ ਦੇ ਕਿਣਕਾਂ ਵੀ ਕਾਬਲ ਨਹੀਂ ਸੰਗਤ ਜੀ, ਪਰ ਤੁਸੀਂ ਸੰਗਤ ਜੀ ਬਹੁਤ ਵੱਡਾ ਇਹ ਉਪਕਾਰ ਕੀਤਾ, ਕਿਰਪਾ ਕੀਤੀ ਹੈ, ਨਿਮਾਣਿਆਂ ਨੂੰ ਐਡਾ ਵੱਡਾ ਮਾਣ ਬਖਸ਼ਿਆ, ਆਪ ਜੀ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ, ਸਵਾਸ ਸਵਾਸ ਕਰਕੇ ਧੰਨਵਾਦ ਹੈ। ਸਾਰੇ ਪ੍ਰਬੰਧਕ ਸਿੰਘਾਂ ਦਾ ਵੀ, ਸਾਰੀ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਸੇਵਾਦਾਰ ਹੈ, ਮੈਂਬਰ ਸਾਹਿਬਾਨ ਹਨ, ਸਭ ਦਾ ਹੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਸੇਵਾਦਾਰਾਂ ਦਾ ਧੰਨਵਾਦ ਹੈ। ਸ਼ਹੀਦ ਬਾਬਾ ਦੀਪ ਸਿੰਘ ਜੀ ਸਿੰਘ ਸੇਵਾ ਦਲ, ਇਹ ਨੌਜਵਾਨ ਬੜੀ ਚੜ੍ਹਦੀ ਕਲਾ ਨਾਲ ਸੇਵਾ ਕਰ ਰਹੇ ਹੈ, ਸੋ ਇਹਨਾਂ ਸਿੰਘਾਂ ਦਾ ਵੀ, ਨੌਜਵਾਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸਰਦਾਰ ਗੁਰਬੰਤ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਭਿੰਡਰ ਨਗਰ ਤੋਂ ਭਾਈ ਗੁਰਨੇਕ ਸਿੰਘ ਜੀ, ਸਾਧ ਸੰਗਤ ਜੀ, ਇਹਨਾਂ ਦੇ ਦਾਦਾ ਜੀ ਮਲਕ ਨਗਰ ਹੈ ਜਗਰਾਵਾਂ ਕੋਲੇ, ਤੁਸੀਂ ਉਸ ਇਲਾਕੇ 'ਤੇ ਬੈਠੇ ਹੋ, ਉੱਥੇ ਪੰਥ ਰਤਨ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਕਥਾ ਕਰਨ ਵਾਸਤੇ ਗਏ ਹੋਏ ਸਨ। ਮਹੀਨਾ ਇੱਕ ਉੱਥੇ ਸੰਤਾਂ ਨੇ ਦੀਵਾਨ ਲਾਏ, ਗੁਰਮਤਿ ਦਾ ਪ੍ਰਚਾਰ ਹੋਇਆ, ਅਤੇ ਇਹਨਾਂ ਦੇ ਦਾਦਾ ਜੀ ਨੂੰ ਸੁਨੇਹਾ ਭੇਜਿਆ ਕਿ ਭਾਈ ਭਿੰਡਰਾਂ ਤੋਂ ਕਿਰਪਾਨਾਂ ਬਣਾ ਕੇ ਲਿਆਇਓ, ਸੰਗਤ ਨੂੰ ਅੰਮ੍ਰਿਤ ਛਕਾਉਣਾ। ਜਿੱਧਰ ਅੰਮ੍ਰਿਤ ਸੰਚਾਰ ਹੋਇਆ, ਸੰਗਤਾਂ ਨੇ ਅੰਮ੍ਰਿਤ ਛਕਿਆ, ਅਤੇ ਮਹਾਂਪੁਰਖ ਸੁੱਧੇ ਸਿੱਧ ਤੁਰੇ ਜਾਂਦੇ ਹੈ, ਅਤੇ ਇਹਨਾਂ ਦੇ ਦਾਦਾ ਜੀ ਕੁਝ ਕਿਰਪਾਨਾਂ ਲੈ ਕੇ ਸਪਾਲ 'ਤੇ ਬੈਠੇ ਹੈ, ਥੱਲੇ ਰਸਤੇ ਵਿੱਚ ਕੱਪੜਾ ਵਿਛਾਇਆ, ਉਹਦੇ 'ਤੇ ਕਿਰਪਾਨਾਂ ਰੱਖੀਆਂ ਹੋਈਆਂ ਸਨ ਕਿ ਕੋਈ ਨਾ ਕੋਈ ਕਿਰਪਾਨਾਂ ਖਰੀਦ ਲਵੇਗਾ। ਦਸਾਂ ਨਾ ਹੁੰਦੀ ਧਰਮ ਦੀ ਕਿਰਤ ਸੀ, ਬੜੇ ਪ੍ਰੇਮ ਨਾਲ ਬਣਾ ਕੇ ਲਿਆਏ। ਸੰਤ ਪੁੱਛਦੇ ਹੈ, ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਕਿ ਭਾਈ ਉਦਾਸ ਜਿਹਾ ਬੈਠਾ, ਕੀ ਗੱਲ ਹੈ? ਕਹਿਣ ਲੱਗੇ ਜੀ ਸਵੇਰ ਦੇ ਆਏ ਹੈ, ਕੋਈ ਕਿਰਪਾਨ ਨਹੀਂ ਵਿਕੀ ਅੱਜ, ਬੜੀ ਆਸ ਨਾਲ ਆਏ ਸੀ। ਮਹਾਂਪੁਰਖ ਮੁਸਕਰਾਏ, ਕਹਿੰਦੇ ਭਾਈ ਤੁਹਾਡੇ ਕੋਲੋਂ ਇੰਨੀਆਂ ਸੰਗਤਾਂ ਕਿਰਪਾਨਾਂ ਲਿਆ ਕਰਨਗੀਆਂ, ਤੁਹਾਡੇ ਕੋਲੋਂ ਕਿਰਪਾਨਾਂ ਨਹੀਂ ਬਣਾਈਆਂ, ਪੂਰੀਆਂ ਜਾਇਆ ਕਰਨ, ਪੂਰੀਆਂ ਕਿਰਪਾਨਾਂ ਹੀ ਨਹੀਂ ਤੁਹਾਡੇ ਕੋਲੋਂ ਬਣਾ ਕੇ ਪੰਥ ਨੂੰ ਸੰਗਤ ਨੂੰ ਦਿੱਤੀਆਂ ਜਾਇਆ ਕਰਨਗੀਆਂ, ਇੰਨੀ ਸੰਗਤ ਦੁਨੀਆ ਭਰ ਵਿੱਚੋਂ ਆ ਕੇ ਤੁਹਾਡੇ ਪਰਿਵਾਰ ਤੋਂ ਕਿਰਪਾਨਾਂ ਖਰੀਦਿਆ ਕਰੇ। ਅੱਜ ਵੀ ਭਿੰਡਰਾਂ ਦੀਆਂ ਕਿਰਪਾਨਾਂ ਜਿੱਥੇ ਜਿੱਥੇ ਸਿੱਖ ਵਸਦਾ ਦੁਨੀਆ ਵਿੱਚ ਮਸ਼ਹੂਰ ਹੈ। ਭਾਈ ਗੁਰਨੇਕ ਸਿੰਘ ਜੀ ਬੈਠੇ ਆ, ਕਹਿੰਦੇ ਅੱਜ ਸਾਡੇ ਕੋਲੋਂ ਉਹ ਡਿਮਾਂਡ ਸੰਗਤਾਂ ਦੀ ਪੂਰੀ ਨਹੀਂ ਹੋ ਪਾਉਂਦੀ, ਸਤਿਪੁਰਸ਼ਾਂ ਦੇ ਬਚਨਾਂ ਵਿੱਚ ਇੰਨੀ ਬਰਕਤ ਹੈ, ਪੀੜ੍ਹੀ ਦਰ ਪੀੜ੍ਹੀ ਉਹਨਾਂ ਦੇ ਬਚਨਾਂ ਦੀ ਬਰਕਤ ਇਹਨਾਂ ਪਰਿਵਾਰਾਂ ਵਿੱਚ ਚੱਲ ਰਹੀ। ਸੋ ਭਾਈ ਗੁਰਨੇਕ ਸਿੰਘ ਜੀ ਭਿੰਡਰਾਂ ਤੋਂ ਜੇਚੇ ਤੌਰ 'ਤੇ ਪਹੁੰਚੇ ਆ, ਉਹਨਾਂ ਦਾ ਵੀ ਧੰਨਵਾਦ। ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਗਿਆਨੀ ਹਰਦੀਪ ਸਿੰਘ ਜੀ ਨੇ ਦੋਨੋਂ ਸਮੇਂ ਆਪ ਜੀ ਨੂੰ ਗੁਰਮਤਿ ਦੇ ਬਚਨ ਸੁਣਾਏ, ਰਾਗੀ ਭਾਈ ਰਣਜੀਤ ਸਿੰਘ ਜੀ ਦੋਨੋਂ ਸਮੇਂ ਕੀਰਤਨ ਸੁਣਾਉਂਦੇ ਰਹੇ, ਜਥੇਦਾਰ ਭਾਈ ਸੁਖਦੇਵ ਸਿੰਘ ਜੀ ਜੋ ਰਾਜਸਥਾਨ ਵਿੱਚੋਂ
ਬੇਅੰਤ ਸੇਵਾ ਇਕੱਤਰ ਕਰਦੇ ਰਹਿੰਦੇ ਆ ਜਥੇਬੰਦੀ ਲਈ, ਉਹ ਵੀ ਨਾਲ ਆਏ ਆ। ਸੰਗਤ ਦੇ ਦਮਦਮੀ ਟਕਸਾਲ ਵੱਲੋਂ ਜਿੱਥੇ ਗੁਰਧਾਮਾਂ ਦੀ ਬੜੀ ਸੇਵਾ ਕੀਤੀ ਜਾ ਰਹੀ ਹੈ, ਉੱਥੇ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਪ੍ਰੋਫੈਸ਼ਨਲ ਕਾਲਜ ਗੁਰਮਤਿ ਕਾਲਜ ਦਮਦਮੀ ਟਕਸਾਲ, ਇਹ ਸੰਸਥਾ ਪਿਛਲੇ 4-5 ਸਾਲਾਂ ਤੋਂ ਸ਼ੁਰੂ ਕੀਤੀ ਹੈ, ਜਿਹਦੇ ਵਿੱਚ ਪਲੱਸ ਟੂ ਬੱਚਿਆਂ ਨੂੰ ਲੈ ਕੇ MA BA ਫ੍ਰੀ ਕਰਵਾਈ ਜਾਂਦੀ ਹੈ। ਲੰਗਰ ਦਾ, ਵਸਤਰਾਂ ਦਾ, ਦਵਾਈ ਦਾ, ਪੜ੍ਹਾਈ ਦਾ ਸਾਰਾ ਖਰਚ ਜਥੇਬੰਦੀ ਦੁਆਰਾ ਹੋ ਰਿਹਾ। ਮੈਂ ਤੁਹਾਡੇ ਤੋਂ ਉਗਰਾਹੀ ਮੰਗਣ ਵਾਸਤੇ ਨਹੀਂ ਦੱਸ ਰਿਹਾ, ਕੇਵਲ ਤੁਹਾਨੂੰ ਬੇਨਤੀ ਕਿਸ ਵਾਸਤੇ ਕਰ ਰਿਹਾ ਕਿ ਇਹ ਸਾਰੀ ਸੇਵਾ ਜਥੇਬੰਦੀ ਕਰ ਰਹੀ ਹੈ, ਪਰ ਵਿਦਿਆਰਥੀ ਤੇ 70 ਤੋਂ ਲੈ ਕੇ 75,000 ਰੁਪਈਆ ਸਾਲ ਦਾ ਖਰਚਾ। 80 ਵਿਦਿਆਰਥੀ ਬੱਚੇ ਵਿੱਦਿਆ ਲੈ ਰਹੇ, ਅਕੈਡਮੀਆਂ ਹੋਸਪਿਟਲ ਜਥੇਬੰਦੀ ਵੱਲੋਂ ਚੱਲ ਰਹੇ ਹੈ। ਮੈਂ ਤਾਂ ਬੇਨਤੀ ਕੀਤੀ ਹੈ, ਕੋਈ ਗੁਰਸਿੱਖ ਪਰਿਵਾਰਾਂ ਦਾ ਬੱਚਾ ਲੋੜਵੰਦ ਹੋਵੇ ਜਿਹੜਾ ਅੱਗੇ ਪੜ੍ਹਨਾ ਚਾਹਵੇ ਪਲੱਸ ਟੂ ਤੋਂ ਬਾਅਦ, ਉਹਨੂੰ ਫ੍ਰੀ ਵਿੱਦਿਆ ਦੁਨਿਆਵੀ ਵੀ ਔਰ ਗੁਰਮਤਿ ਵਿੱਦਿਆ ਦਾ ਇਹ 5 ਸਾਲ ਦਾ ਕੋਰਸ ਹੈ ਕਥਾ ਵਾਚਕ ਦਾ, ਬੜੇ ਪ੍ਰੇਮ ਨਾਲ ਸਿੱਖ ਪੜ੍ਹ ਰਹੀ ਹੈ। ਸੋ ਆਪਣੇ ਬੱਚਿਆਂ ਨੂੰ ਉਸ ਅਦਾਰੇ ਵਿੱਚ ਵੀ ਭੇਜ ਕੇ ਭਾਈ ਇਹ ਲਾਹਾ ਦਿਓ। ਬਾਕੀ ਤਾਂ ਗੁਰੂ ਸਾਹਿਬ ਸੰਗਤਾਂ ਸੇਵਾ ਕਰ ਰਹੀਆਂ ਹਨ, ਤੁਹਾਡੀ ਅਸੀਸ ਮੰਗਦੇ ਹਾਂ ਕਿ ਸੇਵਾ ਨਿਰੰਤਰ ਚੱਲਦੀ ਰਹੇ। ਆਪਣੇ ਬੱਚਿਆਂ ਨੂੰ ਵਿਦਵਾਨ ਪੜ੍ਹਾਓ, ਦੁਨਿਆਵੀ ਵਿੱਦਿਆ ਵੀ ਪੜ੍ਹਾਓ। ਇਸ ਸੰਸਥਾ ਵਿੱਚੋਂ, ਕਾਲਜ ਵਿੱਚੋਂ, MA ਵਿੱਚੋਂ ਸਾਧ ਸੰਗਤ ਜੀ ਫਸਟ ਵੀ ਪਿਛਲੇ ਸਾਲ ਇਸ ਕਾਲਜ ਦੇ ਸਿੱਖ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚੋਂ ਆਏ, ਸੈਕਿੰਡ ਵੀ ਔਰ ਥਰਡ ਵੀ, ਤਿੰਨੇ ਡਿਗਰੀਆਂ ਇਸ ਕਾਲਜ ਦੇ ਵਿਦਿਆਰਥੀਆਂ ਨੇ ਲਈਆਂ। ਇਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕੀਤੀ, ਐਡਾ ਵੱਡਾ ਮਾਣ ਇਸ ਕਾਲਜ ਨੂੰ ਸਤਿਗੁਰੂ ਨੇ ਬਖਸ਼ਿਆ। ਸੋ ਬੜੇ ਦੁਨੀਆ ਭਰ ਵਿੱਚ ਜਥੇਬੰਦੀ ਦੇ ਅਸਥਾਨ, ਗੁਰਮਤ ਦਾ ਪ੍ਰਚਾਰ ਵੱਖ ਵੱਖ ਕੇਂਦਰਾਂ ਵਿੱਚ ਹੋ ਰਿਹਾ, ਲੰਗਰ ਚੱਲ ਰਹੇ ਆ, ਵਿਦਿਆਰਥੀ ਵਿੱਦਿਆ ਪੜ੍ਹ ਰਹੇ ਆ, ਔਰ ਵਿਸਾਖੀ ਵਾਲੇ ਦਿਨ 4-5 ਥਾਵਾਂ 'ਤੇ ਜਥੇਬੰਦੀ ਵੱਲੋਂ ਅੰਮ੍ਰਿਤ ਸੰਚਾਰ ਹੁੰਦੇ ਆ। 13 ਅਪ੍ਰੈਲ ਨੂੰ ਮੁੰਬਈ ਵਿੱਚ ਅੰਮ੍ਰਿਤ ਸੰਚਾਰ ਹੋਣਾ, ਹਰ ਐਤਵਾਰ ਹਰ ਸੰਗਰਾਮ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਅੰਮ੍ਰਿਤ ਸੰਚਾਰ ਹੁੰਦਾ। ਜੇ ਤੁਸੀਂ ਵੀ ਇੱਥੇ ਅੰਮ੍ਰਿਤ ਵਿਲਾਕੀ ਅੰਮ੍ਰਿਤ ਛਕਣ ਲਈ ਤਿਆਰ ਹੋਵੋਗੇ ਤਾਂ ਇੱਥੇ ਵੀ ਸਿੰਘਾਂ ਨੂੰ ਭੇਜ ਕੇ ਅੰਮ੍ਰਿਤ ਸੰਚਾਰ ਦੀ ਸੇਵਾ ਕੀਤੀ ਜਾਏਗੀ। ਸੋ ਸਾਧ ਸੰਗਤ ਜੀ, ਇਹ ਸਾਰੀਆਂ ਸੇਵਾਵਾਂ ਸੰਗਤ ਦੀ ਅਸੀਸ ਨਾਲ, ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਚੱਲ ਰਹੀਆਂ। ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਵੀ, ਗੁਰਮਤਿ ਵਿੱਦਿਆ ਵੀ ਪੜ੍ਹਾਓ। ਔਰ 6 ਜੂਨ ਨੂੰ ਸ਼ਹੀਦਾਂ ਦੀ ਯਾਦ ਵਿੱਚ ਮਹਿੰਦੇ ਬਹੁਤ ਵੱਡਾ ਸ਼ਹੀਦੀ ਲੋੜ ਮੇਲਾ ਹੁੰਦਾ, ਉਸ ਵਿੱਚ ਵੀ ਤੁਸੀਂ ਸੰਗਤਾਂ ਭਾਈ ਹੁਕਮ ਹਮਾ ਕੇ ਜ਼ਰੂਰ ਪਹੁੰਚਿਆ ਕਰੋ, ਦਰਸ਼ਨ ਦਿਆ ਕਰੋ। ਇਸੇ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550 ਸਾਲਾ, 10-11-12 ਨਵੰਬਰ ਨੂੰ ਸੁਲਤਾਨਪੁਰ ਲੋਧੀ, ਸੁਲਤਾਨਪੁਰ ਸਾਹਿਬ ਲੋਧੀ ਵਿਖੇ ਮਨਾਇਆ ਜਾ ਰਿਹਾ, ਉਹਦੇ ਵਿੱਚ ਵੀ ਸਾਰਿਆਂ ਨੇ ਦਰਸ਼ਨ ਦੇਣੇ ਆ। ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀ ਆ। ਆਪ ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਸਰਦਾਰ ਗੁਰਚਰਨ ਸਿੰਘ ਜੀ, ਸਰਦਾਰ ਬਲਵੰਤ ਸਿੰਘ ਜੀ, ਭਾਈ ਗੁਰਨੇਕ ਸਿੰਘ ਜੀ, ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਇਤਨੀ ਹਾਜ਼ਰੀ ਪ੍ਰਵਾਨ ਕਰਨੀ ਸੰਗਤ ਜੀ, ਭੁੱਲਾਂ ਚੁੱਕਾਂ ਖਿਮਾ ਕਰਨੀ ਆ। ਵਡ ਭਾਗੀ ਸਾਧ ਸੰਗ ਪ੍ਰਾਪਤ,
ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਪਾਛੈ, ਜਿਨ ਹਰ ਨਾਮ ਹਿਰਦੈ ਪਰ